ਜਿਹੜਾ ਕਹਿੰਦਾ ਨਾ ਟੀਕਿਆਂ ਤੋਂ ਬਿਨਾਂ ਕੌਡੀ ਨੀ ਖੇਲ ਹੁੰਦੀ, ਤੁਹਾਨੂੰ ਸਾਰਿਆਂ ਨੂੰ ਚੈਲੇਂਜ ਆ ਮੇਰਾ, ਕਹਿੰਦਾ ਆ ਆਹ ਕਰੂਗਾ ਕੰਮ, ਆਹ ਖੜਾ ਪ੍ਰੋਟੀਨ ਦਾ ਚਮਚਾ ਵੀ ਨੀ ਕੁਛ ਵੀ ਨੀ ਨੈਚੁਰਲ ਆ। 250 ਦਾ ਡੰਡ ਲਾਉਂਦੇ ਮੈਂ ਇੱਕ ਸਾਹ ਦਾ, ਹੈਂਜੀ 100 ਲਾਉਂਦੇ ਸਪਰਿੰਟ, 50 ਸਪਰਿੰਟ ਆਸਾਮ, 50 ਸੁਭਾ, ਬਾਕੀ ਰੱਸਾ ਚੜ੍ਹਨਾ। ਲਹੂ ਵਰਗਾ ਵਿਸਾਬ ਆਉਂਦਾ ਹੁੰਦਾ ਜੀ, ਬਾਜੀ ਹਰੇਕ ਨੀ ਬਣਦਾ, ਆ ਕੇ ਤਾਂ ਦੇਖੋ 5 ਕਿ ਦਿਨ ਹੀ ਲਾ ਲੈਣਾ। ਅੱਛਾ, ਕਾਂਠਾ ਪਾ ਕੇ ਦੌੜੂ 10 ਤੋਲ ਦਾ। ਮੈਨੂੰ ਕਹਿੰਦਾ ਡੈਡੀ ਮੈਂ ਖੇਲਣਾ, ਗਰਾਊਂਡ 'ਚ ਨਹੀਂ ਗਿਆ ਸੀ ਇਹ, ਫੜ ਫੜ ਜਵਾਕ ਮਾਲੀ ਦਿੱਤੇ। ਜ਼ਿਲ੍ਹਿਆਂ ਦੇ 3 ਮੈਚਾਂ 'ਚ 15 ਟੱਚ, 15 ਹੀ ਜੱਫੇ, 12 ਹੀ ਜੱਫੇ। ਪਹਿਲੇ ਦਿਨ ਗਿਆ ਚੱਕ ਚੱਕ ਪੁੱਠੇ ਕਰਤੇ ਸਾਰੇ। ਅੱਛਾ, ਪਹਿਲੇ ਦਿਨ ਹੀ ਕੈਪਟਨ। 15 ਸਾਲ ਦੀ ਉਮਰ ਹਜੇ ਫਤਿਹ ਨੂੰ, ਹੁਣ ਤੁਸੀਂ ਕਿਹਾ ਵੀ ਓਪਨਰਾਂ ਨੇ ਜਾਂਦਾ, ਕਈ ਵਾਰੀ ਪਿਓ ਨੂੰ ਇਹੀ ਡਰ ਹੋ ਜਾਂਦਾ ਵੀ ਵੱਡੇ ਆ ਕਿਤੇ ਕੁਛ ਤੋੜ ਤਾੜ ਨਾ। ਨਾ ਨਾ, ਸੈਣੀ ਨੂੰ ਕੀ ਕਰ ਦੂ, ਬਿਜਲੀ ਲੰਘ ਜੂ। ਅੱਛਾ, ਪਰ ਬਈ ਨਾ ਨਾ ਉਭਰੂ ਗਈ ਜਿੰਨਾ ਉਮਰ ਪਾੜ ਦੂ ਵਿਚਾਲੇ ਹੋ ਘੱਟ। ਕਹਿੰਦਾ ਯਾਰ ਬਾਜੀ, ਕਹਿੰਦਾ ਭਲਵਾਨ, ਕਹਿੰਦਾ ਗੁੱਸਾ ਨਾ ਕਰੀ, ਕਹਿੰਦਾ ਵਾਕਈ ਡੰਗਰ ਹੁੰਦੇ ਆ। ਮੈਂ ਕਿਹਾ ਕਿਉਂ? ਕਹਿੰਦਾ ਯਾਰ ਤੇਰੀ ਬਾਂਹ ਟੁੱਟ ਕੇ ਜੁੜ ਗਈ, ਤੈਨੂੰ ਪਤਾ ਹੀ ਲੱਗਿਆ। ਅੱਛਾ, ਮੈਂ ਕਿਹਾ ਜੀ ਮੈਨੂੰ ਤਾਂ ਪਤਾ ਹੀ ਲੱਗਿਆ। ਸਤਿ ਸ੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖੁੱਲੀਆਂ ਗੱਲਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ, ਅਤੇ ਟਾਈਮ ਦਾ ਕੋਈ ਬੰਧਨ ਨਹੀਂ ਹੁੰਦਾ, ਗੱਲਾਂ ਬਾਤਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਹੁੰਦੀਆਂ ਨੇ। ਅੱਜ ਅਸੀਂ ਜੰਡ ਪਿੰਡ ਦੇ ਵਿੱਚ ਖੜ੍ਹੇ ਹਾਂ, ਅਤੇ ਉਦੋਂ ਜੰਡ ਪਿੰਡ ਦੀ ਗੱਲ ਆਉਂਦੀ ਆ ਤਾਂ ਉੱਥੇ ਕਬੱਡੀ ਦੀ ਗੱਲ ਵੀ ਆਉਂਦੀ ਆ, ਅਤੇ ਜੇ ਕਬੱਡੀ ਦੀ ਗੱਲ ਆਵੇ ਤਾਂ ਕਬੱਡੀ ਦੇ ਥੰਮ ਬਾਈ ਬਾਜੀ ਜੰਡ ਦੀ ਗੱਲ ਨਾ ਆਵੇ, ਇਹ ਕਦੇ ਹੋ ਨਹੀਂ ਸਕਦਾ। ਬਾਜੀ ਜੰਡ ਦੇ ਪਿੰਡ ਖੜ੍ਹੇ ਹਾਂ, ਬਾਈ ਬਾਜੀ ਜੰਡ ਦੀ ਅਕੈਡਮੀ ਦੇ ਵਿੱਚ ਖੜ੍ਹੇ ਹਾਂ। ਲੋਕ ਅੱਜ ਵੀ ਚਾਹੁੰਦੇ ਆ ਕਿ ਬਾਜੀ ਬਾਈ ਜਿਹੜਾ ਹੈਗਾ ਗਰਾਊਂਡਾਂ ਦੇ ਵਿੱਚ ਆਵੇ, ਲੋਕ ਅੱਜ ਵੀ ਚਾਹੁੰਦੇ ਆ ਕਿ ਬਾਜੀ ਜਿਸ ਤਰ੍ਹਾਂ ਦੇ ਨਾਲ ਜੱਫੇ ਲਾਉਂਦਾ ਸੀ ਉਸ ਤਰ੍ਹਾਂ ਦੇ ਨਾਲ ਲਾਵੇ। ਅੱਜ ਇੱਥੋਂ ਬਾਜੀ ਜਿਹੜਾ ਹੈਗਾ ਬਾਈ ਨਵੀਂ ਪਨੀਰੀ ਨੂੰ ਜਿਹੜਾ ਉਹ ਉਭਾਰ ਰਿਹਾ, ਸੋਚਿਆ ਇਹ ਮੁਲਾਕਾਤ ਕੀਤੀ ਜਾਵੇ, ਸਰੋਤਿਆਂ ਦੇ ਰੂਬਰੂ ਬਾਈ ਬਾਜੀ ਜੰਡ ਨੂੰ ਕੀਤਾ ਜਾਵੇ, ਉਹਨਾਂ ਦੀ ਜਿਹੜੀ ਨਵੀਂ ਪਨੀਰ ਨੂੰ ਉਭਾਰ ਰਹੇ ਨੇ ਉਹਨਾਂ ਦੇ ਨਾਲ ਜਿਹੜੀ ਹੈਗੀ ਉਹ ਗੱਲਬਾਤ ਕੀਤੀ ਜਾਵੇ, ਤੁਹਾਡੇ ਰੂਬਰੂ ਕੀਤਾ ਜਾਵੇ। ਗੱਲਬਾਤ ਕਰਾਂਗੇ ਬਾਜੀ ਬਾਈ ਦੀ ਅਕੈਡਮੀ ਦੇ ਵਿੱਚ, ਆਓ ਚੱਲਦੇ ਹਾਂ ਫਿਰ ਬਾਜੀ ਬਾਈ ਦੇ ਨਾਲ ਕਰਦੇ ਹਾਂ ਗੱਲਬਾਤ। ਬਾਜੀ ਬਾਈ ਕੀ ਹਾਲ ਨੇ, ਠੀਕ ਹੋ? ਆ ਜਾਓ, ਵਾਹਿਗੁਰੂ ਜੀ ਫਤਿਹ। ਆ ਜਾ, ਹੋਰ ਦੱਸੋ, ਠੀਕ ਠਾਕ ਹੋ? ਬਹੁਤ ਵਧੀਆ, ਬਹੁਤ ਵਧੀਆ। ਹੋਰ ਕੀ ਹਾਲ ਚਾਲ? ਅੱਛਾ, ਫਿਰ ਹੁਣ ਇੱਥੇ ਹੀ ਹੁੰਦੀ ਆ? ਹਾਂਜੀ, ਗਰਾਊਂਡਾਂ ਦੇ ਵਿੱਚ ਬਿਲਕੁਲ। ਸ਼ਾਮ ਵੇਲੇ ਕਿ ਸਵੇਰ ਵੇਲੇ ਕਿ ਦੋਨੇ ਸਮੇਂ ਹੁੰਦਾ ਇੱਥੇ? ਦੋਨੇ ਟਾਈਮ ਜੀ, ਤਿੰਨੇ ਵੀ ਹੋ ਜਾਂਦਾ। ਹਾਂ, ਦੁਪਹਿਰੇ ਵੀ ਇਹ ਕਰਦੇ ਆ, ਰੱਸਾ ਰੁੱਸਾ ਚੜ੍ਹ ਜਾਂਦੇ ਮੋਟਰ ਤੇ। ਹਾਂ ਹਾਂ, ਤੇ ਬਸ ਇੱਥੇ ਹੀ ਆ। ਅੱਛਾ, ਇੱਕ ਚੀਜ਼ ਹੋਰ ਆ ਬਾਜੀ ਬਾਈ, ਜਦੋਂ ਤੁਹਾਨੂੰ ਦੇਖਦੇ ਆ ਆ ਸਰੀਰ ਜਿਉਂ ਦਾ ਤਿਉਂ ਪਿਆ, ਇਹ 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 ਜਮਾ ਘਟਿਆ ਨਹੀਂ, ਇਹਦਾ ਕਾਰਨ ਕੀ ਆ? ਤਪੱਸਿਆ ਕਰਦੇ ਆ ਬਾਈ, ਠੀਕ ਆ। ਹਾਂ, ਬਸ ਮਹਾਰਾਜ ਨੂੰ ਯਾਦ ਰੱਖੀਦਾ, ਮਾੜਾ ਕਰਨਾ ਨਹੀਂ, ਮਾੜਾ ਸੁਣਨਾ ਨਹੀਂ, ਮਾੜਾ ਖਾਣਾ ਨਹੀਂ, ਬਸ ਮਾੜਾ ਕਿਰਪਾ ਬਾਬੇ ਦੀ। ਅੱਛਾ, ਕਿੰਨਾ ਟਾਈਮ ਹੋ ਗਿਆ ਹੁਣ ਇੱਥੇ? ਕਿੰਨਾ ਟਾਈਮ ਹੋ ਗਿਆ ਇੱਥੇ? ਹੋ ਗਿਆ ਜੀ, ਪਹਿਲਾਂ ਮੰਡੀ ਸਟਾਰਟ ਕੀਤੇ, ਸਾਲ ਉੱਥੇ ਲੱਗਿਆ, ਦੂਜਾ ਸਾਲ ਹੋ ਗਿਆ ਇੱਥੇ। ਹਾਂਜੀ, ਦੋ ਸਾਲ ਹੋ ਚੁੱਕੇ। ਹਾਂਜੀ। ਅੱਛਾ, ਇੱਕ ਚੀਜ਼ ਹੋਰ ਆ, ਜਿਵੇਂ ਪਿਛਲੀਆਂ ਮੁਲਾਕਾਤਾਂ ਦੇ ਵਿੱਚ ਆਪਾਂ ਗੱਲਬਾਤ ਕਰ ਦਿੰਦੇ ਹਾਂ, ਫਤਿਹ ਦੀ ਗੱਲ ਬੜੀ ਚੱਲਦੀ ਆ। ਇੱਕ ਤਾਂ ਇਹ ਮਤਲਬ ਹੈ ਵੀ ਫਤਿਹ ਰੁਸਤਮ ਕਬੱਡੀ ਅਕੈਡਮੀ? ਹਾਂਜੀ, ਫਤਿਹ ਰੁਸਤਮ, ਫਤਿਹ ਆਪਣੇ ਬੇਟੇ ਦਾ ਨਾਮ ਆ ਜੀ। ਹਾਂ, ਅਤੇ ਗੁਰਸਿੱਖ ਆ। ਹਾਂ, ਅਤੇ ਪਹਿਲਾਂ ਉਹ, ਮੈਂ ਤਾਂ ਹਜੇ ਬੇਟ ਵਾਲੀਆਂ ਖਿਲਾ ਕੇ ਰਾਜੀ ਨਹੀਂ ਸੀ। ਹਾਂ, ਬੇਟੇ ਨੂੰ 37 ਨਹੀਂ ਖਿਲਾਇਆ, 42 ਨਹੀਂ ਖਿਲਾਇਆ, 47 ਨਹੀਂ ਖਿਲਾਇਆ, 65 ਨਹੀਂ ਖਿਲਾਇਆ, ਹੁਣ ਇਹ ਹੋ ਗਿਆ 72-72 ਕਿਲੋ ਦਾ। ਹੁਣ ਸਕੂਲਾਂ 'ਚ ਮੈਨੂੰ ਆਇਆ ਸੀ, ਮੈਂ ਕਿਹਾ ਮੈਂ ਆਪਦੇ ਨਾਲ ਹੀ ਲਾਊਂਗਾ ਇਹਨੂੰ, ਹੈਨਾ, ਬਈ ਚਲੋ ਹੋਰ ਤਿਆਰੀ ਕਰ ਲੈਂਦੇ ਹਾਂ। ਅਤੇ ਹੁਣ ਇਹ ਸਕੂਲਾਂ ਜ਼ੋਨ ਖੇਡਿਆ ਇਹ ਪਹਿਲਾਂ, ਹੈਨਾ, ਜ਼ੋਨ 'ਚ ਇਹਨੇ ਬੇਜੋੜੀ ਕਰਦੇ, 10 ਟੱਚ 10 ਜੱਫੇ, 15 ਟੱਚ 5 15 ਜੱਫੇ, ਹੈ ਜੀ, ਇੱਥੇ ਕਲਾਰਾ ਪਰ ਸੀ। ਫਿਰ ਉਦੋਂ ਬਾਅਦ ਇਹ ਜ਼ਿਲ੍ਹੇ ਨੂੰ ਸਿਲੈਕਟ ਹੋਇਆ, ਜ਼ਿਲ੍ਹੇ 'ਚ ਵੀ ਇਹਨੂੰ ਉਹੀ ਕੰਮ ਕੀਤਾ ਮੈਚਾਂ 'ਚ। ਆਵਾਜ਼ ਮਾਰ ਲਈਏ, ਹਾਂਜੀ ਆਵਾਜ਼ ਮਾਰ ਲਿਓ, ਫਤਿਹ ਅੱਜ ਆਪਾਂ ਤਾਂ ਭੱਜ ਗਏ। ਅੱਛਾ, ਅਤੇ ਉਹ ਜ਼ਿਲ੍ਹੇ 'ਚ ਵੀ 15 ਟੱਚ ਲੱਗਿਆ, 14 ਜੱਫੇ, 10 ਟੱਚ ਲੱਗਿਆ, 10 ਟੱਚ ਜੱਫੇ, 3 ਕੁ ਮੈਚ ਸੀ, 12 ਟੱਚ ਲੱਗਿਆ, 12 ਜੱਫੇ, ਉਹ ਵੀ ਬੇਜੋੜੀ ਕੰਮ। ਹੁਣ ਕਿਰਪਾ ਬਾਬੇ ਦੀ। ਅੱਛਾ, ਇਹ ਮੈਂ ਤੁਹਾਨੂੰ ਦੱਸ ਦੇਵਾਂ ਬਾਈ, ਇਹ ਫਤਿਹ ਆ ਬਾਈ ਦਾ ਜਿਹੜਾ ਹੈਗਾ ਆ ਬੇਟਾ ਆ, ਬਾਜੀ ਬਾਈ ਦਾ ਬੇਟਾ ਆ। ਕੀ? ਅੱਛਾ ਬਾਜੀ ਬਾਈ, ਇੱਕ ਚੀਜ਼ ਹੋਰ ਦੱਸਿਓ, ਉਮਰ ਕਿੰਨੀ ਆ ਹੁਣ ਇਹਦੀ? ਇਹ 15 ਸਾਲ ਲੱਗਾ ਜੀ ਇਹਨੂੰ। 15 ਸਾਲ ਆ, ਜਿਹੜਾ ਕਹਿੰਦਾ ਨਾ ਟੀਕਿਆਂ ਤੋਂ ਬਿਨਾਂ ਕੌਡੀ ਨੀ ਖੇਲ ਹੁੰਦੀ, ਤੁਹਾਨੂੰ ਸਾਰਿਆਂ ਨੂੰ ਚੈਲੇਂਜ ਆ ਮੇਰਾ, ਕਹਿੰਦਾ ਆ ਆਹ ਕਰੂਗਾ ਕੰਮ, ਆਹ ਖੜਾ ਪ੍ਰੋਟੀਨ ਦਾ ਚਮਚਾ ਵੀ ਨਹੀਂ ਕੁਛ ਵੀ ਨਹੀਂ ਨੈਚੁਰਲ ਆ।
ਅੱਛਾ ਬਿਲਕੁਲ ਬਿਲਕੁਲ ਨੈਚੁਰਲ। ਅੱਛਾ ਇਹ ਕਿੰਨੇ ਸਾਲ ਤੋਂ ਖੇਡਣ ਕਦੋਂ ਤੋਂ ਲੱਗ ਗਿਆ ਸੀ ਫਿਰ ਇਹ? ਇਹ ਜੀ ਤਿਆਰੀ ਇਹਦੀ ਮੈਂ ਪਹਿਲਾਂ ਤੋਂ ਕਰਾਉਣਾ। ਹੁਣ ਜਿਹੜੇ ਕਈ ਕਹਿੰਦੇ 2 ਮਹੀਨੇ ਲਾ ਗਏ 3 ਮਹੀਨੇ ਲਾ ਗਏ, ਤੁਸੀਂ ਕਿਹੜਾ ਪਿਆ ਪਲੇਅਰ ਤਿਆਰ ਕਰਤਾ? 2-3 ਮਹੀਨੇ 'ਚ ਤਾਂ ਬਲੇਲਰ ਤਿਆਰ ਹੋਊ, ਜਿਵੇਂ ਬਲੇਲਰ ਹੁੰਦੇ ਟੀਕਿਆਂ ਨਾਲ, ਉਹ ਆਪਣੇ ਆਪਣੀ ਹੈ ਨੀ ਖੇਤਰ 'ਚ ਵੀ ਆਪਾਂ ਕਿਸੇ ਦੇ ਜਵਾਕ ਦਾ ਘਰ ਪੱਟ ਦਈਏ, ਹੈ ਜੀ ਕੋਈ ਚਿੱਟੇ ਦੇ ਲੱਗ ਜੇ ਮੁੜ ਕੇ ਕਿਡਨੀਆਂ ਖਰਾਬ ਹੋਣ, ਹੋਰ ਕਹੋ ਜੇ ਤੇ ਹੋਰ ਨੇ ਮੁੰਡੇ 2-3 ਚੱਲ ਫਤੇ ਲਾਗੋ ਤੇਰੇ ਪੁੱਤ ਆ ਜਾ ਪੁੱਤ। ਜਿਹੜੇ ਕਮੈਂਟ ਜੇ ਕਰਦੇ ਬਣਾਇਆ ਟਾਈਮ ਲੱਗਦਾ, ਜਿਹੜੇ 2 ਮਹੀਨੇ ਲਾ ਕੇ ਭੱਜ ਗਏ ਉਹ ਕੀ ਕਰਨਗੇ? 2 ਮਹੀਨੇ ਨੀ 2 ਸਾਲ। ਅੱਛਾ ਹਰੇਕ ਫੀਲਡ ਚ 2 ਸਾਲ। ਮੈਂ ਕਹਿੰਦਾ ਬਈ ਚੱਲ ਜਿਹਨੂੰ ਊੜਾ ਆੜਾ ਆਉਂਦਾ ਮਾੜਾ ਮੋਟਾ 1 ਸਾਲ ਚ ਪਹੁੰਚਾ ਦੂ ਮੈਂ ਉਹਨੂੰ, ਪਰ ਲੱਗੂਗਾ ਇਹ ਨੀ ਗੱਲ, ਇੱਥੇ ਰਹੇ ਮੇਰੇ ਕੋਲ ਆਹ ਦੇਖ ਲਾ ਕੀ ਖੜਾ ਇਹਦੇ ਪੰਜਾਬ ਚੋਂ ਇੰਡੀਆ ਚੋਂ ਇਹਦੇ ਜੋੜਦਾ ਇੱਕ ਵੀ ਜੱਫਾ ਕੱਢ ਦੇਵੇ, ਇਹਨੂੰ ਇੱਕ ਅੱਧਾ ਜੱਫਾ ਹੁੰਦਾ। ਅੱਛਾ ਜਦੋਂ ਖੇਡਦਾ? ਹਾਂ ਜਦੋਂ 2-3 ਮੈਚ ਖੇਡ ਕੇ ਆਇਆ। ਇੱਕ ਸਮੇਂ ਤਾਂ ਉਹ ਕਿੱਥੇ ਸੀ, ਕਿੱਥੇ ਖੇਡੀ ਜੇ ਟੀਮ ਕੱਢਦੀ? 5 ਮੈਚ ਖੇਡੇ ਇਹਨਾਂ ਨੇ, ਸੈਮੀ ਫਾਈਨਲ ਮੈਚ ਵੀ ਜਿੱਤ ਗਏ, ਫਾਈਨਲ ਚ ਟੀਮ ਕੱਟਦੀ। ਅੱਛਾ ਟੀਮ ਹੀ ਕੱਟ? ਹਾਂ ਕਿਉਂ? ਇਹ ਪਤਾ ਲੱਗੇ ਵੱਜਦੀ ਟੀਮ ਬਸ ਜੈਲਸ। ਮੈਂ ਇਹਨੂੰ ਕਹਿਣਾ ਹੁਣ ਮੈਂ ਕਿਹਾ ਤੁਸੀਂ ਜੰਡ ਦਾ ਨਾਂ ਹੀ ਨਾ ਲਿਖਾਇਆ ਕਰੋ। ਅੱਛਾ ਹਨਾ, ਹੁਣ ਪਤਾ ਨਹੀਂ ਲੋਕਾਂ ਦੀ ਸੋਚ ਕਿਹੋ ਜਿਹੀ ਆ, ਹਨਾ ਮਾੜੀ ਸੋਚ ਆ, ਮੈਨੂੰ ਮੈਨੂੰ ਪਤਾ ਨਾ ਵੀ ਇਹ ਇੰਨੀ ਸੋਚ ਇੰਨੀ ਕੀ ਆ, ਇਹ ਇਹੀ ਕੁਛ ਕਰ ਸਕਦੇ ਆ ਹਨਾ। ਮੈਨੂੰ ਇੱਥੇ ਜਵਾਬ ਤਾਂ ਦੇ ਨਹੀਂ ਸਕਦੇ ਆਗੇ, ਨਾ ਇਹਨਾਂ ਨੂੰ ਜਵਾਬ ਦੇ ਸਕਦੇ ਆ। ਇਹਨਾਂ ਨੂੰ ਕਹਿੰਦੇ ਉਹ ਲਿਖਿਆ ਹੋਇਆ ਥੱਲੇ, ਮੈਂ ਖੈਰ ਮੈਨੂੰ ਟੂਰਨਾਮੈਂਟ ਦਾ ਹਥਿਆਰ ਪਾ ਦਿਓ, ਹਥਿਆਰ 'ਤੇ ਲਿਖਿਆ ਹੋਇਆ ਵੀ ਪਹਿਲੇ ਰਾਊਂਡ ਤੋਂ ਬਾਅਦ ਇਤਰਾਜ਼ ਨਹੀਂ ਹੋਊਗਾ। ਮੈਂ ਅਕੈਡਮੀ ਖੜਾ, ਮੈਂ ਪੜ੍ਹਿਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਈ ਮੈਨੂੰ ਫੋਨ ਲੱਗ ਕਹਿੰਦਾ ਬਈ ਅਸੀਂ ਤਾਂ ਟੀਮ ਸਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਜਿਤਾਉਣਾ, ਮੈਂ ਕਿਹਾ ਜਿਤਾ ਦੋ ਯਾਰ। ਇਹਨਾਂ ਨੂੰ ਫਾਈਨਲ 'ਚ ਬਾਹਰ ਕੱਢ ਕੇ ਮਾਰਿਆ, ਸੈਮੀ ਫਾਈਨਲ ਲਈ ਹਰੀਆਂ ਹੋਈਆਂ ਟੀਮਾਂ ਖਿਲਾਤੀਆਂ। ਫਿਰ ਉੱਥੇ ਕੀਤਾ, ਹੁਣ ਜਿੱਥੇ ਖੇਡਣਗੇ ਕੀ ਹੋਇਆ? ਜਿੱਥੇ 5 ਮੈਚ ਉੱਤੇ ਸੈਮੀ ਫਾਈਨਲ ਹਾਰ ਗਏ। ਹਾਰੇ ਸੀ ਤੇ ਬਾਹਰ ਬਿਠਾ ਤੈਨੂੰ? ਨਹੀਂ ਉੱਥੇ ਬਾਹਰ ਬਿਠਾ ਦਿੱਤਾ ਸੀ। ਅੱਛਾ ਬਾਹਰ ਬਿਠਾ ਦਿੱਤਾ? 5 ਮੈਚਾਂ 'ਚ ਕੋਈ ਜੱਫਾ ਨਹੀਂ, ਉਦੋਂ ਬਾਅਦ ਇਹਨੂੰ ਕਹਿੰਦੇ ਤੇਰੇ 'ਤੇ ਇਤਰਾਜ਼ ਆ। ਇਤਰਾਜ਼ ਲੱਗ ਗਿਆ ਸੀ? ਅੱਛਾ ਇਤਰਾਜ਼ ਵੀ ਜੇ ਹੁਣ ਵੇਟ ਦਾ ਲੱਗਦਾ ਬਾਈ, ਵੇਟ ਦਾ 1.5 ਕਿਲੋ ਛੋਟ ਦਿੰਦੇ ਆ ਹਨਾ, ਵੇਟ ਇਹਦਾ ਜ਼ਰੂਰ 1.5 ਕਿਲੋ 1.25 ਕਿਲੋ ਵੱਧ ਸੀ, ਉਹ ਛੋਟ ਦੇਣੀ ਬਣਦੀ ਸੀ ਹਨਾ। ਤੁਸੀਂ 5 ਮੈਚ ਕਿਉਂ ਖਿਲਾਏ? ਜੇ ਕੱਟਣੀ ਸੀ ਟੀਮ ਇਹਨੂੰ ਬਾਹਰ ਬਿਠਾਉਣਾ ਸੀ, ਨਾ ਖਿਲਾਉਂਦੇ? ਫਿਰ ਬਚੀ ਉਰਿਆ ਪੁੱਤ ਖੇਡ ਲਓ ਬਾਈ, ਚੱਲ ਜਾ। ਅੱਛਾ ਆ ਗਿਆ, ਇਹਦੀ ਵੀ ਸੁਣ ਲਓ, ਮੈਂ ਕਰਤੂਤਾਂ ਦੱਸਦਾ ਲੋਕਾਂ ਦੀਆਂ ਹਨਾ। ਕਿੱਥੇ ਗਏ ਖੇਲਣ ਤੋਂ? ਕਿੱਥੇ ਗਏ ਰਾਹੁਲ ਖੇਲਣ? ਫਿਰ ਇਹਨੇ ਰੋਟੀ ਖਾ ਲਈ, ਰੋਟੀ ਖਾ ਕੇ ਉਹਨਾਂ ਨੂੰ ਪਤਾ ਸੀ ਇਹ ਜਿੱਤਦਾ ਕੱਲਾ 37 ਚ, ਇਹਨੂੰ ਖੇਡ ਨਹੀਂ ਦਿੱਤਾ, ਇਹਨੂੰ ਕਹਿੰਦੇ 200 ਰੁਪਈਆ ਕਿਰਾਇਆ ਲੈ ਲਾ ਜਾ। ਇਹਦਾ ਜਿਗਰਾ ਦੇਖ, ਇਹ ਖੇਡ ਕੇ ਆਇਆ ਫਿਰ ਵੀ 47 ਲਿਖਾ ਦੀ ਇਹਨੇ ਕੱਲੇ ਨੇ, ਬਾਜੀ ਦਾ ਜਿਹੜਾ ਨਾਮ ਚੱਲਦਾ ਆ, ਪਹਿਲਾਂ ਕਹਿੰਦੇ ਬਾਜੀ ਅੜਬ ਬੜਾ ਆ, ਕਿਹੜੀ ਗੱਲੋਂ ਅੜਬਾ? ਮਤਲਬ ਇੱਥੇ ਹੁਣ ਜਿਵੇਂ ਪ੍ਰੈਕਟਿਸ ਕਰਾ, ਹੁਣ ਵੀ ਅੜਬ ਬੜਾ ਆ ਬਾਜੀ? ਜੇ ਮੈਂ ਇੱਥੇ ਆਉਣਾ ਤਾਂ ਮੇਰੇ ਹਿਸਾਬ ਨਾਲ ਚੱਲਣਾ ਪਊ। ਹਾਂ ਹਾਂ ਬਿਲਕੁਲ, ਥਿਊਰੀ ਨਾਲ ਚੱਲਣਾ ਪੜ, ਮੈਂ ਆਪ ਨੀ ਛੁੱਟੀ ਕਰਦਾ, ਮੀਂਹ ਨੇਰੀ 3 ਸਾਲ ਹੋ ਗਏ, ਇੱਕ ਵੀ ਛੁੱਟੀ ਨੀ ਕਦੇ, ਸਵੇਰੇ ਆਉਣਾ ਹੀ ਆਉਣਾ। ਪਹਿਲਾਂ ਅਕੈਡਮੀ ਮੰਡੀ ਸੀ, ਸੁਬਾਹ ਜਾਂਦਾ ਸੀ 7 ਵਜੇ, 11 ਵਜੇ ਆਉਂਦਾ ਸੀ, 3 ਵਜੇ ਜਾਂਦਾ ਸੀ, 9 ਵਜੇ ਆਉਂਦਾ ਸੀ, ਕੋਈ ਸਾਲ ਚ ਇੱਕ ਵੀ ਨਾਗਾ ਨੀ। ਇਹ ਜੋਬ ਆ ਬਾਈ ਆਪਣੀ ਹਨਾ, ਇਹਨੂੰ ਮੈਂ ਕਹਿਣਾ ਹੁਣ ਮੈਂ ਸਰੈਂਡਰ ਨੀ ਕਰਨਾ ਗੇਮ ਚ। ਹਜੇ ਕਈ ਕਹਿੰਦੇ ਖੇਡੋ ਹਟ ਗਏ, ਪਹਿਲਾਂ ਹੀ ਦੱਸ ਛੋਟੀ ਸੋਚ ਕਹੀ ਆ, ਖੇਡਣੀ ਹਟ ਗਏ ਲੈ, ਤੂੰ ਸੋਚ ਲੋਕਾਂ ਦੀ ਇਹ ਆ ਕੁਛ ਦਿਆ ਬਾਈ, ਖੇਡਣਾ ਛੱਡਤਾ, ਆਪਦਾ ਡਿਸੀਜਨ ਪਹਿਲਾਂ ਹੀ ਸੁਣਾ ਦਾ, ਛੱਡਿਆ ਤਾਂ ਨਹੀਂ ਬਾਜੀ? ਨਾ ਨਾ ਇਹ ਤਾਂ ਹੱਡਾਂ ਨਾਲ ਹੀ ਜਾਊ ਬਾਈ। ਅੱਛਾ ਇੱਕ ਗੱਲ, ਤੁਸੀਂ ਹੋਰ ਵੀ ਕਹਿੰਦੇ ਸੀ ਵੀ ਜੇ ਇਹਨਾਂ ਦੀ ਮਿਹਨਤ ਹੈਗੀ ਆ, ਮੈਂ ਇਹਨਾਂ ਤੋਂ ਦੁੱਗਣੀ ਤਿੱਗਣੀ ਮਿਹਨਤ ਕਰਦਾ। ਬਿਲਕੁਲ ਬਿਲਕੁਲ, ਇਹਨਾਂ ਤੋਂ ਵਧੇਰੇ ਹੁੰਦੀ ਆ ਦੁੱਗਣੀ, ਕੋਈ ਨਹੀਂ ਅੜਦਾ ਨਾਲ, ਬਸ ਇੱਕ ਅੱਧਾ ਦਿਨ ਕੱਢਦੇ ਉਦੋਂ ਬਾਅਦ ਸਤਿ ਸ਼੍ਰੀ ਅਕਾਲ ਹੋ ਜਾਂਦੀ ਆ। ਅੱਛਾ ਫਿਰ ਬਾਜੀ ਆਪਾਂ ਚਲਦੇ ਚਲਦੇ ਗੱਲ ਕਰਾਂ, ਇੱਦਾਂ ਦੀਆਂ ਗੱਲਾਂ ਵੀ ਬਾਜੀ ਬਾਈ ਹੁੰਦੀਆਂ ਹੋਣਗੀਆਂ ਵੀ ਕੋਈ ਆਉਂਦੇ ਆ ਕੁਛ ਕੁ ਦਿਨ ਲਾ ਕੇ, ਉਦੋਂ ਬਾਅਦ ਕਹਿੰਦੇ ਬਾਜੀ ਦੀ ਯਾਰ ਮਿਹਨਤ ਹਾਰਡ ਆ, ਤਾਂ ਤੋਂ ਹੁੰਦੀ ਨੇ ਜਾਂ ਚੀਜ਼ਾਂ ਛੱਡ ਛੁੱਟ ਵੀ ਜਾਂਦੇ? ਨਹੀਂ ਅਗਲੇ ਨੂੰ ਕਹਿ ਦੇਈਦਾ, ਹਾਂ ਬਈ ਬਾਈ ਕੋਈ ਗੱਲ ਨਹੀਂ ਘੱਟ ਕਰ ਲਾ, ਹਾਂ ਤੈਨੂੰ 1 ਮਹੀਨਾ ਦੇ ਦਿੰਦੇ ਆ, ਤੈਨੂੰ 2 ਮਹੀਨੇ ਦੇ ਦਿੰਦੇ ਆ, ਕੋਈ ਗੱਲ ਨਹੀਂ, ਪਰ
सवेरे उठना पैना नितनेम करना पैना यह नहीं गल बी तू तेरा सिर दुखदा जां ढिड दुखदा वह नहीं होना ठीक है ना एक्सरसाइज करनी पैनी आ अपने को अच्छा कोई कुछ नहीं कोई सप्लीमेंट नहीं कुछ नहीं हुण देखो एडा स्ट्रक्चर आ इहदा पाड़ दूं इहनूं रखूंगा मैं इहदे डैडी नूं वी अज इहदा डैडी गिआ इह 4 महीने लाउणी सी हुण इहदा मैं साल लाऊंगा ਜਾ ਸਾਲ ਲਾ ਕੇ ਸਾਲ ਚ ਤਾਂ ਆਪਾਂ ਮਾਰਾ ਸੁੱਖ ਰੱਖੇ ਤਰਾਸ ਦੇਣਾ ਇਹਨੂੰ ਅੱਛਾ ਸਾਰੇ ਖੜ ਵੀ ਜਾਂਦੇ ਤੁਹਾਡੀ ਮਿਹਨਤ ਦੇ ਕੇ ਸਾਰੇ ਖੜਦੇ ਇਹ ਬਹੁਤ ਮਿਹਨਤੀ ਆ ਬਾਕੀ ਤਾਂ ਭੱਜ ਭੁੱਜ ਜਾਂਦੇ ਆ ਨਾ ਅੜੀ ਜਾਂਦੇ ਆ ਇਹਨੂੰ ਮੈਂ ਕਿਹਾ ਬਈ ਐਕਸਰਸਾਈਜ਼ ਆੜੋ ਨਾ ਹੁਣ ਪੁਰਾਣੇ ਨੇ ਮੁੰਡੇ ਇਹਨੂੰ ਤਾਂ ਸਾਰੀ ਜਿਹੜੀ ਲਵਾਈ ਚੱਲ ਜਿਹੜੇ 10 ਸਾਲ ਸਾਲ ਵਾਲੇ ਨੇ ਹੁਣ ਜਿਹੜੇ ਨਵੇਂ ਆਉਂਦੇ ਆ ਨਵੇਂ ਉਹਨਾਂ ਹੀ ਰੀਸ ਕਰਨ ਲੱਗ ਜਾਂਦੇ ਆ ਕੇ ਹਨਾ ਫਿਰ ਥੱਕਾਂ ਪੈਂਦੀਆਂ ਨੇ ਥੱਕਾਂ ਤਾਂ ਪੈਣੀ ਪੈਣੀ ਆ ਬਾਈ ਹਰੇਕ ਹਰੇਕ ਐਕਸਰਸਾਈਜ਼ ਦਾ ਹਰੇਕ ਪਾਰਟ ਅੱਡ ਹਨਾ ਤੇ ਹਰੇਕ ਦੀ ਅੱਡਾ ਜੇ ਤੁਸੀਂ ਕਹੋ ਬਈ ਅਸੀਂ 20 ਕਿਲੋਮੀਟਰ ਰਨਿੰਗ ਕਰਕੇ ਆਉਂਦੇ ਆ ਬਈ ਇੱਥੇ ਥੱਕ ਹੀ ਨਹੀਂ ਪਊ ਮੈਂ ਤਾਂ ਐਂ ਕਰ ਦੂੰ ਕਈ ਆਏ ਆ ਇੱਥੇ ਕਹਿੰਦੇ ਬਾਈ 30 ਕਿਲੋਮੀਟਰ ਲਾਉਣਾ ਕੀ ਕਰ ਲੇਗਾ ਮੈਂ ਕਿਹਾ 2 ਦਿਨ ਦੇਖੀਆਂ ਖਰਬੂਜੇ ਤੇ ਡੱਪਿਆ ਤਾਂ ਵੀ ਗਿਆ ਬਸ ਮਕਾਉਣੀ ਆ ਗੱਲ ਚਲੋ ਜਿਹੜਾ ਮੇਰੇ ਤੋਂ ਘਾਟ ਰਹਿ ਗਈ ਨਾ ਉਹ ਪੂਰੀ ਕਰਾ ਦਿਆਂਗੇ ਨਹੀਂ ਲੱਗਦਾ ਤੁਹਾਨੂੰ ਵੀ ਤੁਹਾਨੂੰ ਕੋਈ ਘਾਟ ਰਹੀ ਹੈ ਤੁਹਾਡੇ ਤੋਂ ਨਹੀਂ ਮੇਰੇ ਤੋਂ ਨਹੀਂ ਰਹੀ ਮੈਨੂੰ ਥੋੜਾ ਜਿਹਾ ਹੋਣਾ ਬਈ ਮੈਂ ਹੋਰ ਜਿਹੜਾ ਨਾ ਲੋਕ ਕਹਿੰਦੇ 50 ਸਾਲ ਦਾ ਬੰਦਾ ਖੇਡ ਨਹੀਂ ਸਕਦਾ ਬਈ ਇੰਨੇ ਫ੍ਰੈਕਚਰ ਨੇ ਇੰਨੇ 15 ਹੁਣ ਦਾ ਫ੍ਰੈਕਚਰ ਨੇ ਠੀਕ ਆ ਮੈਂ ਤਾਂ ਫ੍ਰੈਕਚਰ 'ਚ ਹੀ ਖੇਲ ਲੈਂਦਾ ਸੀ ਮੇਰੀ ਆ ਬਾਂਹ ਟੁੱਟ ਕੇ ਜੁੜੀ ਹੋਈ ਆ ਬਿੰਗੀ ਜੁੜੀ ਹੋਈ ਆ ਦੇਖੋ ਆਹ ਵੀ ਬਿੰਗੀ ਜੁੜੀ ਹੋਈ ਆ ਇਹ ਕੌਡੀ ਦੇ ਦੇਣੀ ਹੈ ਅੱਛਾ ਇਹ ਆਪੇ ਹੀ ਜੁੜ ਗਈ ਉਵੇਂ ਹੀ ਖੇਡੀ ਜਾਂਦੇ ਮੈਂ ਡਾਕਟਰ ਦੇ ਗਿਆ ਮੈਂ ਕਿਹਾ ਡਾਕਟਰ ਯਾਰ ਦਰਦ ਹੀ ਨਹੀਂ ਹਟਦਾ ਉਹ ਕਹਿੰਦਾ ਬਈ ਐਕਸਰਾ ਕਰਾਓ ਨਿਜ਼ਾਮ ਡਾਕਟਰ ਮਲੇਰਕੋਟਲੇ ਉਹ ਜਦੋਂ ਅਰਤਲ ਆਪਣਾ ਆੜੀ ਸੀ ਡਾਕਟਰ ਡਾਕਟਰ ਕਹਿੰਦਾ ਯਾਰ ਬਾਜੀ ਕਹਿੰਦਾ ਭਲਵਾਨ ਕਹਿੰਦਾ ਗੁੱਸਾ ਨਾ ਕਰੀ ਕਹਿੰਦਾ ਵਾਕਿਆ ਹੀ ਡੰਗਰ ਹੁੰਦੇ ਆ ਮੈਂ ਕਿਹਾ ਕਹਿੰਦਾ ਯਾਰ ਤੇਰੀ ਬਾਂਹ ਟੁੱਟ ਕੇ ਜੁੜ ਗਈ ਤੈਨੂੰ ਪਤਾ ਹੀ ਲੱਗਿਆ ਅੱਛਾ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਹੀ ਲੱਗਿਆ ਕਹਿੰਦਾ ਤੂੰ ਆਇਆ ਕਰ ਹੁਣ ਪਾਵਾ ਹਸਪੀਟਲ ਜਾ ਉੱਥੇ ਇਹਦਾ ਐਕਸਰੇ ਕਰਾ ਕੇ ਡਾਕਟਰ ਫਲਾਨਾ ਵਾ ਮੈਂ ਕਿਹਾ ਯਾਰ ਉੱਥੇ ਮੈਂ ਜਾਊਂ ਹਨਾ ਉੱਥੇ ਮੇਰੀ ਵੱਢ ਕੇ ਛੱਡ ਦੇਣਗੇ ਇਹ 6 ਮਹੀਨੇ ਮੈਨੂੰ 8 ਮਹੀਨੇ ਰੈਸਟ ਦੱਸਣਗੇ ਰੈਸਟ ਮੈਂ ਕਰ ਨਹੀਂ ਸਕਦਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਚਲਾ ਲੂੰ ਮੈਂ ਭਾਈ ਐਂ ਹੋ ਗਈ ਸੀ ਜਮਾਂ ਚਲ ਮੈਂ ਐਕਸਰਸਾਈਜ਼ ਕਰਕੇ ਜਿੰਨੀ ਕੁ ਹੋਈ ਉਨੀ ਕੁ ਚਲਾ ਲਈ ਜਾਣੀ ਹੁਣ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਦਿੰਦੀ ਇਹ ਤੁਸੀਂ ਇੱਕ ਗੱਲ ਹੋਰ ਆਖਦੇ ਹੋ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕਿ ਅਸੀਂ ਤਪੱਸਿਆ ਕਰਨੀ ਪੈਂਦੀ ਹੈ ਗਰਾਊਂਡ ਦੇ ਵਿੱਚ ਜੇ ਕੁਝ ਤੁਸੀਂ ਪਾਉਣਾ ਆ ਵਾਕਿਆ ਦੇ ਵਿੱਚ ਮੰਨਦੇ ਹੋ ਤਪੱਸਿਆ ਹਾਂ ਬਿਲਕੁਲ ਜੀ ਦੇਖੋ ਆਹ ਹੁਣ ਰਿਸ਼ਤਾ ਸੀ ਹੁਣ ਸੜਾਇਆ ਹਨਾ ਤੇ ਚਲੋ ਮੁੰਡਾ ਆਪਣਾ ਆਇਆ ਸੀ ਇੱਥੇ ਉਹਦੇ ਡੈਡੀ ਨੇ ਸੜਾਈਆ ਆਪਾਂ ਨੇ ਸੜਾਇਆ ਹੁਣ ਇਹ ਰੇਤੇ 'ਚ ਮੈਂ ਕਿਹਾ ਵੀ ਆਪਾਂ ਸਪੀਡ ਵਰਕ ਸ਼ੁਰੂ ਕਰਦੇ ਹਾਂ ਤੇ ਅਸੀਂ ਸਪਰਿੰਟਾਂ ਲਾਉਣ ਲੱਗ ਗਏ 5 ਕੁ ਦਿਨ ਦੀ ਗੱਲ 7 ਕੁ ਦੀ ਪੈਰ ਸੁੰਨ ਹੋ ਗਏ ਮੇਰੇ ਵੀ ਪੈਰ ਸੁੰਨ ਹੋ ਗਏ ਹੁਣ ਮੈਨੂੰ ਪਤਾ ਸੀ ਮੇਰੇ ਲਾਈ ਹੋਈ ਆ ਮੇਰਾ ਪ੍ਰੈਕਟੀਕਲ ਕੀਤਾ ਹੋਇਆ ਇਹ ਮੈਂ ਕਿਹਾ ਤੁਹਾਡਾ 10ਵੀਂ ਸਪਰਿੰਟ 11ਵੀਂ ਤੋਂ ਬਾਅਦ ਪੈਰ ਤੁਹਾਡੇ ਗਰਮ ਹੋ ਜਾਣੇ ਆ ਅੱਛਾ ਨਹੀਂ ਬਾਈ ਪੈਰ ਤਾਂ ਉਂਗਲਾਂ ਦਾ ਨਾਲੋਂ ਲਹੀ ਜਾਂਦੀਆਂ ਨੇ ਹੁਣ ਗਰਮ ਹੈਗਾ ਹੀ ਇਹ ਕੋਰਾ ਦਾ ਪੈਣ ਲੱਗ ਗਿਆ ਉਹੀ ਗੱਲ ਮੈਂ ਕਿਹਾ ਹੁਣ ਦੱਸੋ ਵੀ ਪੈਰ ਦਾ 10ਵੀਂ 11ਵੀਂ ਸਪਰਿੰਟ ਮਾਰੀ ਹੁਣ ਮੇਰਾ ਇਹ ਪਹਿਲਾਂ ਕੀਤਾ ਹੋਇਆ ਸੀ ਮੈਂ ਸਵੇਰੇ ਆਉਂਦਾ ਸੀ ਜਦੋਂ ਸਟਾਰਟ ਕਰਨੀ ਸਪਰਿੰਟ ਪਹਿਲਾਂ ਲੋਅਰ ਲਾ ਦੇਣੀ ਦੂਜੀ ਸਪਰਿੰਟ ਉੱਪਰ ਲਾ ਦੇਣਾ ਤੀਜੀ ਸਪਰਿੰਟ ਹੌਲੀ ਹੌਲੀ ਲਾਉਂਦੇ ਨਹੀਂ ਜਾਣਾ ਉਦੋਂ ਕੱਚੀ 'ਚ ਆ ਜਾਣਾ ਥੱਲੇ ਅੱਛਾ ਟੈਟੀ 'ਚ ਬਸ ਮੈਨੂੰ ਪਤਾ ਸੀ ਵੀ 10ਵੀਂ 11ਵੀਂ ਲੋਟ ਹੋ ਜਾਣਾ ਹਨਾ ਆਪਣਾ ਕੀਤਾ ਹੋਇਆ ਸੀ ਹੁਣ ਨਵਾਂ ਵੜ ਕੇ ਤਾਂ ਦੇਖੇ ਠੰਡੇ ਰੇਤੇ 'ਚ ਹੁਣ ਉਮਰ ਕਿੰਨੀ ਹੋ ਗਈ ਹੈਗੀ 47-48 ਸਾਲ ਦੀ ਮੈਂ 47 ਮੈਂ 50 ਸਾਲ ਦੇ ਨੇੜੇ ਤੇ ਹਾਂ ਹਾਂ ਤੇ ਵਰਕਆਊਟ ਦਾ ਕੋਈ ਫਰਕ ਪਿਆ ਮਾੜਾ ਮੋਟਾ ਜਦੋਂ ਕੁਛ ਵੀ ਨਹੀਂ ਜਦੋਂ ਬਾਹਲਾ ਕਿਹੜਾ ਹੋਇਆ ਕੰਮ ਅੱਛਾ ਨਾਲੇ ਕਹਿੰਦਾ ਜਦੋਂ ਬੰਦਾ ਥੋੜਾ ਥੋੜਾ ਐਵੇਂ ਇਹ ਤਾਂ ਆਪਦੇ ਤੇ ਆ ਨਾ ਬੰਦਾ ਤੇ ਘੋੜਾ ਬੁੜਾ ਨਹੀਂ ਹੁੰਦੇ ਬੁੜਾ ਨਹੀਂ ਹੁੰਦੇ ਹਾਂ ਚਲੋ ਆਪਾਂ ਹੰਕਾਰ ਕੇ ਨਹੀਂ ਕਹਿੰਦੇ ਯਾਰ ਅਗਲਾ ਕਹਿ ਦਿੰਦਾ ਨਾ ਬਾਜੀ ਐਂ ਤੱਤਾ ਬੋਲਦਾ ਐਂ ਕਰਦਾ ਐਂ ਕਰਦਾ
ਮੈਂ ਐ ਕਹਿੰਦਾ ਬਈ ਕਬੱਡੀ ਵਾਲੇ ਹੈਗੇ ਆ ਜਿਹੜੇ ਕਮੈਂਟ ਕਮੁੰਟ ਕਰਦੇ ਬੱਚਾ ਉਹਨਾਂ ਦੇ ਰਿਸ਼ਤੇਦਾਰ ਖੇਡਦੇ ਹੋਣਗੇ ਕੋਈ ਹੋਰ ਹੋਊ ਆ ਕੇ ਤਾਂ ਦੇਖੋ ਪੰਜ ਕਿ ਦਿਨ ਹੀ ਲਾ ਲੈਣਾ ਅੱਛਾ ਕਾਂਠਾ ਪਾ ਕੇ ਦੌੜੂ 10 ਤੋਲੇ ਦਾ ਅੱਛਾ ਅੱਛਾ ਇੱਕ ਚੀਜ਼ ਦੱਸਿਓ ਆ ਇਹਨਾਂ ਵਾਸਤੇ ਕਿ ਆਪ ਵੀ ਕਰ ਲੈਂਦੇ ਹੋ ਸਾਰਾ ਕੁਛ ਇਹ ਆਪ ਆਪ ਹੀ ਆਪ ਕਰਦੇ ਹਾਂ ਅੱਛਾ ਇਹ ਇਹਨਾਂ ਨੇ ਬਹੁਤ ਬੰਦੇ ਭਜਾਏ ਆ ਹਾਂ ਕਿਵੇਂ ਇਹ ਦੇਖੋ ਆ ਟਾਇਰ ਤਾਂ ਨਹੀਂ ਹੈਵੀ ਨੇ ਆ ਹਾਂ ਹਾਂ ਇਹ ਇਹਨਾਂ ਕਰਦੇ ਕਿਵੇਂ ਹੋ ਦੱਸੋ ਇਹ ਦੇਖੋ ਜੀ ਆਪਣੇ ਆਹ ਪਾਰਟ ਆ ਗਏ ਨਾ ਆਹ ਆ ਗਿਆ ਆਹ ਆ ਗਿਆ ਆਹ ਜੋੜ ਆ ਗਿਆ ਇਹ ਆਪਾਂ ਇੱਥੇ ਲਾਉਣਾ ਠੀਕ ਹੈ ਜੀ ਇੱਥੋਂ ਚੱਕ ਲਿਆ ਇੱਥੋਂ ਆਪਾਂ ਇੱਥੇ ਲੋਕ ਲਾ ਦੇਣਾ ਹੁਣ ਆਪਣੀ ਉੱਪਰਲੀ ਬਾਡੀ ਸਾਰੀ ਕੰਮ ਕਰਦੀ ਆ ਬਿਜ਼ੀ ਆ ਉੱਪਰਲਾ ਪਾਰਟ ਫਿਰ ਆਪਾਂ ਤੁਰਨਾ ਇਹਨੂੰ ਲੈ ਕੇ ਅੱਛਾ ਠੀਕ ਹੈ ਜੀ ਹਾਂ ਇਦਾਂ ਤੇ ਇਹ ਤੁਸੀਂ ਕਿੰਨਾ ਗੇੜਾ ਲਾ ਦਿੰਦੇ ਬਾਈ ਇਹਦਾ ਆਪਾਂ ਤਾਂ ਪੜਾਕੇ ਪਾ ਦਿੱਤੇ ਹੈ ਇਹ ਜਾਣੀ ਮੈਂ ਮੇਰਾ ਆਇਆ ਜਿਵੇਂ ਮੈਂ ਉਹਨਾਂ ਕੀ ਸਾਹ ਲੈਣਾ ਗੇੜੇ ਲਾਉਣ ਜੋਗਾ ਅੱਛਾ ਜਾਣੀ ਜੇ ਥੋੜਾ ਸਾਹ ਵੱਧ ਲੈ ਲਾ ਫਿਰ ਤਾਂ 4 ਵੀ ਮਾਰ ਦੇਈਦੇ ਆ 5 ਵੀ ਮਾਰ ਦੇਈਦੇ ਆ ਜੇ ਜਾਣੀ ਲਿਮਟ ਦਾ ਸਾਹ ਲੈਣਾ ਫਿਰ ਤਾਂ ਇੱਕ ਗੇੜਾ ਹੀ ਲੱਗਦਾ ਕਿੰਨਾ ਕਿੰਨਾ ਵੇਟ ਕਿੰਨਾ ਹੋ ਬਈ ਇਹ ਚ ਇਹ ਦੇਖ ਲਓ ਜੀ ਤੁਹਾਨੂੰ ਮੇਰੇ ਹਿਸਾਬ ਚ ਪਤਾ ਨਹੀਂ ਇਹ ਜਾਣੀ ਇਹ ਡਰਾਉਂਦਾ ਸਾਨੂੰ ਵੀ ਸਵੇਰੇ ਅੱਛਾ ਜਿਵੇਂ ਇੱਕ ਚੀਜ਼ ਹੋਰ ਨੇ ਜਿਵੇਂ ਤੁਸੀਂ ਗੱਲ ਤੁਸੀਂ ਡਰਾਉਂਦਾ ਤਾਂ ਮੈਂ ਵਾਕਿਆ ਦੇ ਵਿੱਚ ਹੀ ਹੈਗਾ ਦੇਖ ਕੀ ਡਰਾਉਂਦਾ ਹੁਣ ਆਦੇ ਫੋਰ ਆਰਮ ਦੇਖ ਹਨਾ ਹਾਂ ਆਦੇ ਫੋਰ ਆਰਮ ਕਹੇ ਜੀ ਬਿਲਕੁਲ ਬਿਲਕੁਲ ਹਾਂ ਇਹ ਹੁਣ ਜੇ ਕਿਸੇ ਦੇ ਪੈ ਗਿਆ ਦੱਸ ਹਾਂ ਅਗਲਾ ਕਹਿੰਦਾ ਮਾਰਿਆ ਤਾਂ ਹੀ ਤਾਂ ਪੁੱਠੇ ਹੋ ਜਾਂਦੇ ਸੀ ਜਦੋਂ ਵੱਜਦਾ ਮਾਰਦਾ ਹੀ ਸਰਚ ਹਾਂ ਬੇਹੋਸ਼ ਹਾਂ 11 12 ਨੇ ਹਾਂ 98 ਤੋਂ ਲੱਗ ਕੇ 2000 ਮੇਰੇ ਕਦੋਂ ਪੜਦਾ ਹਿੱਲਿਆ 98 2000 ਯਾਰ ਪਤਾ ਨਹੀਂ 99 2000 2007-08 ਸੀ ਮੇਰੇ ਹਿਸਾਬ 'ਚ ਹਨਾ ਹਾਂ ਜਿਹੜੇ 12-14 ਪਲੇਅਰ ਸੀ ਦੁਨੀਆ ਲੈਵਲ ਦੇ ਉਹਨਾਂ 'ਚੋਂ 15 ਚੋਂ 8-9 ਸਾਰੇ ਬੇਹੋਸ਼ ਗਰਾਊਂਡ 'ਚ ਸਿਰ 'ਚ ਪਾਣੀ ਪਾ ਕੇ ਸਭ ਤੋਂ ਵੱਧ ਕਿੱਸਾ ਮਿਲਦਾ ਤੂਫਾਨ ਵਾਲਾ ਤੁਹਾਡਾ ਮਸ਼ਹੂਰ ਆ ਨਹੀਂ ਤੂਫਾਨ ਉਹ ਜੱਫਾ ਸੀ ਤੂਫਾਨ ਨੂੰ ਤਾਂ ਜੱਫਾ ਨਹੀਂ ਇਹ ਤਾਂ ਜਿਵੇਂ ਆਪਾਂ ਹੁਣ ਇੱਥੇ ਖੜੇ ਮਾਰਿਆ ਡੈਗੀ ਪਿਆ ਬੰਦਾ ਬੇਹੋਸ਼ ਹੋ ਗਿਆ ਅੱਛਾ ਲੈ ਪਾਣੀ ਪਿਲਾ ਕੇ ਸਿਰ 'ਚ ਸਾਲਿਆ ਚੱਲ ਬਈ ਉੱਠੋ ਇਹ ਗੱਲ ਕੀ ਆ ਹੁਣ ਮੈਂ ਮਾਰ ਦੇਣਾ ਇੱਥੇ ਕਿਸੇ ਦਾ ਇਹਦੇ 'ਚ ਮਾਰਨਾ ਨਹੀਂ ਹੋਣੀ ਉਹ ਮਹਾਰਾਜ ਨੇ ਤੁਹਾਨੂੰ ਜਿਹੜੀ ਦੇਣੀ ਆ ਨਾ ਤਪੱਸਿਆ ਬੱਲੇ ਬੱਲੇ ਉਹਨੇ ਕਰਾਉਣੀ ਆ ਉਹੀ ਕਰਾਉਂਦਾ ਸੀ 2800 ਦਾ ਡੰਡ ਲਾਉਂਦੇ ਮੈਂ ਇੱਕ ਸਾਜ ਹੈਂਜੀ 100 ਲਾਉਂਦੇ ਸਪਰਿੰਟ 50 ਸਪਰਿੰਟ ਸ਼ਾਮ 50 ਸੁਬਾਹ ਬਾਕੀ ਰੱਸਾ ਚੜ੍ਹਨਾ ਲਹੂ ਵਰਗਾ ਵਿਸ਼ਾਪ ਆਉਂਦਾ ਹੁੰਦਾ ਜੀ ਅੱਛਾ ਬਾਜੀ ਹਰੇਕ ਨਹੀਂ ਬਣਦਾ ਲਹੂ ਵਰਗਾ ਵਿਸ਼ਾਪ ਮੈਂ ਤਾਂ ਇਹਨੂੰ ਕਹਿਣਾ ਤਾਇਆ ਭਲਵਾਨ ਸੀ ਵਿੱਚ ਪਾਪਾ ਪਾਪਾ ਹੀ ਕਹਿੰਦੇ ਮੈਂ ਵੀ ਪਾਪਾ ਵਿਸ਼ਾਪ ਇਹ ਆਉਂਦਾ ਉਹ ਕਹਿੰਦਾ ਤੂੰ ਘੱਟ ਕਰਿਆ ਕਰ ਉਹ ਘੱਟ ਕਰਿਆ ਕਰ ਅੱਛਾ ਅੱਛਾ ਇੱਕ ਚੀਜ਼ ਤੁਸੀਂ ਹੋਰ ਕਹਿਣਾ ਆਪਾਂ ਤੁਰਦੇ ਗੱਲ ਕਰੀਏ ਆਪਾਂ ਉੱਥੇ ਬੈਠ ਕੇ ਕਰ ਅੱਛਾ ਇੱਕ ਚੀਜ਼ ਤੁਸੀਂ ਹੋਰ ਕਹਿਣਾ ਜਦੋਂ ਆਪਾਂ ਉੱਥੇ ਗੱਲ ਕਰ ਰਹੇ ਸੀ ਤੁਸੀਂ ਕਿਹਾ ਕਿ ਗਰਾਊਂਡ ਦੇ ਵਿੱਚ 2 ਵਾਰੀ ਤੁਹਾਨੂੰ ਮਰਨਾ ਪੈਂਦਾ ਹਾਂ ਪੱਕੀ ਗੱਲ ਆ ਬਹੁਤ ਹਾਰਡ ਕਰਨਾ ਪੈਂਦਾ ਯਾਰ ਇਹ ਤਾਂ ਐਂ ਥੋੜਾ ਢਿੱਲੀ ਢੁੱਲੀ ਮੈਂ ਤਾਂ ਕਰਾਉਂਦਾ ਹੀ ਨਹੀਂ ਵੀ ਟੱਪਣ ਲੱਗ ਜਾਓ ਐਂ ਕਰਕੇ ਜਾਂ ਨਹੀਂ ਸੂਈ ਲਾਲ ਚ ਅੱਛਾ ਬਸ ਹਾਂ ਤੇ ਫਿਰ ਲਾਲ ਦੇ ਵਿੱਚ ਤਾਂ ਬਈ ਇੱਕ ਚੀਜ਼ ਹੋਰ ਵੀ ਆ ਕੱਟਦਾ ਵੀ ਬਹੁਤ ਥੋੜੇ ਹੋਣੇ ਆ ਕਿਉਂਕਿ ਹਰੇਕ ਜਿਹੜਾ ਵੀ ਮੰਨ ਕੇ ਚਲੋ ਗਰਾਊਂਡ ਦੇ ਵਿੱਚ ਆਇਆ ਤਾਂ ਜਿਹੜਾ ਵੀ ਗਰਾਊਂਡ ਦੇ ਵਿੱਚ ਆਇਆ ਉਹ ਇਹੀ ਕਹਿੰਦਾ ਕਿ ਯਾਰ ਮੈਂ 4 ਕੁ ਦਿਨਾਂ ਦੇ ਵਿੱਚ ਕਬੱਡੀ ਖੇਡਣ ਲੱਗ ਜਾਂ ਚੰਗਾ ਖਿਡਾਰੀ ਬਣ ਜਾ ਉਦੋਂ ਬਾਅਦ ਸ਼ਾਇਦ ਜਹਾਜ਼ ਦੀ ਪੂਛ ਨੂੰ ਹੱਥ ਪਏ ਤੇ ਬਾਹਰਲੀ ਕੰਟਰੀ ਦੇ ਵੀ ਸੈੱਟ ਹੋ ਜਾ ਇਹਨਾਂ ਦੇਖੋ ਜੀ ਆਪਣੀ ਹੈਗੀ 3ਜੀ ਪੀੜ੍ਹੀ ਭਲਵਾਨੀ 'ਚ ਤੁਹਾਡੀ ਹਾਂ ਹਾਂ ਅਤੇ ਜਿੰਨਾ ਚੱਕ ਬੰਦੇ 'ਤੇ ਲੈਕਚਰ ਨਹੀਂ ਹੁੰਦਾ ਹਾਂ ਮੈਂ ਇਹਨਾਂ 'ਤੇ ਲੈਕਚਰ ਕਰਦਾ ਅੱਛਾ ਮੈਂ ਫਤਿਹ ਵਾਂਗੂ ਹੀ ਸਮਝਦਾ ਸਾਰੇ ਮੈਂ ਕਦੇ ਨਾ ਉਹ ਗਲਤੀ ਕਰਦਾ ਗਾਲਾਂ ਉਹਦੇ ਵੀ ਉਨੀਆਂ ਪੈਂਦੀਆਂ ਜਿੰਨੀਆਂ ਇਹਨਾਂ ਦੇ ਪੈਂਦੀਆਂ ਠੀਕ ਹੈ ਗਰਾਊਂਡ 'ਚ ਕੋਈ ਫਤਿਹ ਨਹੀਂ ਸਾਰੀ ਫਤਿਹ ਨੇ ਇਹ ਇੱਕੋ ਜਿਹੇ ਨੇ ਇੱਕੋ ਜਿਹੇ ਨੇ ਬਿਲਕੁਲ ਜੇ ਮੈਂ ਕਹਿੰਦਾ ਮੈਂ ਕੁਛ ਮੈਂ ਲਕੋ ਲਿਆ ਇਹਨਾਂ ਤੋਂ ਵੀ ਮੈਂ ਮਹਾਰਾਜ ਦੇ ਘਰੇ ਦੇਣਦਾਰ ਹਾਂ ਇਹਨਾਂ ਦੇ ਮੱਥੇ ਦੀ ਇਹਨਾਂ ਨਾਲ ਨੇ ਕਿਸੇ ਬੰਦੇ ਨੇ ਆਪਦੇ ਰਾਜ ਨਹੀਂ ਖੋਲ੍ਹੇ ਵੀ ਆਹ ਐਕਸਰਸਾਈਜ਼ ਕਰੋ ਆਹ ਖਾਓ ਆਹ ਪੀਓ ਮੈਨੂੰ ਦੱਸੋ ਕਿਹਨੇ ਖੋਲ੍ਹਿਆ ਕਿਹੜੇ ਭਲਵਾਨ ਨੇ ਖੋਲ੍ਹਿਆ ਕਿਹੜੇ ਮੁੰਡੇ ਨੇ ਖੋਲ੍ਹਿਆ ਬਾਜੀ ਨੇ ਖੋਲ੍ਹਿਆ ਅੱਛਾ ਆਹ ਐਕਸਰਸਾਈਜ਼ ਕਰੋ ਮੱਲ ਬਣੋਗੇ ਹਰੇਕ ਦੀਆਂ ਆਪ ਗਿਆਨ ਵੰਡੋ ਹਾਂ ਬਈ ਮਤਲਬ ਗੱਲ ਇਹ ਆ ਵੀ ਬਾਜੀ ਜਿਹੜੀਆਂ ਚੀਜ਼ ਜਿਹੜੀਆਂ ਖੁਰਾਕ ਖਾ ਕੇ ਬਾਜੀ ਬਣਿਆ ਜਿਹੜੇ ਜਿਹੜੀਆਂ ਐਕਸਰਸਾਈਜ਼ਾਂ ਲਾਈਆਂ ਉਹ ਹੁਣ ਇਹਨਾਂ ਨੂੰ ਜਾਉਂਦੀਆਂ ਤਿਉਂ ਚੱਲਦੀਆਂ ਨੇ ਬਿਲਕੁਲ ਉਦੋਂ ਵੀ ਹਾਰਡ ਚੱਲਦੀਆਂ ਨੇ ਹਾਂ ਉਦੋਂ ਵੀ ਹਾਰਡ ਨੇ ਹਾਂ ਬਹੁਤ ਜ਼ਿਆਦਾ ਹਾਰਡ ਨੇ ਉਹ ਤਾਂ ਨੋਰਮਲੀ ਸੀ ਉਦੋਂ ਤਾਂ ਉਹ ਤਾਂ ਡੰਡ ਸੀ ਸਪਰਿੰਟਾਂ ਸੀ ਰੱਸਾ ਸੀ ਹੁਣ ਤਾਂ ਬਾਹਲਾ ਕੁਛ ਆ ਉਦੋਂ ਤਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਛੋਲੇ ਖਾ ਲਈ ਕਿਸੇ ਨੇ ਦੱਸਿਆ ਨਹੀਂ ਛੋਲੇ ਵੀ ਆਪਾਂ ਹੀ ਲੈ ਕੇ ਆਏ ਹਾਂ ਸੋਇਆਬੀਨ ਵੀ ਆਪਾਂ ਹੀ ਲੈ ਕੇ ਆਏ ਹਾਂ ਹਾਂ ਹਨਾ ਉਹ ਤਾਂ ਛੋਲਿਆਂ ਦਾ ਵੀ ਨਹੀਂ ਪਤਾ ਭਾਈ ਨਹੀਂ ਸੀ ਯਾਰ ਖੁਰਾਕ ਕਿਹੜੀ ਸੀ 2800 ਡੰਡ ਲਾਉਣਾ 94-95 ਦੀ ਗੱਲ ਆ ਭਾਪੇ ਨੇ ਪਾਈ ਆ ਦੁੱਧ 1.5 ਕਿਲੋ ਪਾਣੀ ਵਿੱਚ ਬਰਫ਼ ਅੱਛਾ ਉਹ ਪੀ ਲੈਣੀ ਅੱਛਾ ਕਈ ਵਾਰੀ ਮੈਨੂੰ ਜ਼ਿਆਦਾ ਤੇ ਲੱਗੀ ਕਰਕੇ ਵੱਧ ਪੀ ਕੇ ਉਲਟੀ ਵੀ ਆਈ ਆ ਅੱਛਾ ਜੀ ਉਹ ਖੁਰਾਕ ਸੀ
ਉਦੋਂ ਉਹਦੇ ਨਾਲ ਹੀ ਪਾਣੀ ਨਾਲ ਹੀ ਤਗੜੇ ਹੋ ਗਏ ਯਾਰ ਐਵੇਂ ਕਹੀ ਜਾਂਦੇ ਖਾ ਜੇ ਖਾਣ ਨਾਲ ਹੋਵੇ ਨਾ ਅਡਾਨੀ ਬਾਨੀ ਬਾਹਲੇ ਤਗੜੇ ਬੈਠੇ ਲੋਕ ਸੋਨਾ ਭਾਸ਼ਮਾ ਖਾ ਖਾ ਤਗੜੇ ਹੋ ਜਾਣਾ ਇਹਦਾ ਕਰਤ ਵਿਦਿਆ ਪਹਿਲਾਂ ਕਰਨ ਵੱਡਾ ਜਿਹੜਾ ਕਰੂ ਮਰੂ ਉਹੀ ਤਗੜਾ ਹੋਊ ਗਰੀਬ ਹੀ ਤਗੜਾ ਹੋਊ ਯਾਰ ਬਸ ਜਾਂ ਪਿੱਛੋਂ ਜਿਹਦਾ ਡੰਡਾ ਬਾਹਲਾ ਗੇੜਾ ਉਹ ਪ੍ਰਵਾਨ ਬਣੂ ਨਹੀਂ 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 ਪ੍ਰਵਾਨੀ ਦਾ ਘਰ ਬਾਹਲਾ ਦੂਰ ਆ ਅੱਛਾ ਇੱਕ ਚੀਜ਼ ਹੋਰ ਜਿਹੜੀ ਹੁਣ ਧਿਆਨ ਦੇ ਵਿੱਚ ਹੈ ਉਹ ਇਹ ਹੈ ਕਿ ਗੁਰਬਾਣੀ ਦੇ ਨਾਲ ਬਾਜੀ ਜਿਹੜਾ ਪਾਠ ਪੂਜਾ ਦੇ ਨਾਲ ਬੜਾ ਜੁੜਿਆ ਹੋਇਆ ਬਿਲਕੁਲ ਜੀ ਹਾਂਜੀ ਬਿਲਕੁਲ ਮਹਾਰਾਜ ਦੇਖੋ ਕਰਨ ਕਰਾਵਣ ਆਪੇ ਆਪ ਕੋਈ ਕਿਸੇ ਦਾ ਕੁਛ ਨਹੀਂ ਵਿਗਾੜ ਸਕਦਾ ਕਰੀ ਜਾਣ ਮੈਲ ਧੋਂਦੇ ਧੋਈ ਜਾਣ ਉਹ ਸਿੱਧੂ ਸੀ ਪਹਿਲਾਂ ਸਿੱਧੂ ਨੂੰ ਕਿੰਨੇ ਉਹੀ ਬੰਦੇ ਗਾਲਾਂ ਕੱਢਦੇ ਸੀ ਹੁਣ ਉਹ ਰੱਬ ਬਣਾ ਦਾ ਸਿੱਧੂ ਹੈਂ ਪਹਿਲਾਂ ਉਹੀ ਦੀਪ ਸਿੱਧੂ ਸੀ ਬੇਚਾਰਾ ਇਹ ਜੀ ਪਲਟੀਨਾ ਫਲਾਨਾ ਧਮਕਾ ਹੁਣ ਆਪਣੇ ਲੋਕਾਂ ਦੀ ਫਿਤਰਤ ਚ ਇਹ ਚੀਜ਼ ਆ ਵੀ ਤੁਸੀਂ ਉਹਦਾ ਮੁਕਾਬਲਾ ਨੀ ਕਰ ਸਕਦੇ ਤੁਸੀਂ ਉਹਨੂੰ ਭੰਡ ਦੋ ਬਸ ਇਹੀ ਆ ਹਨਾ ਦੇਖ ਇੱਕ ਦਿਨ ਇੱਕ ਨੇ ਫੋਟੋ ਪਾਤੀ ਉਹ ਚੱਲ ਮਾਤਾ ਭਾਗ ਕੌਰ ਵਾਲੇ ਦੇ ਮਾਤਾ ਜੀ ਬਾਰੇ ਸਿੱਧੂ ਨੇ ਗਾਇਆ ਥੋੜਾ ਗਲਤ ਗਾਇਆ ਉਹਨੇ ਆਪਾਂ ਟਿੱਪਣੀ ਕੀਤੀ ਮੇਰੇ ਵਿਚਾਰ ਹੋਰ ਨੇ ਤੇਰੇ ਹੋਰ ਨੇ ਉਹਦੇ ਹੋਰ ਨੇ ਚੱਲ ਮੇਰਾ ਕਮੀ ਵੀ ਆ ਭਾਈ ਆ ਵੱਡਾ ਛੋਟਾ ਆਪਣੇ ਆਪਾਂ ਰਿਸਪੈਕਟ ਕਰਦੇ ਹਾਂ ਹਨਾ ਵਧੀਆ ਸੀ ਹੀਰਾ ਸੀ ਉਹ ਤਾਂ ਸਾਰਿਆਂ ਨੂੰ ਪਤਾ ਹੀਰਾ ਹੀਰੇ ਦਾ ਹੀਰੇ ਕਿਆ ਜਾਣਾ ਗੁਲਾਬ ਦੇ ਫੁੱਲ ਨੂੰ ਤਾਂ ਗੁਲਾਬ ਦਾ ਫੁੱਲ ਹੀ ਕਵਾਂਗੇ ਹੁਣ ਕਈ ਉਹ ਪੁਰਾਣੀਆਂ ਕੱਟ ਕੱਟ ਪਾਈ ਜਾਂਦੇ ਆ ਵੀ ਬਾਜੀ ਨੇ ਐਂ ਬੋਲਿਆ ਮੈਂ ਤਾਂ ਮਾਫ਼ੀ ਵੀ ਮੰਗ ਲਈ ਮੇਰੇ ਧੌਣ ਤਕੀਲਾ ਹੀ ਨਾ ਕੱਢਿਆ ਹੋਇਆ ਮੈਂ ਤਾਂ ਹੁਣ ਵੀ ਮੰਗ ਲੈਣਾ ਵੀ ਮੈਂ ਉੱਥੇ ਗਲਤ ਸੀ ਪਰ ਜੇ ਤੁਸੀਂ ਕਹਿੰਦੇ ਮੈਂ ਗਲਤ ਸੀ ਮੈਂ ਮਾਫ਼ੀ ਮੰਗ ਲੈਣਾ ਪਰ ਉਹ ਹੁਣ ਮਾਤਾ ਭਾਗ ਕੌਰ ਗਾਣੇ ਤੇ ਚੱਲ ਉਹ ਤੋਂ ਗਲਤੀ ਹੋ ਗਈ ਉਹਨੇ ਵੀ ਗਲਤੀ ਮੰਨ ਲਈ ਹਨਾ ਤੁਸੀਂ ਹੁਣ ਕੀ ਗੰਦ ਛਾੜ ਰਹੇ ਹੋ ਅੱਛਾ ਪੰਜ ਛੇ ਦਿਨ ਹੋ ਗਏ ਸੀ ਪਾਈ ਹੋਈ ਸੀ ਪੋਸਟ ਕੱਟ ਕੇ ਇੱਕ ਵਜੇ ਮੇਰੀ ਇੱਕ ਵਜੇ ਸਿੱਧੂ ਦੀ ਫੋਟੋ ਲਾਈ ਸੀ ਉਹ ਦੱਸੋ ਅਗਲੇ ਦਾ ਪਿਓ ਪੁੱਤ ਮਰ ਗਿਆ ਜਵਾਨ ਤੁਸੀਂ ਤੁਸੀਂ ਮੇਰਾ ਕੀ ਵਿਗਾੜ ਲਓਗੇ ਜਾਂ ਮੇਰੇ 'ਚ ਵੱਜੋ ਆ ਕੇ ਸਵਾਦ ਫੇਰ ਆ ਹਨਾ ਤੁਸੀਂ ਇਹ ਗੰਦ ਖਿਲਾਰ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਾਂਜੀ ਅਗਲੇ ਦਾ ਪੁੱਤ ਮਰ ਗਿਆ ਤੁਸੀਂ ਕਹੋ ਹਾਂ ਬਈ ਅਸੀਂ ਤੁਹਾਡੇ ਨਾਲ ਆ ਤੁਸੀਂ ਇਹ ਚੀਜ਼ਾਂ ਉਹਨਾਂ ਨੂੰ ਉਹ ਜਦੋਂ ਦੇਖਦਾ ਅਗਲਾ ਹੋਰ ਹਨਾ ਬਿਲਕੁਲ ਬਿਲਕੁਲ ਉਹ ਇਹ ਚੀਜ਼ਾਂ ਅਲੱਗ ਪਰਸੈਪਸ਼ਨ ਕ੍ਰੀਏਟ ਹੋ ਜਾਂਦੀ ਹੈ ਬੇਨਤੀ ਆ ਬਈ ਇਹ ਜਿਹੜਾ ਕਰੋਗੇ ਉਹ ਜਿਹੜਾ ਬੀਜ ਤਾਂ ਉਹ ਵੱਢਣਾ ਪੈਣਾ ਆ ਕਣਕਾਂ ਕਣਕੀ ਵੱਢਣੀ ਆ ਜਿਹੜਾ ਸੋਚ 'ਚ ਵੀ ਬੀਜ ਲਿਆ ਨਾ ਉਹ ਵੀ ਉੱਗੂਗਾ ਉਹ ਵੀ ਵੱਢਣਾ ਪੈਣਾ ਇਹ ਤੁਸੀਂ ਬੀਜ ਰਹੇ ਹੋ ਤੁਹਾਡੇ ਜਵਾਕ ਵੱਢਣਗੇ ਜਾਂ ਤੁਸੀਂ ਵੱਢੋਗੇ ਬੀਜੀ ਜਾਓ ਵਧੀਆ ਤੁਹਾਡੀ ਜੋਬ ਆ ਇਹ ਤੁਸੀਂ ਕਰਨੀ ਆ ਠੀਕ ਆ ਨਾ ਇਹ ਕਰੀ ਚੱਲੋ ਤੁਸੀਂ ਅੱਛਾ ਇੱਕ ਚੀਜ਼ ਹੋਰ ਦੱਸਿਓ ਜਿਵੇਂ ਹੁਣ ਇੱਥੇ ਪਸ਼ੂ ਵੀ ਰੱਖੇ ਹੋਏ ਪਰ ਇਹ ਇਹਨਾਂ ਵਾਸਤੇ ਕਿ ਦੁੱਧ ਇਹ ਤਾਂ ਨਹੀਂ ਵੀ ਦੁੱਧ ਵੇਚਣ ਵਾਸਤੇ ਨਹੀਂ ਕੋਈ ਵੇਚਣ ਦਾ ਚੱਕਰ ਨਹੀਂ ਇਹਨਾਂ ਨੂੰ ਆਪਾਂ ਜਿੰਨਾ ਕੁ ਦਾਣਾ ਪਾਉਂਦੇ ਆ ਉਨੇ ਕੁ ਇਹਨਾਂ ਤੋਂ ਜਵਾਕਾਂ ਤੋਂ ਪੈਸੇ ਲੈਂਦੇ ਆ ਠੀਕ ਹੈ ਮਤਲਬ 20 ਰੁਪਈਏ ਦਾ ਇਹਨਾਂ ਨੂੰ 40 ਰੁਪਈਏ ਕਿਲੋ ਦਿੰਦੇ ਆ ਲੋਕ 80 ਰੁਪਈਏ ਆ ਬਈ ਆਪਾਂ ਫੀਡ ਲੈ ਕੇ ਆਉਣੀ ਫੀਡ ਪਾਉਣੀ ਆ ਫੀਡ ਦੇ ਪੈਸੇ ਲੈਣੇ ਹੋਰ ਕੋਈ ਪੈਸਾ ਨਹੀਂ ਇੱਥੋਂ ਜਿਹੜਾ ਵੀ ਬਣਦਾ ਇੱਥੇ ਹੀ ਲੱਗ ਜਾਂਦਾ ਹਾਂ ਉਹ ਵੀ ਛੋਟਿਆਂ ਨੂੰ ਹੋਰ ਨਹੀਂ ਹੋਰ ਆਪਦਾ ਕਿਹੜਾ ਮਰਜ਼ੀ ਲਗਾਉਣ ਜਿਹੜੇ ਅਕੈਡਮੀ ਪੜ੍ਹਦੇ ਆ ਉਹਨਾਂ ਨੂੰ ਘਿਓ ਉਹਨਾਂ ਨੂੰ ਬਦਾਮ ਮੈਂ ਕਾਲੇ ਚੋਰ ਤੋਂ ਲੈ ਕੇ ਆਵਾਂ ਉਹਨਾਂ ਨੂੰ ਮੈਂ ਆਪਦੇ ਵੱਲੋਂ ਅਕੈਡਮੀ ਵੱਲੋਂ ਦਿੰਦੇ ਹਾਂ ਜਿਹੜੇ ਪੜ੍ਹਦੇ ਆ ਜਵਾਕ ਤੇ ਉਹਨਾਂ ਨੂੰ ਹੋਰ ਵੀ ਫਰੂਟ ਫਰਾਟ ਦਿੰਦੇ ਆ ਅੱਗੇ ਸਾਰਿਆਂ ਨੂੰ ਦਿੰਦੇ ਸੀ ਹੁਣ ਫਿਰ 2-3 ਮਹੀਨੇ ਲਾ ਕੇ ਅਗਲਾ ਭੱਜ ਜਾਂਦਾ ਫਿਰ ਅਗਲਾ ਕਹਿੰਦਾ ਬਾਈ ਅਸੀਂ 10ਵੇਂ ਦਸਾਂ ਵਾਲੇ ਪੈਸੇ ਭੇਜੇ ਸੀ ਕਿੱਥੇ ਕਿਹੜਾ ਤਿਆਰ ਹੋਇਆ ਫਿਰ ਉਹ ਚੀਜ਼ ਹੁਣ ਕਰਤੀ ਬੰਦ ਵੀ ਨਾ ਬਾਈ ਭੇਜਿਓ ਨਾ ਅੱਛਾ ਇੱਥੇ ਇੱਥੇ ਸਟੂਡੈਂਟ ਪੜ੍ਹਦੇ ਵੀ ਇੱਥੋਂ ਜਿਹੜੇ ਇੱਥੇ ਤੁਹਾਡੇ ਕੋਲ ਹਾਂਜੀ ਹਾਂਜੀ ਖੇਡਦੇ ਆ ਉਹ ਇੱਥੇ ਪੜ੍ਹਦੇ ਵੀ ਆ ਹਾਂ ਸੇ ਦੁਰਾਡੇ ਦੇ ਆ ਕਿ ਨੇੜੇ ਤੇੜੇ ਦੂਰ ਦੇ ਆ ਦੂਰ ਦੇ ਜੀ ਦੂਰ ਦੁਰਾਡੇ ਦੇ ਹਾਂ ਅੱਛਾ ਤੁਸੀਂ ਇੱਥੇ ਗੱਲ ਗਰਾਊਂਡ 'ਚ ਕਹੀ ਸੀ ਕਹਿੰਦੇ ਭਾਵੇਂ ਘੋੜਾ ਤੇ ਮਰਦ ਜਿਹੜਾ ਜਿਹੜੇ ਕਦੇ ਬੁੜੇ ਨਹੀਂ ਹੁੰਦੇ ਪਰ ਚਿੱਟੀ ਦਾੜੀ ਦੇਖ ਕੇ ਨਹੀਂ ਕਹਿੰਦੇ ਕਿ ਬਾਜੀ ਯਾਰ ਗਲਫ ਗਲਫ ਕਰ ਲੈ ਜਾਣੀ ਮੈਨੂੰ ਜਿੱਥੇ ਵੀ ਮੈਂ ਜਾਂਦਾ ਹੁਣ ਕੱਲ੍ਹ ਟੂਰਨਾਮੈਂਟ 'ਤੇ ਗਿਆ ਮੈਂ ਉੱਥੇ ਬਾਈ ਕੀ ਹੋ ਗਿਆ ਦਾੜੀ ਯਾਰ ਚਿੱਟੀ ਬੁੜਾ ਹੋ ਗਿਆ ਤੂੰ ਮੇਰੇ ਇੱਕ ਚੜ੍ਹੇ ਇੱਕ ਉੱਤਰੇ ਹਨਾ ਵੀ ਤੁਸੀਂ ਗਲਫ ਲਾ ਕੇ ਮੂੰਹ ਕਾਲਾ ਕਰੀ ਜਾਓ ਮੈਨੂੰ ਕੀ ਆ ਮੈਂ ਨਹੀਂ ਕਰਨਾ ਯਾਰ ਠੀਕ ਆ ਮੇਰੇ ਮਹਾਰਾਜ ਨਹੀਂ ਮੰਨਦਾ ਵੀ ਇਹ ਚੀਜ਼ ਨਹੀਂ ਕਰਨੀ ਮੈਂ ਨਹੀਂ ਕਰਨੀ ਯਾਰ ਇੰਨਾ 2-3 ਗਰੀ ਤਾਂ ਮਾੜਾ ਮੋਟਾ ਘੂਰਨੇ ਵੀ ਪਏ ਅੱਛਾ ਉਹ ਯਾਰ ਤੈਨੂੰ ਕੀ ਹੋ ਗਿਆ ਅੱਛਾ ਤੂੰ ਬਿਮਾਰ ਹੋ ਗਿਆ ਕਹਿੰਦੇ ਹਾਂ ਸਮੇਂ ਉਦੋਂ ਨਾਲੋਂ ਹੁਣ ਮੈਂ 98-99 ਕਿਲੋ ਬੇਟਾ ਮੇਰਾ ਹੁਣ ਜਦੋਂ ਮੈਂ ਖੇਡਦਾ ਸੀ ਉਦੋਂ ਮੇਰਾ 75 ਕਿਲੋ ਵਜਨ ਸੀ ਤੂੰ ਯਾਰ ਜਮਾ ਹੀ ਬਚਿਆ ਪਿਆ ਦੱਸ ਕੀ ਕਰੂ ਇਹਨਾਂ ਨੂੰ ਲੋਕ ਬਹੁਤ ਚੀਜ਼ਾਂ ਨੇ ਹੁਣ ਆਪਾਂ ਨੂੰ ਤਾਂ ਸਮਝਾਇਆ ਹੋਇਆ
ਤੁਹਾਡਾ ਮਨੋਬਲ ਤੋੜਨਾ ਵੀ ਤੁਸੀਂ ਨਹੀਂ ਕਰ ਸਕਦੇ ਚੀਜ਼। ਇੱਧਰ ਬੈਠੇ। ਅੱਛਾ ਠੀਕ ਹੈ। ਹਾਂ ਲੋਕ ਬਈ ਲੋਕਾਂ ਨੇ ਜਿਹੜਾ ਹੈਗਾ ਉਹ ਤੁਹਾਡਾ ਮਨੋਬਲ ਜਿਹੜਾ ਤੋੜਨਾ ਵੀ ਤੁਸੀਂ ਨਹੀਂ ਕਰ ਸਕਦੇ। ਤੁਹਾਡੇ ਬੱਚੇ ਦਾ ਵੀ ਤੋੜਨਾ ਜਿਹੜੇ ਸਿਆਣੇ ਨੇ ਪਿੰਡ ਚੋਂ ਸਿਆਣੇ ਕਹਿੰਦੇ ਆ ਉਹਨਾਂ ਨੂੰ ਆਇਆ ਵੀ ਬੱਚਾ ਇਹਨਾਂ ਦਾ ਕਦੇ ਬੰਦਾ ਨਾ ਬਣ ਜੇ। ਜੇ ਇਹ ਬੰਦਾ ਬਣ ਗਿਆ ਸਾਡੇ ਵਾਲੇ ਤਾਂ ਜ਼ੀਰੋ ਹੀ ਨੇ, ਸਾਡੇ ਵਾਲੇ ਤਾਂ ਬਲੈਲਰ ਨੇ। ਨਹੀਂ ਨਹੀਂ ਤੂੰ ਨੀ ਬਣ ਸਕਦਾ। ਫਿਰ ਉਹਨੂੰ ਮੈਂ ਮੁੰਡੇ ਨੂੰ ਜਿਹੜਾ ਉਹ ਆਇਆ ਕੈਨੇਡਾ ਤੋਂ ਉਹਨੂੰ ਮੈਂ ਇਹ ਗੱਲਾਂ ਸਮਝਾਈਆਂ। ਮੈਂ ਕਿਹਾ ਤੇਰੇ ਚਾਏ ਤਾਏ ਚਾਚਿਆਂ ਨੇ ਤੇਰੇ ਕਜ਼ਨਾਂ ਨੇ ਤੈਨੂੰ ਇਹ ਚੀਜ਼ਾਂ ਕਹਿਣੀਆਂ ਨੇ। ਉਹ ਹੁਣ ਜਾ ਕੇ ਕਹਿੰਦਾ ਬਾਈ ਕਹਿਣ ਲੱਗ ਗਏ। 12-13 ਕਿਲੋ ਵਜਨ ਟੁੱਟ ਗਿਆ ਉਹਦਾ, ਮਿਹਨਤ ਵਧੀਆ ਕਰਦਾ। ਉਹਨਾਂ ਨੂੰ ਐਂ ਭਰਮਾਨ ਨਾ ਬਣ ਜਾ ਕਿਤੇ। ਹੈਂ ਕੱਲ ਨੂੰ ਅਸੀਂ ਪਿੱਛੇ ਰਹਿ ਗਏ ਸਾਡਾ ਕਜ਼ਨ। ਪ੍ਰੋਬਲਮ ਤਾਂ ਆਪਣੇ ਪੰਜਾਬੀਆਂ ਨੂੰ ਤਾਏ ਚਾਚੇ ਨੂੰ ਵਾਲੀ ਆ। ਬਿਲਕੁਲ ਤਾਏ ਚਾਚੇ ਪਹਿਲਾਂ, ਉਦੋਂ ਬਾਅਦ ਆੜੀ, ਉਦੋਂ ਬਾਅਦ ਪਿੰਡ ਵਾਲੇ। ਹੋਰ ਤੁਹਾਨੂੰ ਨੀ ਮੇਰੇ ਕੱਲੀ ਉੱਪਰ ਪ੍ਰੋਬਲਮ ਆ, ਸਾਡੇ ਪਿੰਡ ਵਾਲੇ ਨੂੰ ਬਹੁਤ ਤਕਲੀਫ ਆ। ਅੱਛਾ ਬਹੁਤ ਤਕਲੀਫ ਆ ਬਈ ਬਈ ਇੱਥੇ ਭਲਵਾਨ ਕਿਉਂ ਬਣਾਈ ਜਾਂਦਾ? ਬਸ ਹਾਂ ਬਈ ਇਹ ਮੈਂ ਥੱਲੇ ਆਵੇ ਸਾਡੇ। ਪਰ ਇੱਕ ਗੱਲ ਹੋਰ ਆ, ਜੇ ਸ਼ਾਇਦ ਬਾਜੀ ਨਸ਼ੇ ਤੇ ਲੱਗਿਆ ਹੁੰਦਾ ਫਿਰ ਤਾਂ ਪਿੰਡ ਵਾਲੇ ਖੁਸ਼ ਹੁੰਦੇ। ਲੈ ਫਿਰ ਲੈ ਕੇ ਦਿੰਦੇ, ਲੈ ਕੇ ਦਿੰਦੇ ਲਾਇਆ ਦੋ ਗ੍ਰਾਮੀਆਂ ਭਲਵਾਨ ਜੀ ਲਾਇਆ ਕਰੋ ਤੁਸੀਂ ਬੁੱਢੇ ਹੋ ਗਏ, ਤੁਹਾਡੇ ਅੰਗ ਪੈਰ ਲੋਟ ਰਹਿਣਗੇ, ਵੀ ਸਵੇਰੇ ਚਿੱਟੇ ਦੀਆਂ ਦੋ ਲਾਈਨਾਂ ਲਾ ਕੇ ਉੱਠਿਆ ਕਰੋ। ਇਹ ਮਾਨਸਿਕਤਾ, ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ। ਬਸ ਮਾੜਾ ਨਾ ਬੀਜੋ, ਨਾ ਬੀਜੋ, ਨਾ ਬੀਜੋ, ਜਵਾਕਾਂ ਨੂੰ ਵੱਢਣਾ ਪੈ ਜਾਂਦਾ। ਸਾਡੇ ਬਾਪੂ ਨੇ ਸਿਖਾਇਆ ਇਹ, ਜੇ ਤੁਹਾਡੇ ਕਰਮ ਮਾੜੇ ਕੀਤੇ ਹੋਏ ਨੇ ਵੱਡੇ, ਤੁਹਾਡੇ ਜਵਾਕਾਂ ਨੂੰ ਵੱਢਣਾ ਪੈਣਾ, ਵੱਢਣਾ ਪੈਣਾ ਪੱਕਾ। ਇਹ 'ਚ ਕੋਈ ਸ਼ੱਕ ਨਹੀਂ, ਪੱਕਾ। ਕਣਕ ਕਣਕ ਹੀ ਉੱਗੀ ਆ ਸਾਲੀ, ਇੱਧਰ ਮੱਕੀ ਆ, ਮੱਕੀ ਹੀ ਉੱਗੂ। ਉਹ ਹੱਥਾਂ ਨਾਲ ਬੀਜੀ ਆ। ਇਹ ਸੋਚ 'ਚ ਬੀਜ ਲਾ, ਬਾਣੀ ਬੀਜ ਲਾ। ਜਿਹੜਾ ਵਾਹਿਗੁਰੂ ਕਹਿੰਦਾ ਉਹ ਤੁਹਾਡਾ ਜਮ੍ਹਾਂ ਹੋ ਗਿਆ, ਮਿਲਣਾ ਤੁਹਾਨੂੰ ਉਹ। ਠੀਕ ਆ ਨਾ, ਵਾਹਿਗੁਰੂ ਜਾਪ ਕਰੋ, ਸਵਾਸ ਸਵਾਸ। 24,000 ਸਾਹ ਲੈਂਦੇ ਆਪਾਂ, ਸੁਖਮਨੀ ਸਾਹਿਬ ਦੇ 24 ਅਸ਼ਟਪਦੀਆਂ ਨੇ ਆਪਣੇ, 24,000 ਸਵਾਸ ਸਫਲ ਹੋ ਜਾਂਦੇ ਜੇ ਸੁਖਮਨੀ ਸਾਹਿਬ ਇੱਕ ਕਰ ਦਿੰਦੇ ਤੁਸੀਂ। ਠੀਕ ਹੈ ਜੀ, ਗੁਰੂ ਘਰ ਲਾਜ਼ਮੀ ਜਾਓ। ਪਹਿਲਾਂ ਮੈਂ ਕਹਿਣਾ 6-8-9 ਮਹੀਨੇ ਦੀ ਗੱਲ ਆ, ਚੱਲ ਹੁਣ ਤਾਂ ਕੰਟੀਨਿਊ ਜਾ, ਬਈ ਅੱਜ ਗੁਰੂ ਘਰ ਜਾਣਾ। ਅੱਜ ਗੱਲ ਕੀ, ਮਹਾਰਾਜ ਮੈਨੂੰ ਹਰੀ ਝੰਡੀ ਨਹੀਂ ਸੀ, ਕੋਲੋਂ ਮੁੜੇ ਆਉਣਾ ਕੋਲ ਦੀ, ਚੱਲ ਆਥਣੇ ਕੱਲੂ ਚੱਲਾਂਗੇ ਯਾਰ, ਕੱਲੂ ਚੱਲਾਂਗੇ। ਜਿਹਦੇ ਮਹਾਰਾਜ ਦੀ ਕਿਰਪਾ, ਜਿਹਦੋਂ ਜਿਹਨੂੰ ਹਰੀ ਝੰਡੀ ਹੋ ਗਈ ਉਹ ਜਾਊ ਅੰਦਰ, ਦੂਜਾ ਨਹੀਂ ਨਾ। ਫੁਰਨਾ ਇਹ ਜਾ ਜਾਣਾ, ਚੱਲ ਬਾਹਰ ਉਹਨੇ ਲਿਆਉਣਾ ਫੁਰਨਾ, ਤਾਂ ਛਿੱਤਰ ਵੀ ਉਹਨੇ ਪਾਉਣੇ ਨੇ। ਹੁਣ ਕਿਰਪਾ ਸੱਚੇ ਪਾਤਸ਼ਾਹ ਦੀ, ਮਹਾਰਾਜ ਦੇ ਦਰਸ਼ਨ ਹੁੰਦੇ ਆ ਰੋਜ਼, ਹਰ ਰੋਜ਼ ਜਾਣਾ, ਹਰ ਰੋਜ਼ ਨਹਾ ਕੇ ਨਿਤਨੇਮ ਕਰਕੇ ਵੀਰੇ ਪੱਕਾ, ਪੰਜ ਬਾਣੀਆਂ ਪੱਕਾ, ਰੋਟੀ ਮਿਲੇ ਨਾ ਮਿਲੇ ਅਕਸਰ ਕਰਾਂ ਨਾ ਕਰਾਂ, ਪੰਜ ਬਾਣੀਆਂ ਕਰਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਲਾਜ਼ਮੀ ਕਰਨੇ, ਮੱਥਾ ਟੇਕ ਕੇ ਹੀ ਆਉਣਾ। ਮੈਂ 2 ਮਿੰਟ ਬੈਠਾ ਨਾ ਬੈਠਾ ਨਮਸਕਾਰ ਕਰਕੇ ਹੀ ਆਉਣੀ ਹੈ ਪੱਕੀ। ਤਾਂ ਬਈ ਫਿਰ ਬਾਣੀ ਦੇ ਨਾਲ ਜਿਵੇਂ ਅਸੀਂ ਗੱਲ ਕਰਦੇ ਸੀ ਪੂਰੀ ਤਰ੍ਹਾਂ ਦੇ ਨਾਲ ਬਾਣੀ ਦੇ ਨਾਲ, ਇਹ ਵੀ ਜੋੜ ਕੇ ਰੱਖੇ ਹੋਏ ਆ, ਜਿਵੇਂ ਤੁਸੀਂ ਪਹਿਲਾਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਬਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਗਾਣਾ ਨਹੀਂ ਚੱਲਦਾ, ਨਹੀਂ ਜਦੋਂ ਪ੍ਰੈਕਟਿਸ ਕਰਦੇ ਆ ਉਦੋਂ ਗੁਰਬਾਣੀ ਚੱਲਦੀ, ਜਦੋਂ ਐਕਸਰਸਾਈਜ਼ ਸਟਾਰਟ ਕਰ ਰਹੀ ਉਦੋਂ ਸੁਖਮਨੀ ਸਾਹਿਬ ਦਾ ਪਾਠ ਸਟਾਰਟ ਹੋਣ ਨਾਲ, ਕੋਈ ਗੱਲ ਨਹੀਂ। ਇਹਨਾਂ ਨੂੰ ਮੈਂ ਸਮਝਾਉਣਾ, ਜੇ ਕਰਨਾ ਆਪਸ ਵਿੱਚ ਇਹ ਗੱਲ ਨਹੀਂ ਕਰ ਸਕਦੇ। ਅੱਛਾ ਗਾਣਾ ਤਾਂ ਦੂਰ ਦੀ ਗੱਲ ਆ, ਓਨਾ ਚਿਰ ਬਾਣੀ ਪੜ੍ਹਨੀ ਆ, ਓਨਾ ਚਿਰ ਬਾਣੀ ਸੁਣਨੀ ਅਸੀਂ, ਨਾਲ ਬਾਣੀ ਚੱਲਣੀ ਆ, ਗੇਮ ਲੱਗਣੀ ਆ, ਐਕਸਰਸਾਈਜ਼ ਹੋਣੀ ਆ, ਬਾਣੀ ਸਵੇਰੇ ਸ਼ਾਮ ਬਾਣੀ ਸੁਣਨੀ ਆ। ਇਹਨਾਂ ਕਿਹਾ ਸਾਰੇ ਵੀ ਜਾਪ 500 ਗਿਰੀ ਉਂਗਲਾਂ ਦੇ ਕਰ ਲਓ, ਹੁਣ 5 ਨੇ ਹਨਾ, ਵਾਹਿਗੁਰੂ 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 ਵਾਹਿਗੁਰੂ, 75 ਗਿਰੀ ਹੋ ਗਿਆ ਇੱਧਰਲੇ ਉਂਗਲਾਂ ਦੇ, 15 ਜੇ 5-5 ਦਾ ਚੱਕਦੇ ਹੋ, ਬਿਲਕੁਲ ਬਿਲਕੁਲ ਹਨਾ, 150 ਗਿਰੀ ਹੋ ਗਿਆ ਵੀ ਇੱਦਾਂ ਇੱਦਾਂ ਕਰਿਆ ਕਰੋ, 100 ਗਿਰੀ, 200 ਗਿਰੀ, 100 ਗਿਰੀ ਸਵੇਰੇ, 100 ਗਿਰੀ ਦੁਪਹਿਰੇ, 100 ਗਿਰੀ ਸ਼ਾਮ ਨੂੰ, ਥੋੜ੍ਹਾ ਥੋੜ੍ਹਾ ਵਧਾਈ ਚੱਲੋ, ਇਹੀ ਨਾਲ ਜਾਣਾ ਜੀ। ਅੱਛਾ ਕੀ ਬਾਜੀ ਦਾ ਕੀ ਕਾਰਨ ਰਿਹਾ ਵੀ ਇੰਨਾ ਇੰਨਾ ਬਾਣੀ ਦੇ ਨਾਲ ਜੁੜਨ ਦਾ ਕਾਰਨ ਕੀ ਰਿਹਾ? ਬਸ ਕਾਰਨ ਆਪਾਂ ਪਹਿਲਾਂ ਤੋਂ ਹੀ ਸੱਚਾਈ ਦੇ ਤਾਂ ਪਹਿਲਾਂ ਤੋਂ ਹੀ ਆ, ਵੀ ਐਂ ਝੂਠ ਝਾਠ ਵਾਲੀ ਗੱਲ ਹੋਰ, ਮਾੜੀ ਗੱਲ ਕਿਸੇ ਨਾਲ ਬੇਈਮਾਨੀ ਜਾਂ ਕਿਸੇ ਦੇ ਪੈਸੇ ਮਾਰ ਲਏ ਜਾਂ ਹੋਰ, ਨਾ ਮਤਲਬ ਹੀ ਨਹੀਂ ਕੋਈ, ਕੋਡੀ ਵਾਲਾ ਕੋਈ ਕਹਿ ਦੇਵੇ ਮੈਚ ਮੈਨੂੰ ਘੱਟ ਦਿੱਤੇ ਆ ਜਾਂ ਕੋਲ ਪੱਲਿਓਂ ਤਾਂ ਪਾ ਦਿੰਦੇ ਹਾਂ, ਪਰ ਇਹ ਨਹੀਂ ਗੱਲ ਵੀ ਨਾ। ਬਾਕੀ ਮਹਾਰਾਜ ਦੀ ਕਿਰਪਾ, ਜਦ ਆਪਾਂ ਆਪਣਾ ਕੌਲਾ ਸਾਫ਼ ਆ ਨਾ, ਖੈਰ ਪਾਉਣ ਵਾਲਾ, ਦੇਖੋ ਆਪਾਂ ਮੈਂ ਕਹਿੰਦਾ ਵੀ ਫਤਿਹ ਮੇਰਾ ਪੁੱਤ ਆ, ਵੀ ਇਹਦੇ ਜਿਹੜੀ ਇਹਦੇ ਦਿਮਾਗ, ਮੈਂ ਜਿਹੜੀ ਮੈਂ ਤਰਸਿਆ ਜਿਹੜੀਆਂ ਚੀਜ਼ਾਂ ਨੂੰ ਵੀ ਇਹ ਨਾ ਤਰਸੇ, ਹਨਾ ਬਈ ਇਹਦੀ ਸੋਚ ਤੋਂ ਪਹਿਲਾਂ ਮੈਂ ਹਾਜ਼ਰ ਕਰਦਾ। ਉਹ ਆਪਣਾ ਝੂਠਾ ਰਿਸ਼ਤਾ ਇਹਦਾ, ਇਹਦੀ ਮਾਂ ਨਾਲ ਵੀ, ਮੇਰੇ ਨਾਲ ਵੀ, ਇਹਦੀ ਡੋਰ ਮਹਾਰਾਜ ਦੇ ਹੱਥ ਆ, ਮੇਰੇ ਹੱਥ ਨਹੀਂ। ਮਹਾਰਾਜ ਤਾਂ ਇਹ ਕਹਿੰਦਾ, ਮਹਾਰਾਜ ਕਹਿੰਦਾ ਤੁਸੀਂ ਮੇਰੇ ਪੁੱਤ ਹੋ, ਤੁਸੀਂ ਸਹੀ ਬਣ ਜਾਓ, ਤੁਹਾਨੂੰ ਮੈਂ ਸੋਚ ਤੋਂ ਪਹਿਲਾਂ ਚੀਜ਼ ਲੈ ਕੇ ਦੇ ਦੂੰ, ਨਾ ਕਰੋ ਕੰਮ ਤੁਸੀਂ, ਤੁਸੀਂ ਨੌ ਹੀ ਜਾਪ ਲਓ ਮੇਰਾ। ਅੱਛਾ ਇੱਕ ਚੀਜ਼ ਹੋਰ ਆ,
ਮਤਲਬ ਜੇ ਬੜੇ ਕਬੱਡੀ ਵਾਲਿਆਂ ਦੇ ਨਾਲ ਗੱਲਬਾਤ ਹੁੰਦੀ ਆ, ਤੁਹਾਡੇ ਟਾਈਮ ਦੇ ਜਿਹੜੇ ਖਿਡਾਰੀ ਨੇ ਬਹੁਤੇ ਬਾਹਰ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਆ ਵੀ ਤੁਸੀਂ ਕਬੱਡੀ ਦੇ ਵਿੱਚ ਗਾਹਾਂ ਆਪਦਾ ਪੁੱਤਰ ਲਿਆਉਂਗੇ? ਕਹਿੰਦੇ ਨਹੀਂ ਜੀ, ਅਸੀਂ ਕਬੱਡੀ ਦੇ ਵਿੱਚ ਆਪਦਾ ਮੁੰਡਾ ਹੀ ਲਾਉਂਦੇ। ਪਰ ਜੇ ਬਾਜੀ ਦੇ ਨਾਲ ਗੱਲ ਕਰੀਏ ਤਾਂ ਬਾਜੀ ਕਹਿੰਦਾ ਵੀ ਮੇਰੇ ਨਾਲੋਂ ਵੱਧ ਕੇ ਇਹ ਜਾਊਗਾ ਤੇ ਕਬੱਡੀ ਦੇ ਵਿੱਚ ਮੈਂ ਲੈ ਕੇ ਆਇਆ। ਕਬੱਡੀ ਨੇ ਨਾਂ ਦਿੱਤਾ, ਕਬੱਡੀ ਨੇ ਸਾਰਾ ਕੁਛ ਦਿੱਤਾ, ਕਬੱਡੀ ਰੋਜੀ ਆਪਣੀ, ਠੀਕ ਆ। ਮੈਂ ਜਿਹੋ ਜਿਹਾ ਮੈਂ ਬੀਜੂ ਉਹੋ ਜਿਹਾ ਵੱਢੂ, ਮੈਂ ਚੰਗਾ ਬੀਜੂ ਮੇਰਾ ਪੁੱਤ ਮੱਲ ਬਣੂ, ਮੈਂ ਮਾੜਾ ਬੀਜੂ ਮੇਰਾ ਪੁੱਤ ਮੱਲ ਨਹੀਂ ਬਣ ਸਕਦਾ। ਉਹ ਸਮੈਕੀਆ ਬਣੂ ਜਾਂ ਟੀਕੇ ਲਾ ਕੇ ਕਬੱਡੀ ਖੇਡੂ, ਫਿਰ ਕਿਡਨੀਆਂ ਕੁੜਨੀਆਂ ਖਰਾਬ ਹੋਣਗੀਆਂ, ਫਿਰ ਟਾਈਮ ਤੋਂ ਪਹਿਲਾਂ ਚਲਾ ਜਾਓ, ਮਾਂ ਪਿਓ ਅੱਖਾਂ 'ਚ ਘਸਾਉਣ ਜਦੋਂ ਰੋਣਗੇ ਇਹ ਚੀਜ਼ ਹੋਊਗੀ, ਠੀਕ ਹੈ ਨਾ। ਆਪਾਂ ਸੱਚਾਈ ਅਤੇ ਮਿਹਨਤ ਅਤੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ, ਆਪ ਜਪਾਏ ਜਪੇ ਸੋ ਨੋ, ਜਾਣਾ ਇੱਕ ਦਿਨ ਸਾਰਿਆਂ ਨੇ, ਚੰਗਾ ਕੰਮ ਕਰਕੇ ਜਾਓ, ਚੰਗਾ ਕਰਕੇ ਜਾਓ ਬਸ। ਐਵੇਂ ਲੋਕਾਂ ਨੂੰ ਦੇਖਦੇ ਸੜੀ ਜਾਂਦੇ ਹੋ, ਫਲਾਣੇ ਦਾ ਪੁੱਟ ਤਾਂ ਆਏ ਆ ਜੀ, ਆਏ ਆ ਜੀ, ਐਵੇਂ ਮੁਫਤ ਦੇ ਪਾਪ ਪੰਡਾਂ ਮੈਂ ਫ੍ਰੀ ਦੀਆਂ। ਅੱਛਾ ਇੱਕ ਚੀਜ਼ ਦੱਸੋ, ਇਹ ਚੀਜ਼ ਦਿਮਾਗ ਦੇ ਵਿੱਚ ਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਆਉਣਾ ਤਾਂ ਮੈਂ ਗਰਾਊਂਡ ਦੇ ਵਿੱਚ ਹੈਗਾ, ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਪਿਓ ਪੁੱਤ ਇਕੱਠੇ ਜਾ ਫਲੈਣ ਦੇ ਵਿੱਚ ਹੋਈਏ। ਹਾਂ ਹੋਊਗਾ, ਇਹ ਸੋਚਿਆ ਹੋਇਆ। ਅੱਛਾ ਵੀ ਸੱਜੀ ਕਿ ਨਹੀਂ ਫਤਿਹ ਨੇ ਚੱਕਣੀ, ਖੱਬੀ ਬਾਜੀ ਨੇ ਚੱਕਣੀ, ਖੱਬੀ ਹੈ। ਅੱਛਾ ਇਹ ਚੀਜ਼ ਲੈ ਕੇ ਆਉਣੀ ਹੈ ਵੀ ਦੱਸਣਾ ਵੀ ਭਾਈ ਪਿਓ ਪੁੱਤ ਆ ਕੇ ਗਰਾਊਂਡ ਦੇ ਵਿੱਚ ਜੁੱਤੀ 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 ਫਿਰ ਆਗੇ। ਅੱਛਾ ਹਾਂ, ਕਈ ਕਹਿ ਦਿੰਦੇ ਆ ਤੂੰ ਬਾਈ ਕਹਿੰਦੇ ਸੁਹਾਗਾ, ਸੁਹਾਗਾ ਪਾਉਣ ਨੂੰ ਵੀ ਟਾਈਮ ਲੱਗਦਾ, ਫੇਰ ਨੂੰ ਤਾਂ ਲੱਗਣੇ ਲੱਗਣਾ ਟਾਈਮ। ਹੁਣ ਮੈਂ 50 ਸਾਲ ਦਾ ਹੋ ਗਿਆ, 12-15 ਫ੍ਰੈਕਚਰ ਨੇ ਮੇਰੇ, 3-4 ਮੇਰੀਆਂ ਸਰਜਰੀ ਹੋਈ ਅੱਖ ਦੀਆਂ, ਹੁਣ ਹੌਲੀ 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 ਮੈਂ ਭਰਪਾਈ ਕਰਕੇ ਕਰੂ। ਮੈਂ ਕਿਹੜਾ ਹੁਣ ਮੈਂ ਤੁਹਾਨੂੰ ਇਹ ਕਹਿਣਾ ਵੀ ਮੈਂ ਨਹੀਂ ਕਰਨਾ, ਜਾਂ ਤਾਂ ਮੈਂ ਕਹਾਂ ਵੀ ਨਹੀਂ ਕਰਨਾ। ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਐਡੀ ਛੇਤੀ ਨਹੀਂ ਹੁੰਦੀਆਂ, ਹੁੰਦੀਆਂ ਉਮਰਾਂ ਲੱਗ ਜਾਂਦੀਆਂ ਨੇ ਮੱਲ ਬਣਨ ਨੂੰ। ਇਹ ਕਹਿੰਦੇ ਆ ਵੀ 6 ਮਹੀਨੇ ਦੀ ਬਰੈਲਰ ਬਣ ਕੇ ਕਰ ਕੰਮ, ਉਹ ਚੀਜ਼ ਮੇਰੇ ਤੋਂ ਨਹੀਂ ਹੋਣੀ, ਨਾ ਮੇਰੀ ਥਿਊਰੀ 'ਚ ਆ ਉਹ, ਨਾ ਆਪਣੀ ਫਿਤਰ 'ਚ ਆ। ਬੇਈਮਾਨੀ ਸ਼ੋਰਟਕੱਟ ਮਾਰ ਕੇ ਤਾਂ ਮੂਹਰੇ ਆਉਣਾ ਹੀ ਨਹੀਂ, ਤਪੱਸਿਆ ਕਰਕੇ ਚੰਗਾ ਬੀਜ ਕੇ ਉਹ ਵੱਢਾਂਗੇ। ਹੁਣ ਵੱਢੂ ਆਪੇ ਇਹ ਦੇਖੀ, ਆ ਜ਼ਿਲ੍ਹਿਆਂ 'ਚ ਨੇੜੇ ਵੀ ਨਹੀਂ ਖੜਿਆ ਕੋਈ, ਜ਼ਿਲ੍ਹਿਆਂ 'ਚ ਤਕੜੇ ਆ ਜਾਂਦੇ ਆ, ਜ਼ਿਲ੍ਹਿਆਂ ਦੇ 3 ਮੈਚਾਂ 'ਚ 15 ਟੱਚ 15 ਹੀ ਜੱਫੇ, 12-12 ਹੀ ਜੱਫੇ, ਨੇੜੇ ਵੀ ਨਹੀਂ ਹੈ ਨਾ। ਅਗਲਾ ਕਹਿੰਦਾ ਕੌਣ ਤਿਆਰ ਕੀਤਾ, ਦੂਜੇ ਧੂਰ ਕੋਟੀਏ ਮੁੰਡੇ ਨੇ, ਫਿੱਟ ਨੇ ਤਕੜੇ ਨੇ, ਟਾਈਮ ਲੱਗਦਾ, 2-3 ਸਾਲ ਲੱਗਦੇ ਨੇ ਉਹਨਾਂ ਨੂੰ, 2-2-3-3 ਸਾਲ ਹੋ ਗਏ ਜਵਾਕਾਂ ਨੂੰ। ਅੱਛਾ ਇਹ ਤਾਂ ਨਹੀਂ ਗੱਲ ਵੀ ਹੁਣੀ 2 ਸਾਲ ਦਾ ਖੇਡਣ ਲਿਆ, ਮਤਲਬ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਹੋ ਵੀ ਸ਼ੁਰੂਆਤ ਤੋਂ ਹੀ ਮੇਰੀ ਤਾਂ ਮਿਹਨਤ ਓਨੀ ਸੀ। ਸੁਣ ਲਾ, ਫੱਲਿਆ ਟੂਰਨਾਮੈਂਟ ਸੀ, ਮੈਨੂੰ ਸਨਮਾਨਿਤ ਕਰਨਾ ਸੀ, ਇਹ ਸੀ ਛੋਟਾ ਜਿਹਾ, ਮੈਂ ਨਾਲ ਲੈ ਗਿਆ। ਮੈਂ ਹੁਣ ਐਕਸਰਸਾਈਜ਼ ਮੈਂ ਨਹੀਂ ਕਦੇ ਜਸ ਕੱਚਾ ਛੱਡਿਆ ਇਹ। ਅੱਛਾ ਇੱਕ ਨਾ ਨਾ ਮੈਂ ਨਹੀਂ ਛੱਡਿਆ, ਡੈਡੀ ਪਤੰਗ ਲਿਆਉਣਾ, 4 ਰੱਸਾ 5 ਗਰੀ ਵਧਾ ਦੇ। ਅੱਛਾ ਆਹ ਚੀਜ਼ ਲੈਣੀ ਆ, ਆਹ ਚੀਜ਼ ਕਰ ਲਾ, ਆਹ ਚੀਜ਼ ਲੈਣੀ ਆ, ਆਹ ਚੀਜ਼ ਕਰ ਲਾ। ਬੈੱਡ ਦੇ ਵੀ ਐਕਸਰਸਾਈਜ਼ ਤੋਂ ਛੋਟੇ ਹੁੰਦੇ ਕਰਾਉਂਦਾ ਰਿਹਾ ਮੈਂ। ਅੱਛਾ ਸਟੈਚਿੰਗ ਮੈਂ ਇਹਨੂੰ ਰੁੜਦੇ ਦੀ ਕਰਾਉਣ ਲੱਗ ਗਿਆ ਸੀ ਲੱਤਾਂ ਦੀ, ਜਦੋਂ ਮਹੀਨਿਆਂ ਕਦਾ ਹੁੰਦਾ ਛੋਟਾ ਸੀ। ਹਾਂ ਹਾਂ, ਅਤੇ ਬਸ ਹੌਲੀ ਹੌਲੀ ਕਰ ਮੈਂ ਹਾਂ ਟੂਰਨਾਮੈਂਟ 'ਤੇ ਚਲੇ ਗਏ, ਉੱਥੇ ਭਰਾਵਾ ਜਵਾਕ 37 ਕਿਲੋ ਵਾਲੇ ਪੱਕੜ ਐਂ ਫਿਰਨ, ਮੈਨੂੰ ਕਹਿੰਦਾ ਡੈਡੀ ਮੈਂ ਖੇਡਣਾ, ਗਰਾਊਂਡ 'ਚ ਨਹੀਂ ਗਿਆ ਸੀ ਇਹ। ਅੱਛਾ ਹਾਂ, ਇੱਕ ਹੋਰ ਵੀ ਹਾਦਸਾ ਮੈਂ ਸਮਝਾਉਣਾ ਤੁਹਾਨੂੰ ਗੱਲ, ਇਹਨੇ ਭਾਈ ਫੜ ਫੜ ਜਵਾਕ ਮਾਲੀ ਦਿੱਤੇ। ਅੱਛਾ ਇਹਨੇ ਕੱਪੜੇ ਲਾਏ ਸੀ ਦੀ ਸਟੇਜ 'ਤੇ ਬੈਠੇ, ਕਹਿੰਦਾ ਡੈਡੀ ਮੈਂ ਖੇਡਣਾ, ਮੈਂ ਜਾ ਭਾਜਾ ਜਾ ਫਿਰ, ਯਾਨੀ ਵੱਡਾ ਬੁੱਢਾ ਤਾਂ ਗਿਆ, ਰੜਾ ਗਰਾਊਂਡ ਸੀ ਕਾਇਦੇ ਵਾਲਾ ਗਰਾਊਂਡ ਸੀ ਘਾਹ ਵਾਲਾ, ਉੱਤੋਂ ਮੈਂ ਆ ਜਾ ਉਰੇ ਲਾ ਲਓ ਇੱਥੋਂ, ਮੈਂ ਕੁਲਚਿਆਂ ਵਾਲਾ ਮੈਂ ਘਿਓ ਹੀ ਲਾਤਾ ਥੋੜ੍ਹਾ ਜਿਹਾ, ਮੈਂ ਚੱਲ ਹੁਣ ਤਾਂ ਮਾੜਾ ਨੋਟ ਹੋ ਜੂ। ਫਿਰ ਨੰਬਰ 2 ਜਿਹੜੇ ਕਹਿੰਦੇ ਆ ਨਾ ਮੈਚ ਖੇਡ ਕੇ ਜਾਂ ਆਹ ਕਰਕੇ ਤਕੜਾ ਹੁੰਦਾ, ਮੈਚ ਮੂਚ ਨਾਲ ਕੋਈ ਤਕੜਾ ਨਹੀਂ ਹੁੰਦਾ, ਮੈਚ ਨਾਲ ਤਕੜੇ ਉਹ ਹੁੰਦੇ ਆ ਜਿਹਨਾਂ ਕੋਲ 2 ਰੇਡਰ ਸਿਰੇ ਦੇ ਆ, 2 ਜਾਫੀ ਸਿਰੇ ਦੇ ਆ, ਲੱਖ ਰੁਪਈਆ ਹੱਥ ਨੇ ਲੈ ਕੇ ਆਉਣਾ ਫਾਈਨਲ ਖੇਡਣਾ, 6-7 ਮੈਚ ਖੇਡਦੇ ਆ, ਉਹ ਮੈਚ ਲਾ ਕੇ ਫਿੱਟ ਹੋ ਜਾਂਦੇ ਆ। ਮੈਚਾਂ ਵਾਲੀ ਗੱਲ ਸੁਣਾਉਣਾ, ਚੱਲ ਆਪਦੀ ਸੋਚ ਆਊ, ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਮੈਂ ਨਾ ਮੈਚ ਖੇਡ ਕੇ ਮੈਂ ਫਿੱਟ ਹੋਇਆ, ਮੈਂ ਤਾਂ ਤਪੱਸਿਆ ਐਕਸਰਸਾਈਜ਼ ਨਾਲ ਤਕੜਾ ਖੇਡਿਆ। ਫਤਿਹ ਨੂੰ ਮੰਡੀਆਂ ਸਕੂਲ ਤੋਂ ਮੈਂ ਆਂਡਲੂ ਸਕੂਲ ਲਾਤਾ। ਅੱਛਾ ਉੱਥੇ ਕਹਿੰਦੇ ਵੀ ਕਬੱਡੀ ਦੀ ਟੀਮ ਹੈਗੀ ਆ, ਇਹ ਕਹਿੰਦਾ ਡੈਡੀ ਵੀ ਮੈਂ ਉੱਥੇ ਹਾਕੀ ਸੀ, ਚੱਲ ਮੈਂ ਪਹਿਲਾਂ ਮੈਂ ਚੱਲ ਹਾਕੀ ਖੇਡ ਲੂ, ਉਹ ਤਾਂ ਵੀ ਚੱਲ ਪੰਗੇ ਪੁੰਗੇ ਲਏ, ਕਹਿੰਦਾ ਡੈਡੀ ਮੈਂ ਤਾਂ ਉੱਥੇ ਸਕੂਲ ਦੀ ਉੱਥੇ ਵਧੀਆ ਟੀਮ ਆ ਨੈਸ਼ਨਲ ਸਟਾਈਲ ਦੀ, ਮੈਂ ਚੱਲ ਲਾ ਦਿੰਦਾ ਯਾਰ, ਮੈਂ ਲਾਤਾ। ਪਹਿਲੇ ਦਿਨ ਗਿਆ ਚੱਕ ਚੱਕ ਪੁੱਠੇ ਕਰਤੇ ਸਾਰੇ। ਅੱਛਾ ਪਹਿਲੇ ਦਿਨ ਹੀ ਕੈਪਟਨ? ਅੱਛਾ ਮੰਨਦੇ ਹੋ ਤੁਸੀਂ ਗੱਲ? ਪਹਿਲੇ ਦਿਨ? ਹਾਂ ਪਹਿਲੇ ਦਿਨ ਹੀ ਮੇਰੇ ਉਹ ਲਈ ਆਈ ਕਾਰਡ ਲਈ ਫਿਰ ਲਿਫਾਫੇ 'ਚ ਬਾਈ, ਮੈਂ ਆ ਗਿਆ, ਕਹਿੰਦਾ ਡੈਡੀ ਕਪਤਾਨ ਆ ਮੈਂ। ਹਾਂ ਯਾਰ ਫਿਟਨੈਸ ਨੂੰ ਫਿਟਨੈਸ ਤਾਂ ਬੋਲਦੀ ਆ, ਹੁਣ ਜੈਰੋ ਹੁਣੀ ਕਿੱਥੇ ਕਬੱਡੀ ਖੇਡਦੇ ਆ, ਤੂਫਾਨ ਕਿੱਥੇ ਕਬੱਡੀ ਖੇਡਿਆ ਸੀ, ਠੀਕ ਆ ਨਾ। ਫਿਟਨੈਸ ਸੀ, ਫਿਟਨੈਸ ਸੀ, ਫਿਟਨੈਸ ਬੋਲੂਗੀ ਆਪੇ ਹੀ। ਜਿਹੜਾ ਤਪੱਸਵੀ ਆ, ਤਪੱਸਿਆ ਕਰੀ ਹੋਈ ਆ, ਉਹਦਾ ਬਾਈ ਐਵਰੇਜ ਦਊਗਾ ਹੀ ਦਊਗਾ। ਕਬੱਡੀ ਦੇ ਵਿੱਚ ਜਿਮ ਜੁੰਮ ਦੀ ਜ਼ਰੂਰਤ ਹੁੰਦੀ ਆ ਬਹੁਤੀ? ਮੇਰੀ ਥਿਊਰੀ 'ਚ ਕੋਈ ਜ਼ਰੂਰਤ ਨਹੀਂ।
ਤੁਸੀਂ ਤਾਂ ਚਾਰ ਕ ਮਸ਼ੀਨਾਂ ਵੀ ਰੱਖੀ ਬੈਠੇ ਭਰਾ ਇਹ ਵੀਰੇ ਕੋਈ ਚੜਦੇ ਨਹੀਂ ਉਹ ਬੈਗ ਪਏ ਨੇ ਉੱਤੇ ਆ ਤੁਹਾਡੇ ਕਰਕੇ ਮੈਂ ਧੋਦੀਆਂ ਗਰਦ ਪਈ ਪਈ ਸੀ ਇਹਨਾਂ ਤੇ ਪਹਿਲਾਂ ਤਾਂ ਇੱਥੇ ਕੱਪੜੇ ਸੁੱਕਣੇ ਪਾਈ ਜਾਂਦੇ ਸੀ ਮੈਂ ਕਿਹਾ ਉਹ ਰਹਿਣ ਦਿਓ ਤੁਸੀਂ ਤਾਰ ਬੰਨ ਲਓ ਹਨਾ ਫਿਰ ਮੈਂ ਕਿਹਾ ਚੱਲ ਸੋਹਣੀਆਂ ਲੱਗਦੀਆਂ ਯਾਰ ਬਹਿ ਬੂ ਜਾਂਦੇ ਸਾਡਾ ਥੋੜ੍ਹਾ ਸਿਸਟਮ ਇਹੋ ਜਿਹਾ ਤੇ ਮਤਲਬ ਹੀ ਨਹੀਂ ਕੋਈ ਉਵੇਂ ਹੀ ਪਿਆ ਸਾਰਾ ਕੁਛ ਉੱਥੇ ਹੀ ਬੜਾ ਕੁਛ ਹੋ ਜਾਂਦਾ ਇਹ ਤਾਂ ਪਰੇ ਦੀ ਲੰਘਦੇ ਐ ਸੱਪ ਵਾਂਗੂ ਉੱਥੇ ਮੰਡੀ ਦੀ ਗੱਲ ਆ ਮੰਡੀ ਜਿਮ ਸਾਡਾ ਲਾਇਆ ਹੋਇਆ ਸੀ ਕੈਂਪ ਜਿਮ ਦਾ ਹਾਲ ਵੱਡੇ ਮਸ਼ੀਨਾਂ ਮਸ਼ੀਨਾਂ ਪਈਆਂ ਸੀ ਉਹ ਜੇ ਡੰਬਲ ਵਿਚਾਲੇ ਪਿਆ ਹੋਇਆ ਕਰਨ ਹਲੇ ਐਂ ਲੰਘਿਆ ਕਰਨ ਉੱਤੋਂ ਦੀ ਜਿਵੇਂ ਸੱਪ ਹੁੰਦਾ ਚੱਕਣਾ ਨਾ ਪੈ ਜੇ ਹੁਣ ਐਕਸਰਸਾਈਜ਼ ਕਰਾ ਦੇ ਇੰਨੀ ਇਹਨਾਂ ਦੀ ਠੀਕ ਹੈ ਨਾ ਐਕਸਰਸਾਈਜ਼ ਤਾਂ ਬੋਡੀ ਵੇਟ ਨਾਲ ਹੀ ਬਹੁਤ ਹੋ ਜਾਂਦੀ ਆ ਜਿਹੜੀ ਬੋਡੀ ਵੇਟ ਨਾਲ ਐਕਸਰਸਾਈਜ਼ ਆ ਡੰਡ ਬੋਡੀ ਵੇਟ ਨਾਲ ਆ ਡੰਡਾ ਦਾ ਤੁਸੀਂ ਪਲੈਂਗ ਲਾ ਲਓ ਹੈਂ 10 ਕੁਇੰਟਲ ਦੇਖੋ ਕੀ ਬਣਦਾ ਵਿਚਾਲੇ ਹਾਫ ਤੇ ਪਲੈਂਗ ਲਾ ਲਓ ਥੱਲੇ ਪਲੈਂਗ ਲਾ ਲਓ ਫਿਰ ਤਾਂ ਚੱਕ ਲਓ ਫਿਰ ਤਾਂ ਪਲੈਂਗ ਲਾ ਲਓ ਇਹੀ ਲੱਗਾਂ ਦੀ ਆ ਲੈਗ ਵਾਲਾ ਪਲੈਂਗ ਲਾ ਲਓ ਉਹ ਉਹ ਐਕਸਰਸਾਈਜ਼ ਹੈਗੀ ਬੋਰਿੰਗ ਜੀ ਪਰ ਬੋਡੀ ਵੇਟ ਵਾਲੀ ਆ ਹੁਣ ਇੱਥੇ ਪਲੈਂਗ ਲਾ ਲਾ ਇਹਦਾ ਲੱਤਾਂ ਦਾ ਹਨਾ ਇੱਥੇ ਹੀ ਹੌਲੀ ਹੌਲੀ ਇੱਥੇ ਹੀ ਕਰੀ ਚੱਲ 50 ਕਰੋ ਇੱਥੇ ਹੀ ਫਿਰ ਅਪ ਫਿਰ ਉੱਥੇ ਆ ਕੇ ਹਾਫ ਤੇ ਫਿਰ 50 ਅੱਛਾ ਇੱਕ ਇੱਕ ਚੀਜ਼ ਮੈਨੂੰ ਹੋਰ ਦੱਸਿਓ ਹੁਣ ਜਦੋਂ ਕਬੱਡੀ ਦੀਆਂ ਕੋਈ ਮੁਲਾਕਾਤਾਂ ਦੇਖਦੇ ਆ ਨਾ ਇੱਕ ਚੀਜ਼ ਬੜੀ ਆ ਕਹਿੰਦੇ ਕਬੱਡੀ ਦੇ ਵਿੱਚ ਯਾਰ ਇਹ ਚੀਜ਼ ਗੈਂਗਵਾਰ ਵਾਲਾ ਸਿਸਟਮ ਗੈਂਗਸਟਰ ਵਾਲਾ ਸਿਸਟਮ ਬੜਾ ਗਿਆ ਹੁਣ ਜੇ ਬਾਜੀ ਨੇ ਵੀ ਅਕੈਡਮੀ ਖੋਲ੍ਹੀ ਹੋਈ ਆ ਬਾਜੀ ਵੀ ਆਪਦੇ ਖਿਡਾਰੀਆਂ ਨੂੰ ਲੈ ਕੇ ਜਾਂਦਾ ਬਾਜੀ ਨੂੰ ਨਹੀਂ ਕਦੇ ਫੋਨ ਆਇਆ ਬਈ ਤੂੰ ਭਾਈ ਇੱਥੇ ਖੇਡਣਾ ਹੀ ਆ ਇੱਥੇ ਆਹ ਚੀਜ਼ ਕਰਨੀ ਆ ਇੱਥੇ ਆਹ ਚੀਜ਼ ਕਰਨੀ ਆ ਕਿਸੇ ਭਾਈ ਦਾ ਗੈਂਗਸਟਰ ਦਾ ਬਾਪਾ ਦਾ ਫੋਨ ਆਇਆ ਨਹੀਂ ਕਦੇ ਹਾਂ ਠੀਕ ਆ ਐਵੇਂ ਪਤਾ ਨਹੀਂ ਕਿਉਂ ਨੇ ਇਹ ਗੱਲਾਂ ਕੌਣ ਕਰਦੇ ਆ ਬਈ ਕਬੱਡੀ ਨੂੰ ਗੈਂਗਸਟਰ ਚਲਾਉਂਦੇ ਆ ਜਾਂ ਹੋਰ ਚਲਾਉਂਦੇ ਆ ਮੈਂ ਯਾਰ ਕੱਚੀਆਂ ਗੱਲਾਂ ਨੇ ਜੇ ਤੁਸੀਂ ਗਲਤ ਦਿਸ਼ਾ ਵੱਲ ਜਾਓਗੇ ਫਿਰ ਤੁਹਾਨੂੰ ਫੋਨ ਆਊਗਾ ਜੇ ਤੁਹਾਡੇ 'ਚ ਕੋਈ ਕਮੀ ਆ ਕਾਣੇ ਹੋ ਜੇ ਕਾਣੇ ਹੋ ਜੇ ਮੇਰੇ ਤੋਂ ਤੁਸੀਂ ਪੈਸੇ ਲੈ ਕੇ ਕਾਰ ਲੈ ਕੇ ਮੈਂ ਤੁਹਾਨੂੰ ਸਨਮਾਨਿਤ ਕਰਤੀ ਗੱਡੀ ਉਦੋਂ ਬਾਅਦ ਤੁਸੀਂ ਪਿੰਡਾਂ ਦੇ ਮੈਚ ਖੇਡੀ ਜਾਂਦੇ ਹੋ ਫਿਰ ਤਾਂ ਅਗਲਾ 15-16 ਲੱਖ ਦੀ ਤੁਹਾਨੂੰ ਗੱਡੀ ਦਿੱਤੀ ਆ ਤੂੰ ਅਗਲੇ ਦੇ ਮੈਚ ਖੇਡ ਜਿੰਨੇ ਕਮਿਟਮੈਂਟ ਕੀਤੀ ਆ ਫਿਰ ਤਾਂ ਕੁਛ ਨਾ ਕੁਛ ਹੋਊਗਾ ਫਿਰ ਅਗਲਾ ਆਪ ਨਹੀਂ ਕਰੂ ਹੋਰ ਕਿਸੇ ਤੋਂ ਕਰਾ ਦੂ ਫਿਰ ਜਦੋਂ ਗੋਲੀ ਚਿੱਤਲਾ ਗੋਲ ਦੀ ਲੰਘਦੀ ਆ ਫਿਰ ਕਹਿੰਦੇ ਵੀ ਗੈਂਗਸਟਰ ਆ ਗਏ ਤੁਸੀਂ 16 ਲੱਖ ਦੀ ਗੱਡੀ ਲੈ ਲਈ ਪੈਸੇ ਲੈ ਲਏ ਉਦੋਂ ਬਾਅਦ ਤੁਸੀਂ ਭਰ ਪਾਈ ਉਹ ਕਲੱਬ ਵਾਲੇ ਨੇ ਕਰ ਰਹੇ ਕਰ ਨਹੀਂ ਰਹੇ ਬਿਲਕੁਲ ਸਹੀ ਆ ਨਾ ਤੇ ਕਸੂਰ ਪਲੇਅਰਾਂ ਦਾ ਹੀ ਆ ਮੈਨੂੰ 3 ਸਾਲ ਹੋ ਗਏ ਚਲਾਉਂਦੇ ਨੂੰ ਅਕੈਡਮੀ ਹੁਣ ਦੇਖੋ ਸਾਡੀ 10,000 ਰੁਪਈਆ ਫੀਸ ਸਾਡੇ 10,000 ਜਿਹੜਾ ਲੋੜ ਬਣਦਾ ਉਹਦੀ ਦੂਜੇ ਮਹੀਨੇ ਅਸੀਂ 5,000 ਕਰ ਦਿੰਦੇ ਹਾਂ 4,000 ਕਰ ਦਿੰਦੇ ਹਾਂ ਠੀਕ ਹੈ ਹਨਾ ਹੁਣ ਦੇਖੋ ਜੀ ਸਿਸਟਮ ਵੀ ਚਲਾਉਣਾ ਬਿੱਲ ਵੀ ਭਰਨੇ ਆ ਸਭ ਕੁਛ ਆਪਦੇ ਵੀ ਢਿੱਡ ਲੱਗਿਆ ਹੋਇਆ ਹਨਾ ਪੈਟਰੋਲ ਵੀ ਫੂਕਦੇ ਹਾਂ ਸਾਰੀ ਦਿਹਾੜੀ ਤੁਰੇ ਵੀ ਫਿਰਦੇ ਹਾਂ 45 ਸਾਲ ਹੋ ਗਏ 60,000 ਰੁਪਈਆ ਭਰਾ ਲੈਂਦੇ ਆ ਆਈਲੈਟਸ ਵਾਲੇ 3 ਮਹੀਨਿਆਂ ਦਾ ਬਿਲਕੁ�ਲ ਹਨਾ ਅਸੀਂ ਸਾਰੀ ਉਮਰ ਦਿੱਤੀ ਹੋਈ ਅਸੀਂ ਭੱਗ 10,500 ਰੁਪਈਆ ਹੀ ਲੈਣਾ ਬਿਲਕੁਲ ਠੀਕ ਆ ਜੀ ਨਸ਼ਾ ਛੜਾਊ ਕੇਂਦਰ ਵਾਲੇ 60,000-70,000 ਬਣਾਉਂਦੇ ਆ ਬਿਲਕੁਲ ਠੀਕ ਆ ਜੀ ਨਸ਼ੇ ਵਾਲੇ ਪਹਿਲਾਂ ਕਰਨ ਲੱਗੇ ਸੀ ਵੀ ਛੜਾ ਦਈਏ ਯਾਰ 2-4 ਬੰਦੇ ਵੀ ਬਣ ਗਏ ਵਿੱਚ ਹਨਾ ਨਹੀਂ ਇੱਥੇ ਰਹੇ ਨੇ ਤਾਂ ਨਹੀਂ ਫਿਰ ਬੰਦ ਕਰਤੀ ਛੜਵਾਇਆ ਬਹੁਤਾਂ ਦਾ 10-15 ਬੰਦਿਆਂ ਦਾ ਫਿਰ ਯਾਰ ਉਹ ਥੋੜ੍ਹਾ ਜਿਹਾ ਜ਼ਿਆਦਾ ਕਾਨੂੰਨ ਜਵਾਕਾਂ 'ਤੇ ਅਸਰ ਗਲਤ ਪੈਂਦਾ ਸੀ ਤੈਨੂੰ ਪਤਾ ਅਮਲੀ ਬਾਹਲੇ ਹਰਾਮੀ ਹੁੰਦੇ ਨੇ ਹਨਾ ਉਈ ਜਾਣ ਕੇ ਬਾਈ ਯਾਰ ਹਨਾ ਮੇਰੇ ਤੋਂ ਦੇਖ ਨਹੀਂ ਹੁੰਦਾ ਵੀ ਮੈਂ ਕੀ ਕਰਾਂ ਯਾਰ ਦੱਸ ਅੱਛਾ ਇੱਕ ਚੀਜ਼ ਹੋਰ ਆ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਭਲਵਾਨ ਪਹਿਲਾਂ ਤਾਂ ਇੱਥੇ ਗਰਾਊਂਡ ਦੇ ਵਿੱਚ ਸੀ ਉਦੋਂ ਤੁਸੀਂ ਇਹਨਾਂ ਨੂੰ ਆਰਡਰ ਦਿੱਤਾ ਵੀ ਭਾਈ ਜਾਓ ਆਪਦੇ ਰੋਟੀ ਪਾਣੀ ਬਣਾਓ ਇੱਥੇ ਕੋਈ ਹੋਰ ਨਹੀਂ ਰੱਖਿਆ ਆਪੇ ਬਣਾਉਂਦੇ ਨਾ ਨਾ ਆਪੇ ਯਾਰ ਭਲਵਾਨ ਆਪਦਾ ਫੂਡ ਆਪ ਬਣਾਉ ਦੇਖੋ ਸਵੇਰੇ 7 ਵਜੇ ਉੱਠ ਖੜੇ ਇਹ 9 ਵਜੇ ਤੋਂ 7 ਵਜੇ ਤੋਂ ਪਹਿਲਾਂ ਇਹਨੇ ਆਪਣਾ ਪਾਣੀ ਰਗੜ ਲੈਣਾ ਬਦਾਮ ਵਾਲਾ ਰਗੜ ਕੇ ਰੱਖ ਲੈਣਾ 15 ਮਿੰਟ ਲੱਗਦੇ ਆ ਰੱਖ ਲਿਆ ਉਹ ਇਹਨਾਂ ਨੂੰ ਕਿਹਾ ਜੇ ਨਾ ਰਗੜਾ ਡੰਡਾ ਫਿਰੂ ਅੱਛਾ ਠੀਕ ਆ ਹਾਂ ਪਾਣੀ ਵੀ ਕਿਹੜਾ ਮਹਿੰਗਾ ਉਹ 2 ਕਿਲੋ ਗਿਰੀਆਂ ਸਮਾਨ 2500 ਦਾ ਆਉਂਦਾ ਉਹ ਮੇਰੇ ਹਿਸਾਬ 'ਚ ਇੱਕ ਬੰਦੇ ਦਾ 2 ਮਹੀਨੇ ਆਰਾਮ ਨਾਲ ਕਿੰਨਾ ਮਰਜ਼ੀ ਖੁੱਲ੍ਹਾ ਪੀ ਜਾਵੇ 2500 ਦਾ ਸਮਾਨ 2 ਮਹੀਨੇ ਕਿੰਨਾ ਮਰਜ਼ੀ ਖੁੱਲ੍ਹਾ ਪੀ ਲਵੇ ਉਹ ਤਾਂ ਮੁੱਕਦਾ ਨਹੀਂ ਅਤੇ ਉਹ ਆਪਦਾ ਕਰ ਲੈਂਦੇ ਆ ਉਦੋਂ ਬਾਅਦ ਇਹਨਾਂ ਨੇ ਰੋਟੀ ਲਾ ਲੈਣੀ ਆ 10 ਵਜੇ ਰੋਟੀ ਖਾ ਲਈ ਸਾਰੀ ਦਿਹਾੜੀ 10, 11, 12, 1, 2, 3 5 ਘੰਟੇ ਵਿਹਲੇ ਆਏ ਅੱਛਾ ਉਦੋਂ ਬਾਅਦ 3 ਵਜੇ ਐਕਸਰਸਾਈਜ਼ ਸਟਾਰਟ ਕਰਨੀ ਆ ਦੁਪਹਿਰੇ ਐਕਸਰਸਾਈਜ਼ ਕਰੇ ਹੁੰਦੇ ਜਿਹਨੇ ਕਰਨੀ ਇੱਥੇ ਵੇਟ ਲਾ ਲੈਣਾ ਡਰੱਸਾ ਚੜ੍ਹ ਲੈਣ ਪੌਣੀ ਖਿੱਚ ਲੈਣ ਮੋਟਰ 'ਤੇ ਉਹ ਕਰ ਸਕਦੇ ਇਹਨੂੰ ਕਿਹਾ ਹੋਇਆ ਜਿਹੜੇ ਜੀ ਕਰਨੀ ਆ ਪਰ ਕਰਦੇ ਨਹੀਂ ਇਹਨਾਂ ਦੀ ਇੱਥੇ ਇੰਜਣ ਬਹੁਤ ਹੋ ਜਾਂਦਾ ਫਿਰ ਇਹਨਾਂ ਨੇ
ਸ਼ਾਮ ਨੂੰ ਰੋਟੀ ਬਣਾ ਲੈਣੀ ਆ 20 ਮਿੰਟ ਲਾ ਦੇ ਰੋਟੀ ਬਣਾਉਣ ਨੂੰ ਠੀਕ ਹੈ ਰੋਟੀ ਖਾ ਲੈਣੀ ਆ ਹੁਣ ਇਹਨੇ 8 ਵਜੇ ਇਹਨਾਂ ਤੋਂ ਫੋਨ ਫੜ ਲੈਣੇ ਆ ਸ਼ਾਮ ਨੂੰ ਅੱਛਾ 8 ਵਜੇ ਤੋਂ ਬਾਅਦ ਇਹਨਾਂ ਨੂੰ 2 ਵਜੇ ਫੋਨ ਮਿਲਣੇ ਆ ਸ਼ਾਮ ਨੂੰ ਐਕਸਰਸਾਈਜ਼ ਤੋਂ 1 ਘੰਟਾ ਪਹਿਲਾਂ ਅੱਛਾ ਉਦੋਂ 2 ਵਜੇ ਫੋਨ ਮਿਲਣੇ ਇਹਨੂੰ 2 ਵਜੇ ਹਾਂ ਬਸ ਇਹੀ ਬੰਨਣਾ ਕੈਮਰੇ ਲੱਗੇ ਹੋਏ ਆ ਕਿਸੇ ਦੀ ਐਂਟਰੀ ਨਹੀਂ ਤੀਜੇ ਬੰਦੇ ਦੀ ਇੱਥੇ ਮੇਰੇ ਤੋਂ ਬਿਨਾਂ ਸਿੱਧੀ ਗੱਲ ਆੜੀ ਨੀ ਆਪਣਾ ਕੋਈ ਹੋਰ ਕੋਈ ਐਂਟਰੀ ਦੇਖ ਲਿਆ ਸਾਰਾ ਕੁਛ 70-70 ਖਾ ਕੇ ਵੀ ਆੜੀ ਕਹੇ ਜੇ ਹੁੰਦੇ ਨੇ ਚਲੋ ਚੰਗੇ ਵੀ ਹੈਗੇ ਵੀ ਹੋਣਗੇ ਚੰਗੇ ਹੈਗੇ ਬੱਚੇ ਖੜੇ ਆਪਣੇ ਬੰਦੇ ਕਹਿੰਦਾ ਵੀ 70-70 ਖਾ ਕੇ ਦੇਖ ਲੈ ਬਾਜੀ ਨੇ ਤਾਂ ਕਹਿੰਦੇ ਰਖੜੇ ਮਾਰ ਮਾਰ ਆ ਵੀ ਬਥੇਰੇ ਸਿੱਟੇ ਨਹੀਂ ਜਿਹੜੇ ਟੂਹੀ ਚ ਲੱਤ ਮਾਰ ਕੇ ਜਾਂਦੇ ਹੁਣ ਜਿਹਦਾ ਆਪਾਂ ਕਰਿਆ ਹੋਵੇ ਜਦੋਂ ਉਹ ਤੁਹਾਨੂੰ ਇਗਨੋਰ ਕਰਦਾ ਉਦੋਂ ਦੁੱਖ ਲੱਗਦਾ ਦੂਜੇ ਤਾਂ ਚੱਲ ਕਹੀ ਜਾਂਦੇ ਹੋਇਆ ਬਾਈ ਇਹ ਤੁਹਾਡਾ ਵਾਲੀ ਗਰੀ ਬਾਈ ਇੱਥੇ 18 ਰਹਿੰਦੇ ਹੁੰਦੇ ਮੇਰੇ ਕੋਲ ਭਲਵਾਨ ਨੂੰ ਹੀ ਨਹੀਂ ਬਣਦਾ ਬਾਈ 12-13 ਮੁੰਡੇ ਰੱਖਦੇ ਸੀ ਇੱਥੇ ਐਕਸਰਸਾਈਜ਼ ਕਰਨ ਨੂੰ ਨਾਲ ਬੀਬੀ ਹੁਣੀ ਇੰਨੀਆਂ ਰੋਟੀਆਂ ਦਾ ਗਰਾ ਲੈ ਕੇ ਪਕਾ ਕੇ ਲੈ ਕੇ ਆਉਂਦੀ ਸੀ ਜਦੋਂ ਤੁਸੀਂ ਖੇਡਦੇ ਹੁੰਦੇ ਸੀ ਜਦੋਂ ਹਾਂ ਜਦੋਂ ਪਲੇਅਰ ਆਪਣੇ ਪਿੰਡ ਦੇ ਖੇਡਣ ਹਟ ਗਏ ਨਾਲ ਫਿਰ ਜਿਹੜੇ ਵਧੀਆ ਮੁੰਡੇ ਸੀ ਉਹਨਾਂ ਨੂੰ ਨਾਲ ਰੱਖਣਾ 5-6 ਨੂੰ ਘਰੇ ਇੱਥੇ ਗੇਮ ਲਾਉਣੀ ਐਕਸਰਸਾਈਜ਼ ਕਰਨੀ ਹਨਾ ਫਿਰ ਉਦੋਂ ਮੁੰਡ ਪਾਉਣਾ ਵੀ ਸੀ ਥੋੜਾ ਜਿਹਾ ਵੀ ਹਾਂ ਵੀ ਚੱਲ ਹਨਾ ਇਕੱਠੇ ਜਵਾਨੀ ਵਾਲਾ ਸਭ ਹਾਂ ਤੇ ਫਿਰ ਉਦੋਂ ਬਾਅਦ ਫਿਰ ਪਾਸੇ ਹੋ ਗਏ ਉਦੋਂ ਬਾਅਦ ਜਦ ਬੈਕ ਵੱਜਿਆ ਫਿਰ ਜਦੋਂ ਲੋੜ ਪਈ ਕੁਛ ਥੋੜੇ ਮਾੜਾ ਟਾਈਮ ਆਇਆ ਬੰਦੇ ਫੋਨ ਹੀ ਚੱਕਣੋਂ ਹਟ ਗਏ ਫਿਰ ਮੈਂ ਕਿਹਾ ਬਈ 1-2-3 ਉਦੋਂ ਬਾਅਦ ਬਹੁਤ ਫੋਨ ਆਏ ਬਾਈ ਨਹੀਂ ਗਲਤੀ ਹੋ ਗਈ ਮੈਂ ਕਿਹਾ ਨਹੀਂ ਹੁਣ ਨਹੀਂ ਗਈ ਭਾਜੀ ਬਈ ਬੈਕ ਵੱਜਣ ਦਾ ਕਾਰਨ ਕੀ ਸੀ ਜਿਵੇਂ ਮਾੜੇ ਸਮੇਂ ਕਿਉਂਕਿ ਦੇਖੋ ਮੈਂ ਸਵਾਲ ਪੂਰਾ ਕਰੂੰਗਾ ਬਾਜੀ ਦਾ ਜਿਹੜਾ ਨਾਮ ਰਿਹਾ ਬਹੁਤ ਟੌਪ ਕਲਾਸ ਤੇ ਰਿਹਾ ਮਤਲਬ ਸ਼ਾਇਦ ਕੋਈ ਦੇਸ਼ ਨਹੀਂ ਹੋਣਾ ਜਿੱਥੇ ਬਾਜੀ ਖੇਡਣ ਹੋਵੇ ਪੈਸਾ ਬੇੜਾ ਉਹ ਵੀ ਬੜਾ ਬੇਅੰਤ ਆਉਂਦਾ ਆ ਪਰ ਫਿਰ ਬੈਕ ਵੱਜਣ ਦਾ ਕਾਰਨ ਕੀ ਰਿਹਾ ਕਿ ਕੋਈ ਆਪਦੇ ਇਦਾਂ ਦੇ ਆਪ ਬੈਕ ਵੱਜਣ ਦਾ ਕਾਰਨ ਇਹ ਸੀ ਇੱਕ ਤਾਂ ਆਏ ਨਹੀਂ ਪੈਸੇ ਨਾਲ ਲਈ ਲਾਲਚ ਨਹੀਂ ਕੀਤਾ ਪੈਸਾ ਸੰਭੇ ਹੀ ਨਹੀਂ ਸੰਭਾ ਲੈਣੀ ਗਰੁੱਪ ਜੁਆਇੰਟ ਫੈਮਿਲੀ ਸੀ ਪਹਿਲਾਂ ਤਾਜ ਦੇ ਮੁੰਡੇ ਨੂੰ ਬਾਹਰ ਭੇਜਿਆ ਉਹ ਟਾਈਮ 'ਚ 7-8 ਲੱਖ ਰੁਪਏ ਲਾ ਕੇ 2000 'ਚ ਫਿਰ ਵੱਡਾ ਭਰਾ ਸੀ ਉਹ ਲੋਕਾਂ ਦੇ ਗੱਡੀ ਗੁੱਡੀ ਚਲਾਉਂਦਾ ਫਿਰਦੇ ਉਹਨੂੰ ਗੱਡੀ ਲੈ ਕੇ ਦਿੱਤੀ ਫਿਰ ਉਹਨੇ ਉਹ ਗੱਡੀ ਦਾ ਚਲੋ ਹੋਇਆ ਹੋਇਆ ਨਾ ਚਲ ਆਪਾਂ ਤੋਂ ਵੱਡਾ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਫਿਰ ਉਹ ਕਹਿੰਦਾ ਬਾਹਰ ਜਾਣਾ ਉਹਨੂੰ ਇਟਲੀ ਤੋਰਿਆ ਫਿਰ ਉਹ ਕਹਿੰਦਾ ਇਟਲੀ ਮੇਰਾ ਜੀ ਨਹੀਂ ਲੱਗਦਾ ਇੱਥੇ ਆਏ ਆ ਮੈਨੂੰ ਇੰਗਲੈਂਡ ਸੱਦ ਵੀ ਤੂੰ ਉੱਥੋਂ ਅਪ ਡਾਊਨ ਕਰ ਲੈਂਦਾ ਮੈਂ ਕਿਹਾ ਚੱਲ ਉੱਥੇ ਮੇਰੇ ਵੀ ਲਿੰਕ ਬਹੁਤ ਨੇ ਉੱਥੋਂ ਫਿਰ ਇਟਲੀ ਇੰਗਲੈਂਡ ਸੱਦਿਆ ਹਨਾ ਚੱਲ ਉੱਧਰ ਪੈਸੇ ਪੂਸੇ ਲੱਗ ਗਏ ਅਤੇ ਚਲੋ ਉਦੋਂ ਬਾਅਦ ਫਿਰ ਤੈਨੂੰ ਪਤਾ ਸੱਟ ਲੱਗੀਆਂ ਸੱਟਾਂ ਨਾਲ ਲੱਗੀ ਜਾਂਦੀ ਪਲੇਅਰਾਂ ਦੇ ਮੇਰੇ ਤਾਂ ਲੱਗੀ ਬਾਹਲੀਆਂ ਨੇ ਯਾਰ ਹਨਾ ਫਿਰ ਅੱਖ ਦਾ ਪੜਦਾ ਜਾ ਥੱਲਿਆ ਉਦੋਂ ਡਾਕਟਰ ਕਹਿੰਦਾ ਵੀ ਕਬੱਡੀ ਨਹੀਂ ਖੇਡਣੀ ਸਾਰੀ ਉਮਰ ਅਤੇ ਘਰ ਵਾਲੀ ਨੂੰ ਸੱਦ ਕੇ ਵੀ ਆਪਦਾ ਜਿੰਮ ਜੁੰਮ ਖੋਲ ਲਵੇ ਜਾਂ ਉਹ ਵੀ ਕਹਿੰਦੀ ਬਈ ਤੂੰ ਰਹਿਣ ਦੇ ਖੇਲਣ ਨੂੰ ਹੁਣ ਨਹੀਂ ਮੈਂ ਕਿੱਥੇ ਖੜਨ ਵਾਲਾ ਡਾਕਟਰ ਕਹਿੰਦਾ ਜੇ ਐਕਸਰਸਾਈਜ਼ ਕੀਤੀ ਤੇਰੀ ਅੱਖ ਖਰਾਬ ਹੋ ਜੂ ਅੱਛਾ ਇਹ ਗੱਲ ਕਹਿਤੀ ਸੀ ਹਾਂ ਉਹਨਾਂ ਨੇ ਸਿਲੀਕੋਨ ਤੇਲ ਪਾਇਆ ਸੀ ਪੜਦਾ ਟੱਕਰ ਵੱਜ ਕੇ ਪੜਦਾ ਐਂ ਹੋਏ ਇਕੱਠਾ ਫਿਰ ਉਹਨਾਂ ਨੇ ਚਿੱਟੇ 'ਚ ਪੈਂਚਰ ਕਰਕੇ ਨਾ ਫਿਰ ਉਹਦੇ ਵਿੱਚ ਸਿਲੀਕੋਨ ਤੇਲ ਪਾ ਕੇ ਲੇਜ਼ਰ ਨਾਲ ਉਹਨੂੰ ਐਂ ਸਿੱਧਾ ਖਿੱਚਿਆ ਠੀਕ ਹੈ ਫਿਰ ਸਿੱਧਾ ਕਰਕੇ ਉੱਥੇ ਟਾਂਕੇ ਲਾ ਕੇ ਫਿਰ ਤੇਲ 90 ਦਿਨ ਐਂ ਹੀ ਰਹਿਣਾ ਸੀ ਅੱਛਾ ਜੀ ਐਂ ਪੈਣਾ ਸੀ ਵੀ ਤੇਲ ਪੜਦੇ ਦੇ ਉੱਤੇ ਰਹੇ ਹਾਂ ਜੀ ਪੈਣਾ ਵੀ ਉਵੇਂ ਬਹਿਣਾ ਵੀ ਉਵੇਂ ਸੜਦੇ ਗੱਲ ਇੰਨਾ ਬਹੁਤ ਨਰਕ ਦੇਖਿਆ ਚਲੋ ਭਾਈ ਉਦੋਂ ਬਾਅਦ ਪੈਸੇ ਖਾਸੇ ਲੱਗ ਗਏ ਅੱਖ ਤੇ ਘਰੇ ਤੈਨੂੰ ਪਤਾ ਅੱਡ ਹੋ ਗਏ ਇਕੱਲੇ ਹੀ ਰਹਿ ਗਿਆ ਮੈਂ ਤਾਂ ਅੱਡ ਕਰਤਾ ਤੇ ਹੁਣ 3-4 ਕਿੱਲੇ ਜ਼ਮੀਨ ਵਾਲੇ ਕੋਲ ਕੀ ਹੁੰਦੇ ਆ ਹਨਾ ਪਹਿਲੀ ਕੋਲ 3-4 ਕਿੱਲੇ 4 ਕੁ ਕਿੱਲੇ ਨੇ ਘਰ ਦੇ ਆਪਣੇ ਕੋਲ ਹਨਾ ਤੇ ਉਧਰੋਂ ਅੱਖ ਤੇ ਪੈਸੇ ਲੱਗ ਗਏ ਘਰੇ ਤਾਂ ਕੁਛ ਵੀ ਨਹੀਂ ਸੀ ਹੁਣ ਬਾਕੀ ਮੇਰਾ ਖਰਚਾ ਉਈ ਸੀ ਪਹਿਲਾਂ ਵਾਂਗੂ ਹੀ ਹਨਾ ਪਹਿਲਾਂ ਬੜਾ ਖੁੱਲਾ ਕਰਿਆ ਹੋਇਆ ਸੀ ਤੇ ਚੱਲ ਬਾਈ ਮੈਚ ਵਰਲਡ ਕੱਪ ਆ ਗਿਆ ਮੈਨੂੰ ਇਟਲੀ ਵਾਲੇ ਇਟਲੀ ਮੇਰੇ ਕੋਲ ਪੇਪਰ ਸੀਗੇ ਮੈਨੂੰ ਕਹਿੰਦੇ ਵੀ ਖੇਲੇਗਾ ਮੈਂ ਕਿਹਾ ਹਾਂ ਫਿੱਟ ਹਾਂ ਮੈਨੂੰ ਐਂ ਮੈਂ ਚੱਲ ਉਦੋਂ ਪਾਰਟੀਸਪੇਟ ਦੇ ਚੰਗੇ ਪੈਸੇ ਦਿੰਦੇ ਮੈਂ ਕਿਹਾ ਚੱਲ ਉੱਥੋਂ 1-2 ਲੱਖ ਰੁਪਈਆ ਆਈ ਜਾਊ ਹਨਾ ਅਤੇ ਮੈਂ ਕਿਹਾ ਵੀ ਖੇਡੂ ਚਲੋ ਜੀ ਮੈਂ ਚਲਾ ਗਿਆ ਮੈਨੂੰ ਕਹਿੰਦੇ ਅੱਖ 'ਤੇ ਕੀ ਹੋ ਗਿਆ ਉਹ 90 ਦਿਨ ਹਜੇ ਸਿਲੀਕੋਨ ਤੇਲ ਕੱਢਣਾ ਸੀ ਉਹ 'ਚੋਂ ਅੱਛਾ 90 ਦਿਨ ਬਾਅਦ ਥੱਲੇ ਪੈਂਚਰ ਹੋਰ ਪਾਸੇ ਹਜੇ ਇਲਾਜ ਵਾਲਾ ਸਮਾਂ ਚੱਲ ਰਿਹਾ ਸੀ ਹਾਂ ਸੋਚ ਆਈ ਹੋਈ ਮਾੜੀ ਮੈਂ ਕਿ ਲਾ ਲਈ ਮੈਂ ਕਿਹਾ ਉੱਦਾਂ ਹੀ ਆ ਅਤੇ ਭਾਈ ਦੂਜੇ ਗੋਰਿਆਂ ਜਿਹਾ ਨਾਲ ਘੱਗਰੀਆਂ ਜਿਹਾ ਨਾਲ ਮੈਚ ਆ ਗਿਆ ਉਹ ਇਹਦੀ ਮਾਂ ਹੋਣੀ ਵੀ ਐਂ ਧੱਕੜੀ ਆ ਕੰਮ ਉਹ ਕਹਿੰਦੀ ਖੇਡੋ ਤੁਸੀਂ ਅੱਛਾ ਆਹੋ ਕਹਿਤਾ ਮੈਂ ਕਿਹਾ ਡਾਕਟਰ ਕਹਿੰਦਾ ਜੇ ਉਂਗਲੀ ਲੱਗ ਗਈ ਕਹਿੰਦਾ ਅੱਖ ਚਲੀ ਜਾਣੀ ਆ ਉਂਗਲੀ ਵੀ ਲੱਗ ਗਈ ਅੱਖ ਨੂੰ ਮੈਂ ਕਿਹਾ ਚੱਲ ਕੋਈ ਨਾ ਮੈਂ ਕਿਹਾ ਇਹਨਾਂ ਤਾਂ ਫੜ ਹੀ ਲੈਣਾ ਜੇ ਢੱਠਾ ਬੁੜਾ ਬੋਲਦ ਬੁੜਾ ਹੋ ਜੇ ਨਾ ਜੇ ਢੱਠਾ ਬੁੜਾ ਹੋ ਜੇ ਬੁੜਦਾ ਨਾ ਤਾਂ ਫਿਰ ਤਕੜਾ ਹੁੰਦਾ ਹਨਾ ਬਿਲਕੁਲ ਬਿਲਕੁਲ ਸਹੀ ਗੱਲ ਤੇ ਚੱਲ ਭਾਈ ਉਹਨਾਂ ਦੇ ਮੈਂ ਕੰਨ ਕੁੰਨ ਤੇ ਮਾਰ ਕੇ 3-4 ਤਾਂ ਫੜ ਲਏ ਮੈਂ ਉਹ ਹਨਾ ਦਾਦੂ ਲਾ ਕੇ ਉਦੋਂ ਬਾਅਦ ਪਾਕਿਸਤਾਨਾ ਮੈਚ ਆ ਗਿਆ ਮੈਂ ਕਿਹਾ ਯਾਰ 3 ਦਿਨ ਸੀ ਮੈਚ ਨਿੰਮਾ ਸੀ ਮੁੰਡਾ ਤੂੰ ਤੂੰ ਗਾੜੀ ਨਾਲ ਮੈਂ ਕਿਹਾ ਨਿੰਮੇ ਹੁਣ
ਮੈਂ ਕੰਮ ਦਾ ਕੈੜਾ ਫੁੱਲ ਉਧਰੋਂ ਕਲੱਬ ਨੇ ਪਤਾ ਵੀ ਉਹ ਨਿੰਮਾ ਕਹਿੰਦਾ ਬਾਈ ਸਾਜਰੀ ਹੋਈ ਹੋਈ ਇਹਦੀ ਵੀ ਆਹ ਰਿਪੋਰਟਾਂ ਨੇ ਆਹ ਟਾਂਕੇ ਨੇ ਦੇਖ ਲਓ ਲੱਗੇ ਹੋਏ ਵਿੱਚ ਬਈ ਤੁਸੀਂ ਇਹ ਨਾ ਕੰਮ ਕਰੋ ਨਹੀਂ ਨਹੀਂ ਡਰ ਲੱਗਦਾ ਹੋਊ ਡਰ ਕਿੱਥੇ ਲੱਗਦਾ ਮਹਾ ਨਿੰਮੇ ਚੱਕ ਗੱਡੀ ਅਸੀਂ ਗੱਡੀ ਚੱਕੀ ਜਲੰਧਰ ਸੀ ਅਸੀਂ ਆ ਗਏ ਪਿੰਡ ਦੋ ਦਿਨ ਚ ਅਸੀਂ ਮੋਟਰ ਤੇ ਆ ਗਏ ਚੱਲ ਮਾੜੇ ਮੋਟੇ ਮਹਾ ਨਿੰਮੇ ਤੂੰ ਕੌਡੀਆਂ ਪਾ ਚੱਲ ਮੈਂ ਪੁੱਠੀ ਪੱਠੀ ਮਾਰ ਕੇ ਸਾਡਾ ਅੱਖ ਚ ਰੇਤਾ ਪੈ ਜਾ ਕਰੇ ਚੱਲ ਭਾਈ ਮੈਚ ਆ ਗਿਆ ਬਾਬਾ ਨਾਨਕ ਆਪਣੇ ਨਾਲ ਖੜਦਾ ਪਹਿਲੇ ਦਿਨ ਤੇ ਮੈਂ ਸੀ ਮੈਨੂੰ ਇਹਦਾ ਚੋਲਾ ਸਾਹਿਬ ਮੈਂ ਕਿਹਾ ਮੈਂ ਜਾਪ ਕਰ ਲਾ ਸਟਾਰਟ ਮੈਂ ਪਾਠ ਕਰਨ ਲੱਗ ਗਿਆ ਗੱਡੀ 'ਚ ਬੱਸ 'ਚ ਬਹਿ ਕੇ ਜਿਹ 'ਚ ਜਾਣਾ ਸੀ ਟੀਮ ਉੱਧਰ ਉੱਧਰ ਇਟਲੀ ਵਾਲੇ ਕੋਈ ਗਾਣੇ ਕੋਈ ਕੁਛ ਉੱਧਰਲੇ ਬੋਰਨ ਤੈਨੂੰ ਪਤਾ ਕੀ ਕਰਦੇ ਹੁੰਦੇ ਹਨਾ ਵਿੱਚੋਂ ਆਪਣੇ ਇੱਧਰਲੇ ਦੇਸੀ ਗਏ ਹੋਏ ਬਹੁਤ ਖੜਮੱਸੀ ਪਾਉਣ ਮੈਂ ਪਾਈ ਜਾਓ ਕੋਈ ਗੱਲ ਨਹੀਂ ਚੱਲ ਭਾਈ ਪਹੁੰਚੇ ਉੱਥੇ ਡੇਢ ਦੋ ਘੰਟੇ ਦੀ ਡਰਾਈਵ ਸੀ ਚੱਲ ਆਪਾਂ ਮਹਾਰਾਜ ਦਾ ਨਾਂ ਲਿਆ ਗੁਰੂ ਘਰ ਸਾਹਮਣੇ ਮੈਂ ਵੀ ਸੱਚਾ ਪਾਤਸ਼ਾਹ ਮਿੰਟ ਪੰਜ ਹੀ ਖੇਡਣਾ ਵੀ ਇੱਜ਼ਤ ਰੱਖਦੀ ਚਲੋ ਭਾਈ ਪਾਸ ਦਿਨ ਆਇਆ ਮੈਚ ਪਹਿਲੀ ਗੋਡੀ ਪਈ ਇਹਨਾਂ ਨੇ ਭਜਾਤਾ ਦੂਜੀ ਗੋਡੀ ਪਈ ਫਿਰ ਭਜਾਤਾ ਤੀਜੀ ਪਈ ਫਿਰ ਭਜਾਤਾ ਚੌਥੀ ਪਈ ਫਿਰ ਭਜਾਤਾ ਪੰਜਵੀਂ ਲਾਲਾ ਅਬਦੁੱਲਾ ਆ ਗਿਆ ਗੋਡੀ ਅੱਛਾ ਬਾਈਸ ਕਪਤਾਨ ਐਡਾ ਪੱਟ ਸੀ ਉਹਦਾ ਐਡਾ ਵੱਡਾ ਬਹੁਤ ਬੜਾ ਐਕਸਟਰਾ ਵੱਡਾ ਭਾਈ ਕੁੱਚੀ ਜੀ ਮਾਰ ਕੇ ਮੈਂ ਮੈਨੂੰ ਫੋਕੇ ਜੇ ਕੱਢੇ ਫੋਕੇ ਤੇ ਆਪਾਂ ਕਿੱਥੇ ਨਿਕਲਣਾ ਸੀ ਸੈੱਟ ਤੋੜ ਕੇ ਮੈਂ ਜਦੋਂ 20 ਸਕਿੰਟ ਹੋਏ ਮੈਂ ਫੜ ਕੇ ਗੁੱਟ ਪਾਤੀ ਕੈਂਚੀ ਨਿਕਲ ਗਿਆ ਨਿਕਲ ਕੇ ਮੈਂ ਮੂਹਰੇ ਹੋ ਗਏ ਜਦੋਂ ਫਿਰ ਕੱਟ ਮਾਰ ਗਿਆ ਮੈਂ ਖੁੱਚ ਫੇਰ ਫੜ ਲਈ ਵੱਜ ਗਿਆ ਹੂਟਰ ਚੱਲ ਮੈਂ ਕਿਹਾ ਨਿੰਮਾ ਕਿਹਾ ਸਿਰਾ ਹੋ ਗਿਆ ਬਸ ਕੰਮ ਕਰਤਾ ਮੈਂ ਕਿਹਾ ਤੂੰ ਕੌਫੀ ਉਰੇ ਲਿਆ ਪੜਾ ਮੈਨੂੰ ਠੰਡ ਲੱਗਦੀ ਸੀ ਮੈਂ ਕਿਹਾ ਹੋਰ ਕਰਦਾ ਇੱਕ ਅੱਧਾ ਚੱਲ ਬਾਈ ਜਿਵੇਂ ਮਹਾਰਾਜ ਨੇ ਉਹਨਾਂ ਦਾ ਵਾਈਸ ਕੈਪਟਨ ਜਿਹਾ ਆ ਗਿਆ ਆਇਆ ਜਾ ਕਰਕੇ ਮੇਰੇ ਵੱਲੋਂ ਮਾਰੀ ਫਲਾਇਆ ਨਾ ਆਏ ਨਾ ਆਏ ਜਦੋਂ ਨਾ ਆਹ ਚੀਜ਼ ਇੱਥੇ ਲੱਗ ਜਾਂਦੀ ਆ ਫੇਰ ਨੀ ਹਿਲਦਾ ਬੰਦਾ ਗੱਡਾ ਮਰ ਜਾ ਜਿਵੇਂ ਨੂੜ ਪਾ ਹੁੰਦਾ ਐਂ ਹੋ ਜਾਂਦਾ ਵੇਟ ਆ ਜਾਂਦਾ ਨਾ ਬਿਲਕੁਲ ਉਹ ਐਂ ਖੜ ਗਿਆ ਜਮੀ ਐਂ ਹੋ ਗਿਆ ਮੈਂ ਕਿਹਾ ਕੰਮ ਕਰ ਉਹਨਾਂ ਦਾ ਇੱਕ ਟੱਚ ਮੈਂ ਹੋਰ ਲਿਆ ਉਹਨੇ ਗੁੱਜਰ ਜਿਹਨੇ ਮਾਰੀ ਮੇਰੇ ਬੜੀ ਜ਼ੋਰ ਨਾਲ ਗਲ ਚ ਯਾਦ ਆ ਉਹ ਮੇਰੇ ਉਹਦੇ ਕੋਲ ਲਿਖਿਆ ਹੋਇਆ ਚੇਤੇ ਆ ਹਾਂ ਕੱਢਣਾ ਉਹ ਵੀ ਹੋਊ ਕਦੇ ਨਾ ਕਦੇ ਨਾ ਕਦੇ ਵੀ ਮਹਾਰਾਜ ਲਿਆਉ ਦੇਣ ਜਦੇ ਕਦੇ ਭੇਟ ਹਾਂ ਅੱਛਾ ਇੱਕ ਚੀਜ਼ ਹੋਰ ਆ ਦੱਸਾਂਗੇ ਵੀ ਬਾਜੀ ਕੌਣ ਆ ਉਹਨਾਂ ਨੂੰ ਤਾਂ ਪਤਾ ਚੰਗੀ ਤਰ੍ਹਾਂ ਹਾਂ ਕੌਡੀ ਨਹੀਂ ਪਾਉਂਦੇ ਸੀ ਜਦੋਂ ਇੱਥੇ ਖੇਲ ਸੀਰੀ ਖੇਲਣ ਆਇਆ ਹਾਂ ਖੰਨੇ ਦੀ ਗੱਲ ਆ ਉਹ ਸਾਹਿਬ ਕਹਿੰਦਾ ਦੇਖਦੀ ਗੱਲ ਕਹਿੰਦਾ ਬਾਜੀ ਕਹਿੰਦਾ ਕੌਡੀ ਨਹੀਂ ਪਾਉਂਦੇ ਤੂੰ ਬੱਚਣਾ ਬੜੀ ਮੈਚ ਖਰਾਬ ਹੋ ਜੂ ਮੈਂ ਕਿਹਾ ਜੀ ਮੈਂ ਕਿਉਂ ਨਾ ਪੜਾਂ ਮੈਂ ਚੱਲ ਮੈਂ ਨਹੀਂ ਪੜਦਾ ਮੈਨੂੰ ਪਤਾ ਸੀ ਮੈਂ ਕਿਹਾ ਕੋਚ ਤਾਂ ਪਰੇ ਜਾਣਾ ਜਦੋਂ ਕੋਚ ਪਰੇ ਗਿਆ ਫੜ ਕੇ ਮੈਂ ਗੁੱਟ ਤਿੰਨ ਚਾਰ ਨਹਿਬ ਤੇ ਉਹ ਫਿਰ ਆ ਗਿਆ ਫਿਰ ਆ ਗਿਆ ਕਹਿਣਾ ਹਨਾ ਜਿੰਨਾ ਤੋਂ ਪਾਣੀ ਵਾਂਗੂ ਚੱਲਦੇ ਨੇ ਹਾਂ ਡੰਡਾ ਫੇਰਿਆ ਹੋਇਆ ਸਾਰਿਆਂ ਦੇ ਤਕਾ ਕੇ ਕੱਚ ਨਹੀਂ ਛੱਡਿਆ ਗੋਡੀ 'ਚ ਜਦੋਂ ਦੀ ਬੁੜਿਆਂ ਤੋਂ ਲੱਗ ਕੇ ਹੁਣ ਤਾਂ ਘਰ ਕਾੜ ਆ ਕਿਰਪਾ ਬਾਬੇ ਦੀ ਸੱਚੇ ਪਾਤਸ਼ਾਹ ਦੀ ਵੀ ਜਿੰਨੀ ਖੇਡੀ ਆ ਟੌਪ 'ਤੇ ਹੀ ਖੇਡੀ ਆ ਇਹ ਚੀਜ਼ ਦਾ ਮਾਣ ਵੀ ਹੈਗਾ ਆਪਦੇ ਤੇ ਪੱਕਾ ਹੀ ਆ ਨਹੀਂ ਇੱਕ ਗੱਲ ਹੋਰ ਦੱਸਿਓ ਬਹੁਤੇ ਜਿਵੇਂ ਤੁਸੀਂ ਵੀ ਕਹਿੰਦੇ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਯਾਰ ਬਾਜੀ ਹੰਕਾਰ ਕਰਦਾ ਹੰਕਾਰ ਕਰਦਾ ਬਾਜੀ ਹੰਕਾਰ ਨਹੀਂ ਯਾਰ ਕੌਨਫੀਡੈਂਸ ਆ ਮਰਦੇ ਆ ਇੱਥੇ ਇੱਥੇ ਆ ਕੇ ਦੇਖੋ ਵੀ ਕੀ ਹੁੰਦਾ ਜੰਡ ਵੀ ਸਵੇਰੇ ਆ ਕੇ ਦੇਖੋ ਧੁੰਦ 'ਚ ਕੀ ਹੁੰਦਾ ਹੁੰਦਾ ਨੰਗੇ ਪੈਰੀ ਰੇਤੇ 'ਚ ਪੰਜ ਉਹੀ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਤੁਹਾਡਾ ਰਿਸ਼ਤੇਦਾਰ ਖੇਡਦਾ ਹੋਊ ਜਿਹੜਾ ਕਮੈਂਟ ਕਰਦਾ ਤੁਹਾਡਾ ਕੋਈ ਹੋਰ ਯਾਰ ਦੋਸਤ ਦਾ ਫਰੈਂਡ ਖੇਡਦਾ ਹੋਊ ਉਹਨੂੰ ਲਿਆਓ ਸਟਾਰ ਨੂੰ ਇੱਥੇ ਲੈ ਕੇ ਦਾਓ ਪੰਜ ਸੱਤ ਦਿਨ ਫਿਰ ਕਰਾਇਓ ਉਦੋਂ ਬਾਅਦ ਦੱਸਿਓ ਬਈ ਪੈਰਾਂ 'ਤੇ ਜਾਊ ਹਾਂ ਕੱਚੀ ਗੱਲ ਨਹੀਂ ਸੂਈ ਦੇ ਨੱਕੇ ਜੀ ਨਿਕਲੇ ਹੋਏ ਆ ਆਹ ਸੂਈ ਦੇ ਨੱਕੇ ਜੀ ਨਗਾਉਣੇ ਇਹਨੂੰ ਬੋਡੀ ਨੂੰ ਐਡੀ ਕਿਵੇਂ ਨਿਕਲੂ ਇਹੀ ਕਾਰਨ ਆ ਜੀ ਕੌਨਫੀਡੈਂਸ ਤੁਹਾਡੇ 'ਚ ਜਦੋਂ ਤੁਹਾਡੀ ਤਪੱਸਿਆ ਕਰੀ ਹੋਈ ਆ ਫਿਰ ਤੁਸੀਂ ਕਹੋਗੇ ਮੈਂ ਵਿਚਾਲਿਓਂ ਪਾੜ ਦੂੰ ਨਹੀਂ ਤਾਂ ਬੰਨ ਕੇ ਟੇਪ ਗੋਡੇ 'ਤੇ ਗੋਡਾ ਦੱਸਦਾ ਬਾਈ ਬਹਿ ਗਏ ਸਤਿ ਸ਼੍ਰੀ ਅਕਾਲ ਜੇ ਕੌਡੀ ਫੜੇ ਗਏ ਹਨਾ ਅਤੇ ਸਹੀ ਭਲਵਾਨ ਵਾਲਾ ਮੈਨੂੰ ਲੱਗਦਾ ਫਿਰ ਤਪੱਸਿਆ ਜ਼ਰੂਰੀ ਆ ਬਹੁਤ ਜ਼ਿਆਦਾ ਜੀ ਜੇ ਸਹੀ ਬਣਨਾ ਜੇ ਬਰੈਲਰ ਉਈ ਐਂ ਲਾ ਕੇ ਟੀਕੇ ਜਿਵੇਂ ਉਦੋਂ ਬਾਅਦ ਗਰਮੀਆਂ 'ਚ ਆਏ ਹੋਏ ਤਾਂ ਮੂੰਹ ਜਿਵੇਂ ਬੁਲਬਲੇ 'ਚ ਹਵਾ ਨਿਕਲੀ ਹੁੰਦੀ ਆ ਐਂ ਜੀ ਤਾਂ ਤਿਆਰੀ ਆ ਧੌਣ 'ਤੇ ਤਿਆਰੀ ਨਹੀਂ ਹੋਊ ਇਹਨਾਂ ਦੀਆਂ ਧੌਣਾਂ ਦੇਖ ਲਈ ਸਾਰਿਆਂ ਦੀਆਂ ਬੋਕਸਰਾਂ ਦੀਆਂ ਧੌਣਾਂ ਦੇਖ ਲਈ ਮੇਰੀ ਧੌਣ ਦੇਖ ਲਾ ਇਹਨਾਂ ਦੀ ਧੌਣ ਦੇਖ ਲਾ ਜਿਹਦੀ ਐਕਸਟਰਾ ਐਕਸਰਸਾਈਜ਼ ਕਰੀ ਉਹ ਧੌਣ 'ਤੇ ਤਿਆਰੀ ਹੋਊਗੀ ਹੋਊਗੀ ਧੌਣਾਂ ਟਟੀਰੀ ਵਰਗੀਆਂ ਕਲਰ ਐਡੇ ਐਡੇ ਦੋ ਸਾਲ ਬਾਅਦ ਪਤਾ ਨਹੀਂ ਲੱਗਦਾ ਕੋੜ ਕਿਹੜਾ ਕਿੱਧਰ ਗਿਆ ਉਹ ਫਲਾਨਾ ਫਲਾਨੇ ਸੀ ਮੈਂ ਹੁਣ ਕਿਹੜੇ ਕਿਹੜੇ ਨਾਂ ਲਵਾਂ ਨਾ ਪਰ ਬਚ ਜਾਓ ਇਹੋ ਜਿਹੇ ਪੈਸਿਆਂ ਤੋਂ ਲੈਣਾ ਕੀ ਆ ਬਾਅਦ 'ਚ ਟੱਟੀ ਨਿਕਲ ਜਾਂਦੀ ਹੈ ਮੰਜੇ 'ਤੇ ਫਾਇਦਾ ਕੋਈ
ਹੈ ਫਲਾਣੇ ਦੀ ਕਿਡਨੀ ਖਰਾਬ ਹੋ ਗਈ, ਫਲਾਣੇ ਨੇ ਆਤਮ ਹੱਤਿਆ ਕਰ ਲਈ, ਕਿਉਂ ਕਰ ਲਈ? ਹੋਰ ਨਹੀਂ ਕਰਦਾ ਕੋਈ, ਫੁੱਟਬਾਲ ਵਾਲਾ ਨਹੀਂ ਕਰਦਾ ਕੋਈ, ਇਹ ਪੰਜਾਬੀ ਕਰਦੇ। ਪੈਸਾ ਕਿੰਨਾ ਕਿੰਨਾ ਕਮਾਇਆ ਬਾਈ ਬਾਜੀ? ਚੰਗਾ ਮਤਲਬ ਨਾਮ ਤਾਂ ਜਿਹੜਾ ਨਾਮ ਤਾਂ ਦਿੱਤਾ, ਬਹੁਤ ਦਿੱਤਾ, ਪੈਸਾ ਚੰਗਾ ਦਿੱਤਾ? ਨਹੀਂ ਉਦੋਂ ਠੀਕ ਸੀ, ਵਧੀਆ ਸੀ। ਉਦੋਂ ਮੈਂ 1998 'ਚ ਮੈਂ 10,000 ਪਾਉਂਡ ਲਿਆ ਸੀ 2000 'ਚ ਖੇਡਣ ਦਾ। ਹਾਂ ਕਾਰਡ ਸੀ ਅੱਛਾ ਇੰਗਲੈਂਡ। ਹਾਂ ਮੈਨੂੰ ਮਨਜੀਤ ਲੱਟ ਹੋਣਾ ਨੇ, ਅੰਕਲ ਹੋਣਾ ਨੇ 10,000 ਪਾਉਂਡ ਦਿੱਤਾ ਸੀ ਖੇਡਣ ਦਾ, ਉਦੋਂ ਰਿਕਾਰਡ ਸੀ। ਰਿਕਾਰਡ ਹਾਂ, ਦੂਏ ਸਾਲ ਇੰਗਲੈਂਡ, ਪਹਿਲੇ ਸਾਲ ਵੀ 100 ਸਾਲਾ ਸਿੰਘ ਸਭਾ ਵੱਲ ਖੇਡਿਆ, ਦੂਏ ਵੀ ਤੀਏ ਉਹਨਾਂ ਵੱਲ ਖੇਡਿਆ। ਮੈਂ ਕਿਹਾ ਵੀ ਹੁਣ ਦੇਖ ਲਓ, ਉਹ ਕਹਿੰਦੇ ਨਹੀਂ ਵੀ ਬਾਜੀ ਹੁਣ ਤੈਨੂੰ ਅਸੀਂ ਸੋਟ ਦੇ ਦਿੰਦੇ, ਤੂੰ 2 ਸਾਲ ਸਾਡੇ ਲਾ ਤੇ। ਮੈਂ ਕਿਹਾ ਹੁਣ ਮੈਨੂੰ ਬਾਈ ਪੈਸੇ ਮਿਲਦੇ? ਉਹ ਕਹਿੰਦਾ ਅਸੀਂ ਨਹੀਂ ਬਾਈ, ਸਾਡੀ ਕਲੱਬ ਨਹੀਂ ਦੇ ਸਕਦੀ। ਉਹ ਉਹਨਾਂ ਨੇ ਚਲੋ ਵਧੀਆ ਸੀ ਬੰਦੇ ਕਾਕੇ ਜਿਵੇਂ ਹੁਣ, ਉਹ ਕਹਿੰਦੇ ਖੇਡ ਤੂੰ ਕੋਈ ਚੱਕਰ ਨਹੀਂ। ਅੱਛਾ ਇੱਕ ਚੀਜ਼ ਹੋਰ ਦੱਸਿਓ ਬਾਈ, ਜਿਹੜੇ ਤੁਹਾਡੇ ਸਮਕਾਲੀ ਨੇ ਬਹੁਤੇ ਜਿਨ੍ਹਾਂ ਦਾ ਨਾਮ ਇੱਥੇ ਤੱਕ ਹੈਗਾ, ਬਹੁਤ ਵੱਡੇ ਨਾਮ ਨੇ, ਹਾਲਾਂਕਿ ਤੁਹਾਡੇ ਤੋਂ ਥੱਲੇ ਤੱਕ ਨਾਮ ਵਾਲੇ ਬਹੁਤ ਨੇ, ਉਹ ਬਾਹਰ ਆਪਦੇ ਪਰਿਵਾਰ ਨੂੰ ਆਪ ਬਾਹਰ ਸੈੱਟ ਹੋ ਗਏ, ਬਾਜੀ ਦਾ ਸਬੱਬ ਹੀ ਨਹੀਂ ਬਣਿਆ ਬਾਹਰ ਸੈੱਟ ਹੋਣ ਦਾ, ਜਾਂ ਬਾਜੀ ਕਬੱਡੀ ਦੇ ਵਿੱਚ ਹੀ ਇੰਨਾ ਕੁ ਮਗਨ ਰਿਹਾ ਕਿ ਉਹਨੇ ਇਹ ਚੀਜ਼ ਬਾਰੇ ਸੋਚਿਆ ਨਹੀਂ ਕਿ ਮੈਂ ਬਾਹਰ ਸੈੱਟ ਹੋ ਜਾਂ? ਮੈਂ ਕਬੱਡੀ ਲਈ ਸਮਰਪਿਤ ਹੀ ਸੀ, ਆਪਾਂ ਤਾਂ ਸਮਰਪਿਤ ਹੋਏ ਆਪਾਂ, ਲਾਲਚ ਤਾਂ ਹੀ ਨਹੀਂ ਯਾਰ ਵੀ ਕਿੰਨੇ ਪੈਸੇ ਕੀ ਕਰਨੇ ਆ। ਇੱਥੇ ਬਿਜਲੀਵੁੱਡ 'ਚ ਮੈਚ ਖੇਡਦੇ ਸੀ, ਪਤਾ ਹੀ ਨਹੀਂ ਜਿੰਨੇ ਦੇ ਤੇ ਠੀਕ ਆ। ਅੱਛਾ ਇਹ ਨਹੀਂ ਵੀ ਇੰਨੇ ਹੀ ਲੈਣੇ ਆ, ਨਾਲੇ ਸਾਰੇ ਜੱਫੇ ਮੇਰੇ ਸਾਥ ਅੜੇ ਨਹੀਂ ਕਦੇ ਨਾ, ਬਸ ਜਿੰਨੇ ਧੁਪਿੰਦਰ ਹੋਣਾ ਨੇ ਫੜਾ ਦੇ। ਠੀਕ ਆ ਬਾਈ, ਠੀਕ ਆ ਨਾ, ਇਹ ਤਾਂ ਹੋਇਆ ਹੀ ਨਹੀਂ ਵੀ ਆਪਾਂ ਸੈੱਟ ਹੋ ਜਾਈਏ ਜਾਂ ਆਪਦੀ ਆਹ ਕਰ ਲਈਏ ਜਾਂ ਆਹ ਕਰ ਲਈਏ। ਮਹਾਰਾਜ ਨੇ ਬਾਕੀ ਚਲੋ ਸਾਰਾ ਕੁਝ ਚੀਜ਼ ਦਾ ਗਿਲਾ ਹੈਗਾ ਵੀ ਜੇ ਨਹੀਂ, ਕੋਈ ਗਿਲਾ ਨਹੀਂ, ਜਮੀ ਗਿਲਾ ਨਹੀਂ। ਮੈਂ ਗੋਹਾ ਗੂੜਾ ਨਹੀਂ ਕਰ ਸਕਦਾ ਗੋਰਿਆਂ ਦਾ, ਜਾ ਕੇ ਮੇਰੀ ਡੈਰੀ 'ਚ ਹੈ ਨਹੀਂ ਨਾ, ਉਹ ਅੱਧੀ ਮਿਲ ਜੂ ਵਧੀਆ। ਆਪਦੀ ਜਨਮ ਭੂਮੀ 'ਤੇ ਬੈਠੇ ਹਾਂ ਬਾਪੂ ਹੁਣ ਦੀ ਧਰਤੀ 'ਤੇ, ਇਹ ਵੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਆ ਬਾਈ। ਉੱਥੇ ਬੰਦਾ ਦੇਖੋ, ਮੈਂ ਮੇਰਾ ਵਿਆਹ ਹੋ ਗਿਆ ਉੱਥੇ, ਬੱਚੇ ਹੋ ਗਏ, ਮੈਂ ਤਾਂ ਜਾ ਕੇ ਦੇਖਿਆ ਨਾ, ਬਿਲਕੁਲ ਜਿਹੜੀ ਆਪਣੀ ਜੜ ਇੱਥੇ ਲੱਗੀ ਹੋਈ ਆ, ਆਪਣਾ ਆਪਾਂ ਇੱਥੇ ਦੇ ਬੋਰਨ, ਆਪਾਂ ਨੂੰ ਮੋਟਰਾਂ ਹੀ ਯਾਦ ਆਈ ਜਾਂਦੀਆਂ ਬਾਈ। ਸਾਰੀ ਦਿਹਾੜੀ ਬੰਦੇ ਜਿਹੜੇ ਇੱਧਰੋਂ ਉੱਥੇ ਗਏ ਨੇ, ਉਹ ਮਿਲੀਅਨ ਏਅਰ ਬਣ ਗਏ, ਉਹਨਾਂ ਦਾ ਇੱਕ ਪੈਰ ਬਾਈ, ਬੱਚੇ ਉੱਧਰੋਂ ਬੱਚੇ ਉੱਧਰਲੇ ਬੋਰਨ ਹੋ ਗਏ, ਬੱਚੇ ਆ ਨਹੀਂ ਸਕਦੇ ਇੱਧਰ, ਹੈ ਨਾ, ਬਿਲਕੁਲ ਬਸ ਉਹ ਵਿਚਾਲੇ ਹੋ ਗਏ, ਨਾ ਉੱਧਰ ਦੇ ਨਾ ਉੱਧਰ ਨਾ ਉੱਧਰ। ਚਲੋ ਸੰਤੁਸ਼ਟੀ ਉਹਨਾਂ ਨੂੰ ਮੈਨੂੰ ਨਹੀਂ ਪਤਾ ਹੈਗੀ ਨਹੀਂ ਹੈਗੀ, ਪਰ ਮੈਂ ਬਾਹਲੇ ਬੰਦੇ ਦੇਖਿਆ ਬਈ, ਉੱਧਰਲੇ ਮੇਰੇ ਫਰੈਂਡ ਵੀ ਇੰਗਲੈਂਡ ਵਾਲੇ ਉੱਧਰਲੇ ਬੋਰਨ ਵੀ, ਬਈ ਯਾਰ ਮੂੰਹ ਵੀ ਹੋਣਾ ਪੱਕਾ ਹੀ, ਬਾਜੀ 6 ਮਹੀਨੇ ਨੂੰ ਮੂੰਹ ਹੀ ਹੋਣਾ। ਅੱਛਾ ਹਾਂ, ਸਾਲ ਨੂੰ ਹੋਣਾ, ਬਾ ਹੀ ਜਾਣਾ ਉੱਥੇ ਪੱਕਾ ਹੀ। ਪੰਜਾਬ ਤਾਂ ਜਾਣੀ ਇਹ ਹੀ ਆ ਯਾਰ, ਇਹੋ ਜਿਹੀਆਂ ਰੁੱਤਾਂ ਕਿੱਥੇ ਨੇ, ਕਿੱਥੇ ਕਿੱਥੇ ਸਨੋਹ ਪਈਆਂ ਕਿੱਥੇ, ਇੱਥੇ ਮਹਾਰਾਜ ਦੀ ਬਾਬੇ ਦੀ ਧਰਤੀ ਆ, 12 ਰੁੱਤਾਂ ਰੋਜ਼ ਬਦਲਦੀ ਆ, ਕਦੇ ਗਰਮੀ ਕਦੇ ਸਰਦੀ, ਅਤੇ ਅੰਦਰੋਂ ਹੀ ਨਿਕਲ ਆਉਂਦਾ ਹੈ ਨਾ। ਬਾਕੀ ਆਪੋ ਆਪਣੀ ਆਪਾਂ ਸੰਤੁਸ਼ਟ ਹਾਂ ਯਾਰ ਮੇਨ ਤਾਂ। ਕਬੱਡੀ ਨੂੰ ਲੈ ਕੇ ਹੁਣ ਸੋਚ ਕੀ ਆ, ਖਾਸ ਕਰ ਅਕੈਡਮੀ ਨੂੰ ਲੈ ਕੇ ਸੋਚ ਕੀ ਆ, ਖਾਸ ਕਰ ਜਿਵੇਂ ਤੁਸੀਂ ਕਿਹਾ ਕਿ ਜਿੰਨੇ ਉਹ ਸਾਰੇ ਮੇਰੇ ਪੁੱਤ ਨੇ, ਫਤਿਹ ਹੀ ਨੇ, ਮੈਂ ਕੋਈ ਏਦਾਂ ਨਹੀਂ ਹੈਗਾ ਮੈਂ ਫਤਿਹ ਨੂੰ ਲੱਗ ਟੱਕ ਕੇ ਰਹਿਣ, ਜਿਵੇਂ ਛੋਟੇ ਨੇ ਟਾਈਮ ਲੱਗਣਾ, ਮਿੱਟੀ ਤਾਂ ਹੀ ਨਹੀਂ ਵੀ ਚੱਕ ਕੇ ਲਾ ਲਈ ਬਈ ਵੱਡੇ ਹੋ ਗਏ। ਹੁਣ ਜਿਵੇਂ ਛੋਟੇ ਜਵਾਕ ਨੇ 50-50 ਕਿਲੋ ਦੇ, ਘੱਟੋ ਘੱਟ ਇਹਨਾਂ ਨੂੰ 5-6 ਸਾਲ ਲੱਗ ਜਾਣੇ ਆ, ਹੈ ਨਾ, ਇੰਨਾ ਪੀਰੀਅਡ ਲੱਗਣਾ। ਅੱਛਾ ਇਹ ਚੀਜ਼ ਜਿਹੜਾ ਇਹ ਖੜ ਗਿਆ ਉਹ ਪਾਸ ਨਹੀਂ, ਸਤਿ ਸ੍ਰੀ ਅਕਾਲ। ਅੱਛਾ ਇਹ ਚੀਜ਼ ਆਪਦੇ ਆਪ 'ਤੇ ਕੌਨਫੀਡੈਂਸ ਆ ਵੀ ਜੇ ਮੇਰੇ ਹਿਸਾਬ ਦੇ ਨਾਲ ਚੱਲਣਗੇ, ਮੇਰੇ ਪੱਕਾ ਪੱਕਾ ਕੌਨਫੀਡੈਂਸ ਬਣਾ, ਲੋਹੇ ਦਾ ਬਣਾ ਦਾਂਗੇ। ਫਤਿਹ ਨੇ ਕੱਢਿਆ ਤਾਂ ਹੈ ਕਜੂੰਬਰ ਹੁਣ, ਹੈ ਨਾ, ਜਿਵੇਂ ਕਹਿੰਦੇ ਕਜੂੰਬਰ ਉਹ ਕੱਢਿਆ, ਹੁਣ ਤਾਂ ਆ ਗਿਆ ਅਗਲਾ ਸਾਲ, 16 ਸਾਲ ਦਾ ਜਦ ਹੋ ਗਿਆ ਕਰਾਂਗੇ ਗੱਲ ਫਿਰ। ਅੱਛਾ ਗਰਾਊਂਡਾਂ 'ਚ ਫਿਰ ਹੁਣ ਮਤਲਬ ਛੋਟਾ ਬਾਜੀ ਤਿਆਰ ਆ? ਪੱਕਾ ਪੱਕਾ ਬਾਬੇ ਦੀ ਫੁੱਲ ਕਿਰਪਾ, ਜਿਹਨੂੰ ਫੁੱਲ ਹੀ ਕਹਿੰਦੇ ਉਹ ਆ ਵੀ ਤਿਆਰ ਆ ਮਹਾਰਾਜ ਸੱਚੇ ਬਾਤ। ਦੁਬਾਰੇ ਵੀ ਜੰਡ ਜੰਡ ਦੁਬਾਰੇ ਹੋਣੀ ਆ। ਅੱਛਾ ਲੋਕ ਤਾਂ ਬਾਈ ਬਾਜੀ ਅੱਜ ਵੀ ਮੈਨੂੰ ਲੱਗਦਾ ਜੋ ਅਸੀਂ ਗਰਾਊਂਡਾਂ ਜਾਂਦੇ ਹੋਣਗੇ, ਚਾਹੁੰਦੇ ਹੋਣਗੇ ਬਾਜੀ ਟੀ ਸ਼ਰਟ ਲਾ ਕੇ ਕਿਰਾਂ ਜੇ ਗਰਾਊਂਡ ਦੇ ਵਿੱਚ, ਕਿਹੜਾ ਬਹੁਤ ਕਹਿੰਦੇ ਆ, ਕਿਹੜਾ ਤਾਂ ਸ਼ੇਰ ਦਿਖਾਵੇ ਆਪਦਾ, ਦਿਖਾਉਣਾ ਤਾਂ ਹੈਗਾ ਹੈ ਦਿਖਾਉਣਾ, ਇਹ ਚੀਜ਼ ਤਾਂ ਇਹ ਗੱਲ ਹੋ ਰਹੀ ਚੀਜ਼ ਤਾਂ ਸੋਚ ਦਿਮਾਗ ਉਹੀ ਉਹ ਦਿਖਾਉਣਾ ਮੈਂ ਕਰਕੇ ਲੋਕਾਂ ਨੂੰ, ਜਿਹੜੇ ਕਹਿੰਦੇ ਵੀ 50 ਸਾਲ ਦਾ ਬੰਦਾ, ਮੈਂ ਸਾਡਾ ਤਾਇਆ ਕਹਿੰਦਾ ਹੁੰਦਾ ਸੀ ਬਈ ਪੁੱਤ 40 ਸਾਲ ਤੱਕ ਮੱਲੀ ਕਰਨੀ ਆ। ਅੱਛਾ ਹੈ ਨਾ, ਹਾਂ ਬਈ ਫਿਰ ਮੈਂ ਮੰਨੂੰ ਤੈਨੂੰ, ਮੈਂ ਕਿਹਾ ਕੋਈ ਗੱਲ ਨਹੀਂ ਪਾਪਾ ਵੀ ਕਰਾਂਗੇ, ਹੈ ਨਾ, ਹੁਣ ਸੋਚਦਾ ਹੁੰਦਾ ਵੀ ਉਹ ਜਿਉਂਦੇ ਹੁੰਦੇ ਵੀ ਦੱਸ ਦੇ, ਹਾਂ ਵੀ 50 ਸਾਲ ਦੇ 10 ਸਾਲ ਉੱਤੇ ਆ, ਤਾਂ ਹੀ ਤਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਤਪੱਸਿਆ ਕਰਦੇ। ਮੈਂ ਹੁਣ ਰਾਤ ਰੂਤ ਤੋਂ ਚੱਲਦਾ ਯਾਰ, ਥੋੜ੍ਹਾ ਜਿਹਾ ਕੌਡੀ ਤੋਂ ਪਤਾ ਨਹੀਂ ਕੀ ਚੱਕਰ ਹੋਇਆ, ਜੀ ਨਹੀਂ ਕਰਦਾ ਜਾਣ ਨੂੰ। ਅੱਛਾ ਇਹ ਚੀਜ਼ ਆ, ਹਾਂ
ਜੀ ਨਹੀਂ ਕਰਦਾ ਮੈਚ ਤੇ ਜਾਣ ਨੂੰ ਕਾਰਨ ਪਤਾ ਨਹੀਂ ਕੀ ਕਾਰਨ ਇੱਕ ਤਾਂ ਰਾਤ ਆ ਹਨੇਰਾ ਹੁਣ ਕੱਲ੍ਹ ਗਏ ਉਹ ਵੀ ਪ੍ਰਿਥੀਪਾਲ ਸਾਹਿਬ ਨੇ ਐਸ ਐਸ ਪੀ ਉਹਨਾਂ ਦਾ ਅਸੀਂ ਕੋਟਲੇ ਸਾਈ ਹਾਂ ਕਮਲਜੀਤ ਖੇਡਾਂ ਉਹ ਚਲੋ ਆਪਣੇ ਬਹੁਤ ਰਿਸਪੈਕਟ ਕਰਦੇ ਆ ਆਪਾਂ ਕਰਦੇ ਉਹਨਾਂ ਦੀ ਉੱਥੇ ਜਾਣਾ ਪੈਣਾ ਸੀ ਉੱਥੇ ਮੈਨੂੰ ਜਾਣਾ ਪਿਆ ਅਸੀਂ 12 ਵਜੇ ਆਏ ਹਾਂ ਰਾਤ ਅੱਛਾ ਫਿਰ ਅਗਲੇ ਦਿਨ ਦੀ ਤਿਆਰੀ ਮਿਸ ਹੋ ਜਾਂਦੀ ਆ ਸਾਰਾ ਕੁਛ ਹੀ ਮਿਸ ਅਜਾ ਇੱਕ ਚੀਜ਼ ਹੋਰ ਆ ਜਿਵੇਂ ਤੁਸੀਂ ਕਹਿੰਦੇ ਮੈਂ ਅਨੀਂਦੇ ਤੋਂ ਬਾਹਲਾ ਚੱਲਦਾ ਮੈਂ ਅਨੀਂਦਾ ਨਹੀਂ ਬਾਹਲਾ ਰਹਿ ਸਕਦਾ ਮੈਂ ਤਾਂ ਐਕਸਰਸਾਈਜ਼ ਮੈਂ ਛੱਡ ਨਹੀਂ ਸਕਦਾ ਮੈਂ ਤੁਹਾਨੂੰ ਦੱਸਦਾ ਕੱਲ੍ਹ ਦੀ ਐਕਸਰਸਾਈਜ਼ ਰਹਿ ਗਈ ਅੱਜ ਸਾਰੀ ਸਵੇਰੇ ਮੇਰਾ ਜੀ ਨਾ ਕਰਿਆ 12 ਵਜੇ ਦਾ ਪਏ ਬਿਲਕੁਲ ਹੈ ਨਾ ਚੱਲ ਮੁੰਡੇ ਨੂੰ ਮੈਂ ਕਿਹਾ ਤੁਸੀਂ ਹੈਂਡ ਬਾਲ ਲਾ ਲਓ 10 ਮਿੰਟ ਹੋਰ ਲਵਾ ਕੇ ਮੈਂ ਮੇਰਾ ਕਰਿਆ ਪਰ ਦਿਲ ਹੀ ਨਹੀਂ ਕਰਿਆ ਐਕਸਰਸਾਈਜ਼ ਕਰੂੰ ਸਾਰੀ ਦਿਹਾੜੀ ਮਨ ਸਟਾਰਟ ਹੀ ਨਹੀਂ ਹੋਇਆ ਸਰੀਰ ਫਿਰ ਜਦ ਤੁਸੀਂ ਤੇਰਾ ਮਖਿਆ ਯਾਰ ਮੈਂ ਇੰਟਰਵਿਊ ਕਿਵੇਂ ਕਰੂੰ ਹੈ ਨਾ ਬੋਡੀ ਲੱਗੀ ਹੋਈ ਆ ਅਤੇ ਮੈਂ ਫਿਰ 2:30 ਵਜੇ ਹੀ ਆ ਗਿਆ ਅੱਛਾ ਮੈਂ ਕਿਹਾ ਚੱਲ ਮੈਂ ਪਹਿਲਾਂ ਇਹਨੂੰ ਚਾਰਜ ਤਾਂ ਕਰਾਂ ਯਾਰ ਹੈ ਨਾ ਫਿਰ ਲਾਇਆ ਅੱਧਾ ਪੌਣਾ ਘੰਟਾ 45 ਮਿੰਟ ਟੈਟੂ ਖਿੱਚਿਆ ਗਰਮੀ ਗੁਰਮੀ ਆਈ ਫਿਰ ਸਰੀਰ ਥੋੜ੍ਹਾ ਠੀਕ ਹੋਇਆ ਕੋਈ ਬਿਮਾਰੀ ਬਿਮੂਰੀ ਹੈਗੀ ਸਰੀਰ ਨੂੰ ਨਾ ਨਾ ਬਿਮਾਰੀ ਤਾਂ ਦਾਵ ਨਹੀਂ ਚੜ੍ਹਿਆ ਕਿਤੇ ਅੱਛਾ ਨਾ ਮਤਲਬ ਹੀ ਨਹੀਂ ਕੋਈ ਉਈ ਮੇਰਾ ਗਲੀਸ਼ ਮੁੱਕ ਗਿਆ ਫਲਾਨਾ ਮੁੱਕ ਗਿਆ ਕਿਹਦਾ ਗੜੀ ਕਿਹੜਾ ਗਲੀਸ਼ ਕੁਛ ਨਹੀਂ 50 ਸਾਲ ਦੀ ਉਮਰ ਤਾਂ ਕਹਿੰਦੇ ਆ ਉਹ ਗੋਡਿਆਂ ਨਾਲ ਕਿਹੜਾ ਗੋਡਾ ਹੈ ਨਾਲੇ ਇੰਜਰੀਆਂ ਬਹੁਤ ਹੋਣਗੇ ਬਹੁਤ ਦੋਨੇ ਗਿੱਟੇ ਟੁੱਟੇ ਹੋਏ ਨੇ ਦੋਨੇ ਗਿੱਟੇ ਟੇਢੇ ਜੁੜੇ ਹੋਏ ਆ ਇਹ ਵੀ ਦੇਖ ਲਈ ਤੂੰ ਕੈਮਰਾ ਮਾਰ ਕੇ ਅੱਛਾ ਟੇਢੇ ਜੁੜੇ ਹੋਏ ਨੇ ਦੋਨੇ ਆ ਤਾਂ ਦੇਖ ਮਾਰ ਦੀਂਦੇ ਆ ਹਾਂ ਹਾਂ ਇਹ ਟੇਢੇ ਬਿਲਕੁਲ ਬਿਲਕੁਲ ਗਿੱਟੇ ਵੀ ਟੇਢੇ ਬਾਹਾਂ ਵੀ ਹਾਂ ਇੱਕ ਮਿੰਟ ਵਾਲੇ ਨੂੰ ਦੱਸਦਾ ਵਿੱਚ ਰੀਟ ਵੱਜ ਜਾਂਦੀ ਹੈ ਨਾ ਹਾਂ ਦੋ ਦਿਨ ਮੰਜੇ ਤੋਂ ਨਹੀਂ ਉੱਠਦੇ ਹਾਂ ਆ ਆ ਆਦੇ ਉਂਗਲ ਕਿੱਧਰ ਨੂੰ ਜਾਂਦੀ ਆ ਆ ਹੱਥ ਟੁੱਟਿਆ ਹੋਇਆ ਸਾਰਾ ਕੁਛ ਹੀ ਬਾਲ ਕਟਾਉਣੇ ਪਰ ਫਿਰ ਸੋਚਿਆ ਵੀ ਯਾਰ ਬਾਲ ਨੀ ਕਟਾਉਣੇ ਰੱਖਣੇ ਆ ਹਾਂ ਸੋਚ ਹਜੇ ਤਾਂ ਬਈ ਰੱਖਣੇ ਨੇ ਸੋਚ ਤਾਂ ਇਹੀ ਆ ਬਈ ਬਈ ਸਿੰਘ ਵੀ ਸਜਣਾ ਹੁਣ ਮਹਾਰਾਜ ਕਿਰਪਾ ਕਰਨਗੇ ਆਪਣੇ ਵੱਲੋਂ ਵੀ ਤਿਆਰੀ ਕਰਦਾ ਮੈਂ ਪਹਿਲਾਂ ਤਾਂ ਵੱਡੀ ਤਿਆਰੀ ਇਹੀ ਆ ਮੈਨੂੰ ਕਲਫ ਨੂੰ ਬੰਦੇ ਪਤਾ ਹੀ ਨਹੀਂ ਕਿੰਨੇ ਕਹਿ ਚੁੱਕੇ ਆ ਜਿੰਦੋਂ ਮੈਂ ਕਿਤੇ ਸ਼ਹਿਰ ਜਾਂਦਾ ਬਾਈ ਯਾਰ ਤਾਲੀ ਕਾਲੀ ਲਾ ਲਾ ਕਰ ਲਾ ਯਾਰ ਸੋਚਦਾ ਦੇਖ ਲਾ ਕਹੀ ਯਾਰ ਮੂੰਹ ਕਾਲਾ ਕਰ ਲਓ ਆਪਦਾ ਕਾਹਦੇ ਲਈ ਕਰਨਾ ਜਿਵੇਂ ਅੰਮ੍ਰਿਤਪਾਲ ਬਾਈ ਨੇ ਕਿਹਾ ਮੇਰੀ ਵਾਈਫ ਆ ਮੈਨੂੰ ਵਧੀਆ ਮੈਂ ਵਧੀਆ ਲੱਗਦਾ ਉਹਨੂੰ ਉਹ ਮੈਨੂੰ ਵਧੀਆ ਲੱਗਦੀ ਆ ਮੈਂ ਕਿਹਨੂੰ ਦਿਖਾਉਣਾ ਮੇਰੇ ਅੰਦਰ ਖੋਟ ਆ ਕੋਈ ਜੇ ਖੋਟ ਆ ਫੇਰ ਹੀ ਮੈਂ ਮੂੰਹ ਕਾਲਾ ਕਰਕੇ ਚਿਕਨਾ ਬਣੂ ਜਾਂ ਮੈਂ ਐਕਟਰ ਹੋਵਾਂ ਜਿਵੇਂ ਚਲੋ ਐਕਟਰ ਦੀ ਫੀਲਡ ਆ ਬਈ ਫਿਲਮ ਆਉਣੀ ਆ ਵੈਸੇ ਤਾਂ ਬਾਹਰਲੇ ਵੀ ਉਹ ਹੈ ਨਾ ਆਉਂਦੇ ਆ ਬਿਲਕੁਲ ਚਿੱਟੀਆਂ ਦਾੜੀਆਂ ਗੋਰੇ ਆਉਂਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪਤਾ ਨਹੀਂ ਹੁਣ ਆਪੋ ਆਪਣੀ ਸੋਚ ਆਪਣੀ ਤਾਂ ਸੋਚ ਇਹੀ ਆ ਬਈ ਕਿਹਨੂੰ ਦਿਖਾਉਣਾ ਹੈ ਨਾ ਅੱਛਾ ਬਦਲਾਅ ਕਿੰਨਾ ਕੁ ਦੇਖਦੇ ਹੋ ਕਬੱਡੀ ਦੇ ਵਿੱਚ ਬਹੁਤ ਬਦਲਾਅ ਬਹੁਤ ਆ ਰਿਸਪੈਕਟ ਰਿਸਪੁਕਟ ਵਾਲਾ ਉਹੀ ਕੰਮ ਆ ਨਾ ਇੱਕਦਮ ਜੇ ਹੁਣ ਕੋਚ ਕੋਲ ਜਾਣਗੇ ਉਹ ਆਪਣੀ ਗੱਲ ਵਿੱਚ ਰਹਿ ਗਈ ਵੀ 3 ਹੋ ਗਏ ਇੱਥੋਂ ਜਿਹੜਾ ਚੱਲਿਆ ਜਾਂਦਾ ਜੇ ਪੁਰਾਣਾ ਕੋਈ ਗਿਆ ਹੈ ਨਾ ਮੇਰੇ ਨਾਲ ਕੋਈ ਵੀ ਬੰਦਾ ਬਹਿ ਕੇ ਹਿਸਾਬ ਕਰਕੇ ਨਹੀਂ ਗਿਆ ਅੱਛਾ ਕਿੰਨੇ ਮੈਨੂੰ ਵੀ ਤਾਂ ਪਤਾ ਨਹੀਂ ਕਿੰਨੇ 100 ਆ ਕੇ ਚਲੇ ਗਏ ਵਿੱਚੋਂ ਵਿੱਚ ਵੀ ਭੱਜ ਵਿੱਚੋਂ ਹੀ ਭੱਜ ਜਾਂਦੇ ਆ ਇਹ ਨਹੀਂ ਗੱਲ ਕਹਿੰਦਾ ਮੈਂ ਵਿੱਚੋਂ ਨਹੀਂ ਭੱਜਦੇ ਅਤੇ ਜਿਵੇਂ ਹੁਣ 6 ਲਾਏ 6 ਤੋਂ ਬਾਅਦ ਬਾਈ ਯਾਰ 2 ਨੂੰ ਫੀਸ ਦੇਵਾਂਗੇ ਯਾਰ ਅੱਛਾ 3 ਨੂੰ ਦੇਵਾਂਗੇ ਕੋਈ ਨਾ ਬਸ ਉਹ 2-3 ਲਾ ਕੇ ਉਦੋਂ ਬਾਈ ਮੈਂ ਪਿੰਡੋਂ ਫੀਸ ਲਿਆਉਂ ਅੱਛਾ ਉਦੋਂ ਸਤਿ ਸ਼੍ਰੀ ਅਕਾਲ ਆਉਣਾ ਹੀ ਨਹੀਂ ਨਾ ਫੋਨ ਚੱਕਣਾ ਬਾਜੀ ਦੀ ਘੂਰੀ ਤੋਂ ਵੀ ਚੱਲਦੇ ਹੋਣਗੇ ਮਾੜੇ ਮੋਟੇ ਨਹੀਂ ਪਾਪਾ ਫੋਨ ਹੀ ਨਹੀਂ ਕਰੀਦਾ ਬਾਈ ਪਿੱਛੇ ਨਹੀਂ ਕੀਤਾ ਕਦੇ ਫੋਨ ਵੀ ਪੈਸੇ ਦੇ ਕੇ ਜਾ ਇੱਕ ਨੂੰ ਕਰਿਆ 2 ਗਰੀ ਹਨਾ ਨਾ ਹੁਣ ਮੈਂ ਕਾਹਨੂੰ ਲੈਣਾ ਗੁਰਸਿੱਖ ਸੀ ਬੰਦਾ ਉਹਦਾ ਮੁੰਡਾ ਤਕੜਾ ਹੋ ਗਿਆ ਸੀ ਅੱਛਾ ਪਰ ਮੈਂ ਇੱਥੇ ਇਹ ਚੀਜ਼ ਦੇਖੀ ਆ ਇੱਥੇ ਚੱਲ ਮੈਂ ਜਿਹੜਾ ਲੋੜਵੰਦ ਹੁੰਦਾ ਕਹਿ ਦਿੰਦਾ ਬਾਈ ਮੇਰੀ ਫੀਸ ਕਰ ਦਿਓ ਮੇਰੇ ਤਾਂ ਆਏ ਆ ਮੈਂ ਕਹਿ ਦਿੰਦਾ ਕੋਈ ਨਾ ਕੋਈ ਚੱਕਰ ਨਹੀਂ ਸੱਚਾਈ ਆ ਹਾਂ ਉਹ ਥੋੜ੍ਹਾ ਜਿਹਾ ਚਿਰ ਹੀ ਰਹਿੰਦਾ ਇੱਥੇ ਅੱਛਾ ਮਹਾਰਾਜ ਭਜਾਣ ਦਾ ਜਿਹੜਾ ਮਾੜਾ ਬੰਦਾ ਇੱਥੇ ਆਉਂਦਾ ਮੇਰੀ ਅਕੈਡਮੀ 'ਚ ਉਹ ਝੂਠ ਬੋਲ ਕੇ ਅਸੀਂ ਉਹ ਚੱਲ ਸਰਪੰਚ ਦਾ ਨੰਬਰ ਤਾਂ ਲੈ ਲੈਂਦੇ ਹਾਂ ਵੀ ਅਸੀਂ ਸਰਪੰਚ ਪੰਚ ਤੋਂ ਵੈਰੀਫਾਈ ਕਰਨਾ ਵੀ ਤੂੰ ਲੋੜਵੰਦ ਆ ਕਿ ਨਹੀਂ ਪਰ ਅਸੀਂ ਕਦੇ ਵੀ ਫੋਨ ਨਹੀਂ ਕੀਤਾ ਕਦੇ ਵੀ ਸਰਪੰਚ ਨੂੰ ਅੱਛਾ ਵੀ ਇਹ ਲੋੜਵੰਦ ਆ ਜਾਂ ਨਹੀਂ ਜਿਹਨੇ ਕਹਿਤਾ ਉਹ ਠੀਕ ਆ ਕੋਈ ਗੱਲ ਨਹੀਂ ਕਦੇ ਵੀ ਨਹੀਂ ਕੀਤਾ ਪਰ ਲੋਕ ਝੂਠ ਬਾਹਲਾ ਬੋਲਦੇ ਹੁਣ ਜਿਹੜੀ ਮਨਿਆਦ ਹੀ ਝੂਠ ਵੱਤੋਂ ਆ
ਉਹ ਮੰਜ਼ਿਲ ਕਿਹੜੀ ਬਣੂਗੀ ਉਹਦੇ ਹੈ ਨਾ ਝੂਠ ਬਹੁਤ ਬੋਲ ਬਹੁਤ ਝੂਠ ਆ ਝੂਠ ਤੋਂ ਮੈਂ ਚੱਲਦਾ ਬਹੁਤ ਮੈਂ ਕਹਿੰਦਾ ਮੇਰੇ ਵਿੱਚ ਵੱਜੋ ਤੁਸੀਂ ਪਿਆਰ ਨਾਲ ਖਾ ਲਓ ਕਿਸੇ ਨੂੰ ਮਰਜ਼ੀ ਕਿੰਨਾ ਮਰਜ਼ੀ ਖਾ ਲਓ ਦੱਸੋ ਬਾਈ ਆਹ ਲੋੜ ਬਣਦਾ ਮੇਰੇ ਵੈਰੀਫਾਈ ਕਰ ਲਓ ਮੈਂ ਕਹਿੰਦਾ ਬਈ ਮੇਰੇ ਕੋਲ 10 ਪਲੇਅਰ ਆ ਜਾਓ ਠੀਕ ਆ ਟ੍ਰਾਇਲ ਦੇ ਦਿਓ ਤੁਸੀਂ ਨਸ਼ਾ ਨਾ ਕਰਦੇ ਹੋਵੋ ਮੈਂ ਕਾਲੇ ਚੋਰ ਤੋਂ ਤੁਹਾਨੂੰ ਦਿਨਾ ਡਾਇਟ ਲਿਆ ਕੇ ਨਾ ਦਿਓ ਤੁਸੀਂ ਫੀਸ ਹਜ਼ਾਰ ਗਿਰੀ ਕਹਿ ਚੁੱਕਿਆ ਮੈਂ ਆਉਂਦੇ ਨਹੀਂ ਕੋਈ ਕਿਉਂ ਨਹੀਂ ਉਹਦਾ ਨਸ਼ੇੜੀ ਨੇ ਵਿੱਚ ਤਾਂ ਅੱਛਾ ਹਾਂ ਖਿਡਾਰੀ ਖਿਡਾਰੀ ਵੀ ਬਿਲਕੁਲ ਲੈ ਹੁਣ ਡੋਪ ਟੈਸਟ ਆ ਡਰੱਗ ਟੈਸਟ ਆ ਜਾਂ ਡੋਪ ਡਰੱਗ ਕਿੰਨੇ ਦਾ ਹੁੰਦਾ 250-300 200 ਹੀ ਕਿੱਟ ਆਉਂਦੀ ਕਿਉਂ ਨਹੀਂ ਕਰਦੇ ਕਲੱਬਾਂ ਵਾਲਿਆਂ ਕੋਲ ਕੀ ਨਹੀਂ ਕਰ ਨਹੀਂ ਸਕਦੇ ਕਿੰਨਾ 10,000 ਖਰਚਾ ਨਹੀਂ ਆਉਣਾ ਚਾਰ ਪੰਜ ਟੀਮਾਂ ਦਾ ਜੇ 6 ਟੀਮਾਂ ਖਿਲਾਉਂਦੇ ਆ ਗੱਲ ਤਾਂ ਲੱਗਣੀ ਹੈ ਬਹੁਤ ਟਿਕਾਣੇ ਤੇ ਜਾ ਕੇ ਇਹ ਠੀਕ ਆ ਬਿਲਕੁਲ ਬਿਲਕੁਲ ਆਉਣਾ ਹੀ ਨਹੀਂ ਕਿਸੇ ਨੇ ਖੇਲਣਾ ਅੱਛਾ ਇੱਕ ਗੱਲ ਮੈਨੂੰ ਹੋਰ ਦੱਸ ਦਿਓ ਅਕੈਡਮੀਆਂ ਹੋਰ ਵੀ ਬਣੀਆਂ ਨੇ ਉਹਨਾਂ ਦਾ ਤੇ ਬਾਜੀ ਦਾ ਫਰਕ ਕੀ ਆ ਬਾਲਾ ਫਰਕ ਆ ਜ਼ਮੀਨ ਆਸਮਾਨ ਦਾ ਕੀ ਅੰਤਰ ਮੰਨਦੇ ਆ ਕੋਚ ਆਵੇ ਕੋਈ ਮੇਰੇ ਨਾਲ ਦੋ ਗੱਲਾਂ ਕਰ ਲਵੇ ਜੇ ਐਕਸਰਸਾਈਜ਼ ਨਹੀਂ ਕਰਨੀ ਗੱਲਾਂ ਹੀ ਕਰ ਲਵੇ ਮੇਰੀਆਂ ਗੱਲਾਂ ਦਾ ਜਵਾਬ ਹੀ ਦੇ ਦੇਵੇ ਡਾਇਟ ਦੇ ਬੋਲ ਕਰ ਲਵੇ ਬਾਡੀ ਦੇ ਮਸਲ ਉੱਤੇ ਕਰ ਲਵੇ ਵਰਕ ਕਿਹੜਾ ਕਿਵੇਂ ਕਰਦਾ ਕਿਹੜਾ ਕਿਵੇਂ ਕਰਦਾ ਕਿਹੜੀ ਇੰਜਰੀ ਕਿਵੇਂ ਲੋਟ ਹੋਣੀ ਆ ਬਿਨਾਂ ਪੈਸਿਆਂ ਤੋਂ ਇੰਜਰੀ ਲੋਟ ਕਰ ਦੂੰ ਕਿਹੜੀ ਮਰਜ਼ੀ ਇੰਜਰੀ ਆ ਕਿੱਡੀ ਮਰਜ਼ੀ ਇੰਜਰੀ ਆ ਕੋਈ ਐਵੇਂ ਮੇਰਾ ਜੀ ਗੋਡਾ ਐਵੇਂ ਡਾਕਟਰਾਂ ਦੇ ਕੋਲ ਜਾਂਦੇ ਆ ਉਹ ਕਹਿੰਦੇ ਤੁਹਾਡੀ ਉਹ ਜਿਹੜੀ ਬੱਚਾ ਨਾ ਗਲੀਸ ਉਹ ਖਤਮ ਹੋ ਗਿਆ 1,35,000 ਰੁਪਏ ਲੱਗੂ ਉਹ ਇੱਧਰੋਂ ਮਾੜਾ ਟਾਂਕਾ ਮਾਰ ਕੇ ਇੱਧਰੋਂ ਲੇਜ਼ਰ ਜਿਹਾ ਮਾਰ ਕੇ ਚੱਲ ਸਤਿ ਸ਼੍ਰੀ ਅਕਾਲ ਚੱਲ ਬਈ ਰੈਸਟ ਕਰ 6 ਮਹੀਨੇ ਸਾਈਕਲਿੰਗ ਕਰ ਲੋਟ ਹੋ ਜਾਏਗਾ ਉਹ ਸਾਈਕਲ ਨਾਲ ਆਪੇ ਲੋਟ ਹੋ ਜਾਂਦਾ ਅੱਛਾ ਉਹ ਆਪੇ ਕਰ ਸਾਈਕਲਿੰਗ ਨਾਲ ਸਾਈਕਲਿੰਗ ਹੋ ਹੀ ਜਾਣਾ ਰੋਡ 'ਚ 5-7-10 ਕਿਲੋਮੀਟਰ ਸਵੇਰੇ ਕਰਨੀ ਆ ਤੂੰ 10 ਕਿਲੋਮੀਟਰ ਹੱਥ ਨੇ ਕਰਨੀ ਆ ਹੈ ਸਾਈਕਲਿੰਗ ਬਹੁਤ ਵਧੀਆ ਚੀਜ਼ ਆ ਬਸ ਆਹ ਚੀਜ਼ਾਂ ਨੇ ਇੱਕ ਚੀਜ਼ ਹੋਰ ਅੱਛਾ ਘੂਰ ਕਰ ਫਿਰ ਬਾਜੀ ਬਾਈ ਚੱਲ ਲੈਂਦੇ ਤੁਹਾਡੀ ਜਿਵੇਂ ਅੜਬ ਪਿਆਰ ਨਾਲ ਹੀ ਕਰੀਦੀ ਆ ਕੰਮ ਪਿਆਰ ਨਾਲ ਹੀ ਇਹਨੂੰ ਦੱਸੀ ਦਾ ਵੀ ਹੈ ਨਾ ਬਈ ਆਹ ਗਲਤੀ ਆਪਾਂ ਤੁਹਾਡੀ ਜੇ ਹੁਣ ਜੇ ਗਲਤੀ ਹੋ ਫਿਰ ਬੋਲਿਆ ਵੀ ਜਾਂਦਾ ਬੋਲ ਤਾਂ ਪੱਕਾ ਬੋਲਣਾ ਤਾਂ ਇਹਨੂੰ ਦੱਸੀ ਦਾ ਜੇ ਕੁੜੀਆਂ ਖੜੀਆਂ ਨੇ ਤੁਸੀਂ ਇਹ ਸੋਚਣਾ ਵੀ ਮੇਰੀ ਭੈਣ ਖੜੀ ਆ ਇਹਨੂੰ ਬੰਦੇ ਵੀ ਬਣਾਉਣਾ ਆਪਾਂ ਵੀ ਮੇਰੀ ਜੇ ਮੇਰੀ ਭੈਣ ਹੁੰਦੀ ਐਡੀ ਹੁੰਦੀ ਅੱਛਾ ਇਹ ਫੋਰਨਾ ਲੈ ਕੇ ਆਉਣਾ ਕੁੜੀਆਂ ਨੂੰ ਦੇਖ ਕੇ ਸਭ ਕੁ ਮਤਲਬ ਦੁਨੀਆਦਾਰੀ ਵੀ ਸਿਖਾਈ ਜਾਂਦੀ ਹਾਂ ਹਾਂ ਵੀ ਜੇ ਸਾਡੇ ਬਾਪੂ ਹੁਣੇ ਇਹ ਸਿਖਾਇਆ ਬਈ ਜੇ ਕਿਸੇ ਦੇ ਘਰੇ ਜਾਂਦੇ ਹੋ ਤੁਸੀਂ ਬੰਦਾ ਘਰੇ ਨਹੀਂ ਹੈਗਾ ਤੁਹਾਡੀ ਪੈਰਾਂ 'ਚ ਨਿਗਾਹ ਚਾਹੀਦੀ ਆ ਜੇ ਤੁਸੀਂ ਬੈਠੇ ਹੋ ਰਸੋਈ ਵੱਲ ਨੂੰ ਤੁਹਾਡੀ ਪਿੱਠ ਚਾਹੀਦੀ ਆ ਤਾਂ ਤਾਂ ਤੁਸੀਂ ਹੈਗੇ ਅਸਲੇ ਦੇ ਨਹੀਂ ਤਾਂ ਫਿਰ ਹੋਰ ਹੀ ਕੁਛ ਆ ਉਹ ਦੱਸੀਦਾ ਇਹਨਾਂ ਨੂੰ ਬਈ ਰਸੋਈ ਵੱਲ ਨੂੰ ਆਪਾਂ ਪਿੱਠ ਕਰਕੇ ਬਹਿਣਾ ਬੁੜੀਆਂ ਵੱਲ ਨੂੰ ਖਾਸ ਕਰਕੇ ਬਸ ਜਿਹੜਾ ਨਹੀਂ ਕਰਦਾ ਤੈਨੂੰ ਪਤਾ ਹੀ ਆ ਬਸ ਹਨਾ ਸੁਨੇਹਾ ਸਾਡੇ ਸਰੋਤਿਆਂ ਲਈ ਕੀ ਰਹੂਗਾ ਅੱਛਾ ਪਹਿਲਾਂ ਇੱਕ ਗੱਲ ਹੋਰ ਦੱਸ ਦਿਓ ਜਿਹੜਾ ਕਿ ਸਰੋਤਾ ਇੱਥੇ ਆਉਣਾ ਚਾਹੁੰਦਾ ਆ ਕੋਈ ਸੰਪਰਕ ਨੰਬਰ ਜਿਹੜਾ ਉਹ ਜ਼ਰੂਰ ਦੱਸਿਓ ਕਿੱਥੇ ਆ ਅਕੈਡਮੀ ਉਹਦਾ ਐਡਰੈਸ ਜਿਹੜਾ ਮੈਂ ਚਾਹੂੰਗਾ ਜ਼ਰੂਰ ਦੱਸਿਓ ਅਕੈਡਮੀ ਰਾਏਕੋਟ ਆਪਾਂ ਤੋਂ 12-15 ਕਿਲੋਮੀਟਰ ਹਾਂ ਇੱਧਰੋਂ ਲੁਧਿਆਣਾ ਆਪਾਂ ਨੂੰ ਹੈਗਾ 20-25 ਕਿਲੋਮੀਟਰ ਹਾਂ ਡੇਲੋਂ ਹੈਗਾ ਆਪਾਂ ਨੂੰ 8 ਕਿਲੋਮੀਟਰ ਡੇਲੋਂ ਤੋਂ ਲੁਧਿਆਣਾ ਹੈਗਾ 15 ਕਿਲੋਮੀਟਰ ਹੈ ਜੀ ਇੱਧਰੋਂ ਮਰੇਲਕੋਟਲਾ ਵੀ ਆਪਾਂ ਨੂੰ 20-25 ਕਿਲੋਮੀਟਰ ਜਾਣੀ ਲੁਧਿਆਣੇ ਦੇ ਨੇੜੇ ਹੀ ਪੈਂਦਾ ਅਕੈਡਮੀ ਦਾ ਨੰਬਰ ਇਹ ਹੈ ਜੀ 62-800-8577-98-727-0-24 ਹਨਾ ਕੋਈ ਗੱਲ ਨਹੀਂ ਲਿੰਕ ਕਰੋ ਬਾਈ ਸਾਰਾ ਕੁਛ ਹੋ ਸਕਦਾ ਟਾਈਮ ਲੱਗਣਾ ਇਹ ਨਾ ਮੇਰੇ ਕੋਲ ਜੇ ਆਉਣਾ ਘੱਟੋ ਘੱਟ 1-2 ਸਾਲ ਦਾ ਟੀਚਾ ਲੈ ਕੇ ਆਇਓ ਉਦੋਂ ਪਹਿਲਾਂ ਵਾਲਾ ਬੇਨਤੀ ਆ ਵੀ ਆਇਓ ਨਾ ਵੀ ਇਹ ਨਹੀਂ ਮਹੀਨੇ 'ਚ ਖੜਾ ਨਹੀਂ ਨਹੀਂ ਉਹ ਬ੍ਰਾਇਲਰ ਮੈਂ ਨਹੀਂ ਬਣਾ ਸਕਦਾ ਨਾ ਮੈਂ ਬਣ ਦੇਣੇ ਉਹ ਠੀਕ ਆ ਨਾ ਤਪੱਸਿਆ ਕਰੋ ਫਲ ਮਿਲੂਗਾ ਹੁਣ ਕਣਕ ਬੀਜੀ ਆ ਹਨਾ 6 ਮਹੀਨੇ ਲੱਗਣੇ ਨੇ ਲੱਗੂਗਾ ਸਮਾਂ ਤਾਂ ਜੇ ਹੁਣ ਤਿੰਨੇ ਰਿਹੋ ਸਾਰੇ ਨਾਲ ਸਾਰੀਆਂ ਸਪਰੇਆਂ ਇਕੱਠੀਆਂ ਪਾ ਦਈਏ ਮੱਚ ਜੂ ਬੱਲੀ 6 ਮਹੀਨੇ ਨੂੰ ਆਉਣੀ ਆ ਫਿਰ ਵੱਢਣੀ ਆਪਾਂ ਹੁਣ ਇਹ ਕਹਿੰਦੇ ਆ ਵੀ ਬੱਲੀ ਤਾਂ ਬੀਜਣ ਸਾਰੀ ਟਾਲੀ ਭਰਨੀ ਆ ਉਹ ਹਨਾ ਉਹ ਨੀ ਭਰਨੀ ਉਹ ਭਰ ਲੈਣਗੇ ਪਰ ਉਹ ਨੁਕਸਾਨ ਉਹ ਤਾਂ ਥੋੜਾ ਸਮਾਂ ਖੱਟਣ ਖਟਾਉਣ ਨੂੰ ਕੁਛ ਨੀ ਰਹਿਣਾ ਸਿਹਤ ਚਲੀ ਜਾਣੀ ਆ ਸਾਰੀ ਕੁਛ ਵੀ ਨਹੀਂ ਰਹਿਣਾ ਪੱਲੇ ਕੁਛ ਵੀ ਨਹੀਂ ਪੈਣਾ ਇੰਜਰੀ ਹੋ ਜਾਣੀ ਆ ਸਾਲ ਕੁ ਚ ਹਨਾ ਇੰਜਰੀ ਤੇ ਸਾਰਾ ਕੁਛ ਲੱਗ ਜਾਣਾ ਮਹਾਰਾਜ ਬੜਾ ਬੇਅੰਤ ਸੋ ਉਹ ਨਾਲ ਹੀ ਲੈ ਲੈਂਦਾ ਜੇ 10,000 ਰੁਪਇਆ ਸ਼ਾਰਟਕੱਟ ਵਾਲਾ ਆ ਵੀ ਗਿਆ 20 ਤੁਹਾਡੇ ਵਾਲਾ ਵੀ ਨਾਲ ਹੀ ਚਲਿਆ ਜਾਣਾ ਜੇ ਮੈਚ ਖੇਡ ਕੇ ਕਮਾ ਲਏ ਨਾਲ ਹੀ ਕੰਮ ਹੋ ਜਾਣਾ ਕੋਈ ਇੰਜਰੀ ਦਾ ਕੋਈ ਨਾ ਕੋਈ ਜੇ ਸ਼ਾਰਟਕੱਟ ਜਿਹੜਾ ਕਰਦੇ ਆ ਉਹ ਨਾਲ ਹੀ ਨਾਲ ਹਰਜਾਨਾ ਭਰੀ ਜਾਂਦੇ ਆ ਸ਼ਾਰਟਕੱਟ ਕੋਈ ਕਬੱਡੀ ਦਾ ਹੈ ਤਾਂ ਕੋਈ ਸ਼ਾਰਟਕੱਟ ਨਹੀਂ ਤਪੱਸਿਆ ਕਰੋ ਇਹਨਾਂ ਨੂੰ ਇਹੀ ਕਹੀਦਾ ਵੀ ਆਪਾਂ ਸਰੈਂਡਰ ਨਹੀਂ ਕਰਨਾ
ਆਪਣੀ ਜੌਬ ਆ ਇਹ ਠੀਕ ਆ ਜੀ ਆਪਾਂ ਸਵੇਰੇ ਉੱਠਣਾ ਸਨਾਨ ਕਰਨਾ ਮਾੜਾ ਦਾ ਨਲਣਾ ਉਦੋਂ ਬਾਅਦ ਗਰਾਊਂਡ 'ਚ ਆਪਣੀ ਜੌਬ ਆ ਆਪਾਂ ਐਕਸਰਸਾਈਜ਼ ਕਰਕੇ ਉਦੋਂ ਬਾਅਦ ਰੈਸਟ ਕਰੋ ਸ਼ਾਮ ਨੂੰ ਫਿਰ ਐਕਸਰਸਾਈਜ਼ ਕਰੋ ਅੱਛਾ ਇੱਕ ਚੀਜ਼ ਹੋਰ ਆ ਤੁਸੀਂ ਇੱਕ ਚੀਜ਼ ਹੋਰ ਵੀ ਦੱਸ ਰਹੇ ਸੀ ਮੈਂ ਭੁੱਲ ਗਿਆ ਸੀ ਪੁੱਛਣੀ ਕਿ ਗੁਰੂ ਘਰ ਰੋਜ਼ਾਨਾ ਬਾਜੀ ਜਾਂਦਾ ਕਹਿੰਦੇ ਸਵੇਰੇ ਉੱਠ ਕੇ ਬਿਲਕੁਲ ਜੀ ਬਿਲਕੁਲ ਦਾ ਨਾਮ ਲੈਣਾ ਹੀ ਲੈਣਾ ਬਿਲਕੁਲ ਜੀ ਬਿਲਕੁਲ ਪੰਜ ਬਾਣੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਮਹਾਰਾਜ ਦੀ ਹਾਂ ਛੇ ਸੱਤ ਅੱਠ ਕੁ ਮਹੀਨੇ ਦੀ ਗੱਲ ਆ ਮੈਂ ਕਿਹਾ ਵੀ ਜਾਇਆ ਕਰਾਂ ਵਾਈਫ ਦਾ ਅੰਬਰਸਰ ਕਹਿੰਦੇ ਉਹ ਕਹਿੰਦੀ ਜਾਇਆ ਕਰੋ ਤੁਸੀਂ ਮੈਂ ਕਿਹਾ ਯਾਰ ਜਾਣਾ ਜਾਣਾ ਕੱਲ੍ਹ ਨੂੰ ਜਾਊਂ ਉਹ ਜਿੰਨਾ ਚਿਰ ਹਰੀ ਝੰਡੀ ਨਾ ਮਹਾਰਾਜ ਦੀ ਉੱਨਾ ਚਿਰ ਅੰਦਰ ਨਹੀਂ ਵੜ ਦਿੰਦਾ ਉਹ ਫਿਰ ਮੈਂ ਬਈ ਮੈਂ ਕਿਹਾ ਚੱਲ ਮਹਾਰਾਜ ਬਈ ਕਿਰਪਾ ਕਰੋ ਹਨਾ ਫਿਰ ਮੈਂ ਕਿਹਾ ਵੀ ਉਨੱਤੀ ਜਾਇਆ ਕਰਨਾ ਹਨਾ ਚੱਲ ਫਿਰ ਹੁਣ ਇਸ਼ਨਾਨ ਕਰੀਦਾ ਸਵੇਰੇ ਉੱਠ ਕੇ ਪਹਿਲਾਂ ਮਹਾਰਾਜ ਦਾ ਨਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਦੋਂ ਬਾਅਦ ਕੰਮ ਦੂਜਾ ਫੇਰ ਕਰਨਾ ਕਿੱਡਾ ਹੀ ਕੰਮ ਆ ਕਿੱਡਾ ਹੀ ਕੁਛ ਮਰਜ਼ੀ ਹੋ ਜੇ ਗੁਰੂ ਘਰ ਉਹ ਮਹਾਰਾਜ ਦੀ ਕਿਰਪਾ ਹੀ ਉਹ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕਰੀਏ ਨਹੀਂ ਤਾਂ ਅੰਦਰ ਹੀ ਵੜ ਦਿੰਦਾ ਉਹ ਨਹਾਉਣਾ ਪੱਕਾ ਸਾਫ਼ ਵਸਤਰ ਸਾਰੇ ਵਸਤਰ ਸਾਫ਼ ਪਾ ਕੇ ਜਾਣੇ ਆ ਏ ਟੂ ਜੈਡ ਅੱਛਾ ਇੱਕ ਚੀਜ਼ ਹੋਰ ਦੱਸ ਦਿਓ ਇਸ ਉਮਰ ਦੇ ਵਿੱਚ ਖੁਰਾਕ ਕਿੰਨੀ ਕੁ ਹੋਣਾ ਨੋਰਮਲ ਜੀ ਖੁਰਾਕ ਕੋਈ ਬਾਹਲੀ ਨਹੀਂ ਖੁਰਾਕ ਖਾਣ ਵਾਲੇ ਦਾ ਪ੍ਰੋਜੈਕਟ ਹੀ ਨਹੀਂ ਯਾਰ ਸਿੱਧੀ ਗੱਲ ਤਾਂ ਮੈਂ ਦੱਸਦਾ ਹੁਣ ਉਹ ਕਹਿੰਦੇ ਇੱਕ ਮੈਂ ਸੁਣਿਆ ਕਹਿੰਦੇ ਕੋਈ ਫਿੱਟ ਸੀ ਬੰਦਾ ਉਹ ਕਹਿੰਦੇ ਯਾਰ ਵੀ ਫਿਟਨੈਸ ਦਾ ਰਾਜ ਕੀ ਆ ਉਹ ਕਹਿੰਦਾ ਮੂੰਹ ਨੂੰ ਜਿੰਦਾ ਲਾ ਲਓ ਅੱਛਾ ਇਹੀ ਫਿਟਨੈਸ ਦਾ ਰਾਜ ਆ ਹੁਣ ਮੈਂ ਦੁੱਧ ਮੈਨੂੰ ਵੀ ਤਾਂ 10 ਸਾਲ ਹੋ ਗਏ ਦੁੱਧ ਮੈਂ ਬੰਦ ਹੀ ਕੀਤਾ ਹੋਇਆ ਅੱਛਾ ਇਕੱਲੇ ਪੰਜਾਬੀ ਦੁੱਧ ਪੀਂਦੇ ਆ ਠੀਕ ਹੈ ਨਾ ਗੱਲ ਮੇਰੀ ਲੱਗੂ ਤਾਂ ਮੈਂ ਅੱਗੇ ਵੀ ਇਹ ਗੱਲ ਕਹਿਣ ਲੱਗੇ ਵੀ ਲੱਗੂ ਤਾਂ ਔਖੀ ਵਾਲਿਆਂ ਨੂੰ ਪਰ ਸੱਚਾਈ ਇਹੀ ਆ ਬਈ ਪੰਜਾਬੀ ਲੇਡੀਜ਼ ਪੰਜਾਬੀ ਬੰਦੇ ਹੀ ਅਨਫਿੱਟ ਨੇ ਵਰਲਡ 'ਚ ਬਿਲਕੁਲ ਹਰਿਆਣਾ ਰਾਜਸਥਾਨ ਆਸਾਮ ਇੱਥੇ ਮਾਰ ਲਓ ਅਮੈਰੀਕਾ ਕੈਨੇਡਾ ਉੱਧਰ ਘੁਮਾ ਲਓ ਠੀਕ ਆ ਮੈਨੂੰ ਤਾਂ ਇਹੀ ਲੱਗਦਾ ਬਈ ਆਪਣੀ ਗੱਲ ਕੀ ਆ ਦੁੱਧ 'ਚ ਬਹੁਤ ਕੈਲਰੀ ਆ ਯਾਰ ਹੈ ਰੋਟੀ 'ਚ ਬਹੁਤ ਜ਼ਿਆਦਾ ਕੈਲਰੀ ਆ ਉਹ ਬਰਨੀ ਨਹੀਂ ਉਨੀ ਹੁੰਦੀ ਰੋਟੀ ਤਾਂ ਹੱਥ ਨੇ ਬਾਹਲੀ ਮਾੜੀ ਆ ਅੱਛਾ ਸੈਲਡ ਖਾ ਲਓ ਸਬਜ਼ੀ ਖਾ ਲਓ ਕੋਈ ਦੇਸੀ ਘਿਓ ਕੁਛ ਨਹੀਂ ਕਹਿੰਦਾ ਦੇਸੀ ਘਿਓ ਖਾਓ ਕਿੰਨਾ ਮਰਜ਼ੀ ਐਵੇਂ ਡਾਕਟਰ ਕਰੀ ਜਾਂਦੇ ਆ ਦੇਸੀ ਘਿਓ ਪਾ ਲਓ ਕਿੰਨਾ ਮਰਜ਼ੀ ਸਬਜ਼ੀ ਖਾਓ ਅੱਧੀ ਖਾ ਲਓ ਜੇ ਬਾਹਲਾ ਨਹੀਂ ਸਰਦੇ ਇੱਕ ਖਾ ਲਓ ਇਹ ਥੋੜ੍ਹਾ 10-5 ਰੋਟੀਆਂ ਧੂੜ ਕੇ ਪੈ ਜਾਂਦਾ ਗੜਰ ਗੜਰ ਹਨਾ ਉਦੋਂ ਦੁੱਧ ਰਾਤ ਨੂੰ ਲੈ ਐਡਾ ਗਲਾਸ ਗਰਮ ਦੁੱਧ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਇੱਕ ਡਾਕਟਰ ਦੀ ਮੈਂ ਬੜੀ ਇੰਟਰਵਿਊ ਸੁਣੀ ਸੀ ਉਹ ਕਹਿੰਦਾ ਇਹ ਤਾਂ ਕੱਟਰੂਆਂ ਬੱਛਰੂਆਂ ਲਈ ਆ ਯਾਰ ਵੀ ਜਿਹੜੇ ਛੋਟੇ ਆ ਬਾਹਲੇ ਹਾਂ ਦੁੱਧ ਜਾਂ ਛੋਟੇ ਬੇਬੀ ਲਈ ਆ ਤੁਸੀਂ 5-5 ਕਿਲੋ 4-4 ਕਿਲੋ ਦੁੱਧ ਪਤਾ ਨਹੀਂ ਕਿਹੜੀ ਘਰ ਦੀ ਖੁਰਾਕ ਪ੍ਰਧਾਨ ਪਹਿਲਵਾਨ ਬਣਾਉਂਦੀ ਆ ਬਿਲਕੁਲ ਬਣਾਉਂਦੀ ਆ ਜੀ ਖੁਰਾਕ ਯਾਰ ਕਿਹੜੀ ਆ ਕਰਤ ਵਿੱਦਿਆ ਪਹਿਲਾਂ ਦਾ ਖਾਣ ਖੂਣ ਵਾਲਾ ਦਾ ਪ੍ਰੋਜੈਕਟ ਮੇਰੇ ਹਿਸਾਬ ਦਾ ਘੱਟ ਹੀ ਆ ਮੇਰੇ ਨਾਲ ਰਹਿ ਕੇ ਦੇਖ ਲਓ ਕਿਹੜਾ ਮਰਜ਼ੀ ਪਤਾ ਲੱਗ ਜੂ ਹਾਂ ਬਈ ਮਰਜ਼ੀ ਖਾਂਦਾ ਕੀ ਆ ਤੁਸੀਂ ਕਹਿਣਾ ਯਾਰ ਜਮਾਂ ਹੀ ਕੰਮ ਸਰੀ ਪਿਆ ਬਈ ਇੱਥੇ ਤਪੱਸਿਆ ਵੱਧਦਾ ਗਰਾਊਂਡ ਦੇ ਹਾਂ ਇੱਥੇ ਹੀ ਕਰਤ ਵਿੱਦਿਆ ਪਾਣੀ ਉਹ ਲੱਗੀ ਜਾਂਦਾ ਉਹ ਬੜਾ ਬੇਅੰਤ ਆ ਯਾਰ ਉਹਨੇ ਦੇ ਹੀ ਦੇਣਾ ਤੁਹਾਨੂੰ ਕਿਆ ਬਾਤ ਹੈ ਠੀਕ ਆ ਕੋ ਅੰਦਰ ਹੀ ਬੈਠਾ ਆਪੇ ਹੀ ਕਰਾ ਦਿੰਦਾ ਕਰਨ ਗਰਾਵਣ ਆਪੇ ਆਪ ਹੈ ਬਿਲਕੁਲ ਸੋ ਬਾਜੀ ਬਾਈ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਫਿਰ ਸਮਾਂ ਕੱਢਾਂ ਕਿਸੇ ਦਿਨ ਤੁਹਾਡੇ ਨਾਲ ਗੱਲਾਂ ਬਾਤਾਂ ਕਬੱਡੀ ਦੀ ਬਾਬਤ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਬਾਈ ਬਾਜੀ ਜੰਡ ਹੋਰੀ ਸੀ ਬਾਈ ਹੋਰਾਂ ਦੀ ਅਕੈਡਮੀ 'ਤੇ ਆ ਕੇ ਬਾਈ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਕੀਤੀ ਆ ਅਤੇ ਬਾਈ ਗੱਲ ਕਹਿੰਦੇ ਨੇ ਕਿ ਮੈਂ ਹੰਕਾਰ ਨਹੀਂ ਕਰਦਾ ਮੈਨੂੰ ਆਪਣੇ ਆਪ 'ਤੇ ਕੌਨਫੀਡੈਂਸ ਜਿਹੜਾ ਉਹ ਇੰਨਾ ਆ ਭਲਵਾਨ ਨੂੰ ਬਣਨ ਦੇ ਲਈ ਸਮਾਂ ਜਿਹੜਾ ਉਹ ਜ਼ਰੂਰ ਚਾਹੀਦਾ ਆ ਜੇਕਰ ਤੁਸੀਂ ਭਲਵਾਨ ਬਣਨਾ ਤਾਂ ਤਪੱਸਿਆ ਕਰਨੀ ਪੈਣੀ ਆ ਆਪਦੇ ਆਪ ਨੂੰ ਗਰਾਊਂਡ ਦੇ ਵਿੱਚ ਮਾਰਨਾ ਪੈਣਾ ਦੋ ਵਾਰੀ ਤੁਹਾਨੂੰ ਹਰ ਦਿਨ ਜਿਹੜਾ ਹੈਗਾ ਉਹ ਮਰਨਾ ਪੈਣਾ ਆ ਬਾਈ ਕਹਿੰਦਾ ਕਿ ਮੈਂ ਜੌਬ ਮੰਨ ਕੇ ਕਰਦਾ ਕਿ ਮੇਰੀ ਇਹ ਡਿਊਟੀ ਆ ਮੇਰੀ ਇਹ ਜੌਬ ਆ ਅਤੇ ਇਸ ਜੌਬ ਨੇ ਇਸ ਕਬੱਡੀ ਨੇ ਮੈਨੂੰ ਨਾਮ ਬੜਾ ਦਿੱਤਾ ਮੈਨੂੰ ਸ਼ੌਹਰਤ ਜਿਹੜੀ ਆ ਉਹ ਬੜੀ ਦਿੱਤੀ ਆ ਪਹਿਲਾਂ ਸਿਹਤ ਆਪਦੀ ਆ ਮਹਾਰਾਜ ਦੀ ਕਿਰਪਾ ਬਹੁਤ ਆ ਹੁਣ ਦੇਖੋ ਇੰਨੇ ਫ੍ਰੈਕਚਰ ਹੋ ਗਏ ਵੀ ਸੱਚੇ ਪਾਤਸ਼ਾਹ ਦੀ ਕਿੱਡੀ ਕਿਰਪਾ ਕਿਸੇ ਦੀ ਲੱਤ ਟੁੱਟ ਜੇ ਮੁੜ ਕੇ ਫੋੜੀ ਲੈ ਕੇ ਪਤਾ ਨਹੀਂ ਕਿੰਨਾ ਚਿਰ ਉਵੇਂ ਆ ਕੱਟੀ ਚੂ ਮਾਰਦੇ ਫਿਰੀ ਜਾਂਦੇ ਆ ਇਹੀ ਮੇਨ ਹਨਾ ਜੀ ਜੀ ਕਿਰਪਾ ਸੱਚੇ ਜੀ ਜੀ ਸੋ ਬਾਈ ਹੋਰਾਂ ਦਾ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਹੋਰਾਂ ਦੇ ਨਾਲ ਰਾਬਤਾ ਜਿਹੜਾ ਹੈਗਾ ਤੁਸੀਂ ਜ਼ਰੂਰ ਕਰ ਸਕਦੇ ਹੋ ਚੈਨਲ ਦੇ ਨਾਲ ਰਾਬਤਾ ਕਰਕੇ ਬਾਈ ਬਾਜੀ ਹੋਰਾਂ ਦਾ ਸੰਪਰਕ ਨੰਬਰ ਜਿਹੜਾ ਲੈ ਸਕਦੇ ਹੋ ਤੁਹਾਡਾ ਕਿਸੇ ਤਰ੍ਹਾਂ ਦਾ ਸਵਾਲ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡਿਓ ਤਾਂ ਜੋ ਅਗਲੀ ਵਾਰ ਅਸੀਂ ਬਾਈ ਬਾਜੀ ਦੇ ਨਾਲ ਜਦੋਂ ਮੁਲਾਕਾਤ ਕਰੀ ਤੁਹਾਡੇ ਸਵਾਲ ਨੂੰ ਜਿਹੜਾ ਬਾਜੀ ਬਾਈ ਦੇ ਅੱਗੇ ਜਿਹੜਾ ਜ਼ਰੂਰ ਰੱਖਾਂਗੇ ਦੇਖਦੇ ਰਹੋ RMB ਟੈਲੀਵਿਜ਼ਨ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਜ ਧੰਨਵਾਦ ਜੀ ਹਾਂ ਜਸ ਨਾਲ ਇੱਕ ਹੋਰ ਹਾਂਜੀ ਜੀ ਜ਼ਰੂਰ ਦੇਖੋ ਬੱਚੇ ਆਪਣੀ ਫਸਲ ਆ ਹਾਂ
ਤੁਸੀਂ ਪੰਜਾਬੀ ਹੋ, ਆਪਣੀ ਫਸਲ ਸਾਂਭ ਲਓ। ਹੈ ਨਾ, ਆਪਣੀ ਫਸਲ ਆਹੋ ਉਹਨੂੰ ਸਾਂਭੋ। ਜੇ ਫਸਲ ਹੀ ਨਾ ਸਾਂਭੀ, ਫਸਲ ਹੀ ਬਰਬਾਦ ਹੋ ਗਈ, ਕਮਾਈ ਕਿੱਥੇ ਗਈ? ਕਮਾਈ ਦਾ ਫਾਇਦਾ ਹੋਇਆ ਕੋਈ? ਜੇ ਜਵਾਕ ਹੀ ਚੱਟਾ ਪੀਣ ਲੱਗ ਗਿਆ, ਗੁਆਂਢੀਆਂ ਨੇ ਲਾਤਾ ਚੱਟਾ ਪੀਣ, ਤੁਸੀਂ ਕੰਮ ਤੇ ਚਲੇ ਗਏ, ਘਰ ਵਾਲੀ ਕੰਮ ਤੇ ਚਲੀ ਗਈ, ਜਵਾਕ ਕੀ ਕਰਦਾ? ਜਵਾਕ ਬਣ ਗਿਆ ਬਰੈਲਰ, ਕੀ ਕਰੋਗੇ ਬਰੈਲਰ ਨੂੰ? ਮੁੜ ਕੇ ਵਿਆਹ ਵੀ ਨੀ ਹੋਣਾ ਉਹਦਾ। ਕੀ ਕੀਤਾ? ਕਮਾਈ ਸਾਂਭੋ। ਬਾਕੀ ਬਾਈ ਅੰਮ੍ਰਿਤਪਾਲ ਨਾਲ ਸਿਰ ਝੁਕਦਾ, ਸਾਡੀ ਤਾਂ ਬਾਈ ਨੂੰ ਸਾਰੀ ਬੇਨਤੀ ਆ ਬਈ, ਜਿੰਨੇ ਵੀ ਤਿਲ ਫੁੱਲ ਆ ਅਸੀਂ ਤਾਂ ਅਰਪਣ ਆ, ਜੇ ਵੀ ਕਦੇ ਡਿਊਟੀ ਕੋਈ ਲੱਗੀ ਜੰਡ ਵਾਲਾ ਤਾਂ ਮੂਹਰੇ ਖੜਾ ਹੋਊ। ਉਹਨੂੰ ਉਹਦੇ 'ਤੇ ਬੜੇ ਕਮੈਂਟ ਕਰਦੇ ਕਰੀ ਜਾਣਾ, ਉਹਦਾ ਮਹਾਰਾਜ ਨੇ ਭੇਜਿਆ ਸੱਚੇ ਪਾਤਸ਼ਾਹ ਨੇ। ਉਹਦਾ ਐਵੇਂ ਮਾੜੇ ਕੋਈ ਕਹਿੰਦਾ ਏਜੰਸੀਆਂ ਦੇ ਬੰਦੇ ਆ, ਕੋਈ ਕਹਿੰਦਾ ਕੁਛ ਕਰਦਾ, ਕੋਈ ਕਹਿੰਦਾ ਕੁਛ ਕਰਦਾ, ਉਹਦੇ ਵੀ ਕਮੈਂਟ ਕਰਦੇ ਨੇ। ਕਰੀ ਜਾਣ ਦੇ ਮਾੜੇ ਬੰਦੇ, ਉਹਨਾਂ ਦੀ ਜੋਬ ਆ ਇਹ, ਉਹਨਾਂ ਨੇ ਕਰਨਾ ਹੀ ਕਰਨਾ, ਉਹਨਾਂ ਦੀ ਲਾਦ ਨੇ ਭਰਨਾ, ਉਹਨਾਂ ਨੇ ਉਹ ਕਰਤੂਤ ਕਰਨੀ ਹੀ ਕਰਨੀ, ਉਹਨਾਂ ਦੇ ਕਰਮਾਂ 'ਚ ਲਿਖੀ ਹੋਈ ਆ ਉਹ ਕਰਤੂਤ। ਹੈਨਾ, ਉਹ ਜੀਵਨ ਸਵਾਰ ਨਹੀਂ ਰਹੇ ਆਪਦਾ, ਉਹ ਆਪਦੇ ਜਵਾਕਾਂ ਦਾ ਵੀ ਜੀਵਨ ਖਰਾਬ ਕਰ ਰਹੇ ਆ। ਕੈਂਸਰ ਕੁੰਸਰ ਇਹੋ ਜਿਹਿਆਂ ਨੂੰ ਹੀ ਹੁੰਦੇ ਆ ਜਿਹੜੇ ਭੌਂਕਦੇ ਆ, ਉਹ ਮਹਾਰਾਜ ਬੈਠਾ ਅੰਦਰ ਦੇਖੀ ਜਾਂਦਾ, ਚਲਾਈ ਜਾਂਦਾ। ਹੈਨਾ, ਉਹਦਾ ਬਾਲ ਵੀ ਪੰਗਾ ਕੋਈ ਕਰ ਸਕਦਾ? ਮਹਾਰਾਜ ਉਹਦੇ ਨਾਲ ਆ ਸੱਚੇ ਪਾਤਸ਼ਾਹ, ਉਹਦਾ ਨਹੀਂ ਬਾਲ ਪੰਗਾ ਹੁੰਦਾ। ਭੌਂਕੀ ਜਾਣੇ ਨੇ ਤਾਂ ਕੁੱਤੇ ਤਾਂ ਭੌਂਕਦੇ ਹੁੰਦੇ ਆ। ਜੀ ਜੀ ਸੋ ਬਾਈ, ਸਮਾਂ ਤਾਂ ਬਹੁਤ ਬਹੁਤ ਧੰਨਵਾਦ। ਠੀਕ ਹੈ, ਸਤਿ ਸ਼੍ਰੀ ਅਕਾਲ। ਸੋ ਦੇ ਜੁੜੇ ਰਹੋ ਆਰ ਐਮ ਬੀ ਟੈਲੀਵਿਜ਼ਨ ਦੇ ਨਾਲ, ਆਪਣੇ ਦੋਸਤ ਜਸ ਕਰੇ ਬਣਦੇ ਹੋ ਜਾਸ਼ਤ। ਧੰਨਵਾਦ ਜੀ।